ਨਹੀਂ ਸਰ ਮੇਰੇ ਕੋਲ ਰਾਤ ਦੀ ਸ਼ਿਫਟ ਨਹੀਂ ਹੋਣੀ। ਫਿਰ ਕੌਣ ਕਰੂ? ਮੈਨੂੰ ਕੁਝ ਕਮਾਜੇ ਕਰਾਓ। ਸਿਰਫ ਜਾਗਣਾ ਜਾਗਣਾ ਵਾ, ਮੈਂ ਪੁਲਿਸ ਵਾਲਾ ਵਾ ਕਿ ਚੌਕੀਦਾਰ ਆ, ਬਈ ਦੱਸੋ। ਯਾਨੀ ਕਿ ਤੇਰੇ ਕੋਲ ਜਵਾਬ ਆ? ਜਵਾਬ ਨਹੀਂ ਮੈਂ ਤੁਹਾਨੂੰ ਦੇ ਰਿਹਾ, ਮੈਂ ਤੁਹਾਨੂੰ ਦੱਸ ਰਿਹਾ ਵੀ ਮੈਂ ਨਹੀਂ ਜਾਗਣਾ। ਓ ਤੂੰ ਕੱਲੇ ਨੇ ਜਾਗਣਾ ਮਾਮਾ, ਮੈਂ ਨਹੀਂ ਜਾਗਣਾ। ਤੁਸੀਂ ਜਾਗਣਾ ਤੇ ਫਿਰ ਮੇਰੀ ਕੀ ਲੋੜ ਆ? ਸਾਡੇ ਮੁਲਕ ਵਿੱਚ ਜਿੰਨੇ ਵੀ ਜੁਰਮ ਹੁੰਦੇ ਰਾਤ ਨੂੰ ਹੁੰਦੇ, ਦਿਨੇ ਕੋਈ ਇੱਕ ਅੱਧੀ ਚੋਰੀ ਹੁੰਦੀ ਤੇ ਰਾਤ ਨੂੰ ਅੰਨੀ ਪਈ ਹੁੰਦੀ, ਕੋਈ ਮੋਬਾਈਲ ਖੋਂਦਾ, ਕੋਈ ਡਕੈਤੀ ਕਰਦਾ। ਸਾਕੂ ਕੀ ਖਬਰ, ਅਸਾਂ ਤਾਂ ਸੁੱਤੇ ਪਏ ਹੁੰਦੇ ਆ। ਮੇਰੀ ਤੇ ਦੁਆ ਹਰ ਮਾਂ ਪਿਓ ਨੂੰ ਮੇਰੇ ਵਰਗੀ ਔਲਾਦ ਮਿਲੇ ਜਿਹੜੀ ਸਿੱਧੀ ਕੰਮ ਤੇ ਜਾਵੇ। ਰੋਬ ਰੱਖਿਆ, ਦਬਕਾ ਰੱਖੇ, ਮਜਾਲ ਆ ਉਹਨਾਂ ਦੀ। ਜੇ ਕੋਈ ਗਲਤ ਕੰਮ ਕਰ ਜਾਓ, ਮੈਂ ਗਲਾ ਦਬਾ ਕੇ ਉਹਨਾਂ ਦੀ ਜਾਨ ਨਾ ਕੱਢ ਦਊਂ। ਉਹਨਾਂ ਦੀ ਜਾਂ ਤੇ ਉਹਨਾਂ ਦਾ ਪਿਓ ਜੋ ਗਲਤ ਕੰਮ ਕਰੇਂਦਾ ਹੈ। ਅਸਲਾਮ ਅਲੈਕਮ, ਮੈਂ ਤੇ ਹੁੰਦਾ ਹੀ ਨਹੀਂ ਸੀ। ਉਹ ਤੇ ਡਿਪਟੀ ਸਾਹਿਬ ਨੇ ਮਿੰਨਤਾਂ ਕੀਤੀਆਂ ਵੀ ਤੇਰੇ ਤੋਂ ਬਗੈਰ ਥਾਣਾ ਨਹੀਂ ਚੱਲਣਾ, ਆ ਜਾ। ਬਾਜੀ ਚੰਗੇ ਕੰਮ ਕੀਤੇ ਹੋਣ ਤੇ ਫਿਰ ਅਫਸਰ ਯਾਦ ਕਰਦੇ ਹਨ। ਉਹਨਾਂ ਨੇ ਸਹੀ ਕਿਹਾ, ਪੈਪ ਦੇ ਵਿੱਚ ਡੱਕਾ ਲਗਾ। ਉਹ ਤੇ ਲੱਗਣਾ ਹੀ ਸੀ, ਤੂੰ ਮੂੰਹ ਪੈਪ ਦੇ ਅੱਗੇ ਕਰ ਦਿੱਤਾ ਹੋਣਾ ਤੇ ਸਾਰਾ ਗਾਰਾ ਇੱਕੋ ਜਗ੍ਹਾ ਤੇ ਇਕੱਠਾ ਹੋ ਗਿਆ ਹੁਣ। ਜੇ ਕਿਤੇ ਡੱਕਾ ਲੱਗ ਜਾਏ ਤੇ ਬਲਾਵਲ ਨੂੰ ਫੇਰ ਦਿਆ ਕਰੋ। ਤੁਸੀਂ ਗਟਰ ਦੇ ਮੂੰਹ ਤੇ ਹੋਵੋ, ਆਪੇ ਹੀ ਡੱਕਾ ਖੁੱਲ ਜਾਓ ਤੁਹਾਡੀ ਬੋ ਨਾਲ। ਮੇਰਾ ਨਾ ਫਿੱਕੀ ਗੱਲ ਨਹੀਂ ਕਰਨੀ, ਮੈਂ ਚਪੇੜਾਂ ਵੀ ਮਾਰ ਦੇਣਾ ਹੁੰਦਾ ਹੈ। ਤੇ ਤੁਸੀਂ ਵਿੱਚ ਖੰਡ ਪਾ ਲਓ। ਮੈਂ ਤਾਂ ਕਹਿੰਦਾ ਖੰਡ ਪਾਉਣ ਨਾਲ ਜੁਗਤ ਦਾ ਟੇਸਟ ਨਾ ਬਦਲ ਜਾਏ, ਤੇਰੇ ਮੂੰਹ ਤੇ ਕਟੋਰੀ ਜੀ ਚੰਡ ਨਾ ਪਾ ਦੇ। ਮੂੰਹ ਵੇਖ ਜਿਵੇਂ ਬਿੱਲੀ ਪਾਗਲ ਹੋਈ ਹੁੰਦੀ ਹੈ। ਔਰ ਤੂੰ ਐਂਦਾ ਜਿਵੇਂ ਫਰਿੱਜ 'ਚ ਚਨਾਤੀ ਕੜ ਪਿਆ ਹੁੰਦਾ। ਛੱਡ ਮੈਨੂੰ ਮੁੱਲ ਲੈ ਕੇ ਚੱਲੋ। ਬਲਾਵਲ ਇਹਨੂੰ ਕੀ ਹੋਇਆ? ਬੜਾ ਮੱਥਾ ਰੰਗਿਆ, ਮੈਂ ਕਿਤੇ ਟੱਕਰ ਮਾਰ ਕੇ ਕੰਜਰਖਾਨਾ ਢਾਉਣ ਦੀ ਕੋਸ਼ਿਸ਼ ਤੇ ਨਹੀਂ ਕੀਤੀ? ਜਾਂ ਕੰਜਰਖਾਨਾ ਮੱਥੇ ਤੇ ਬਚਾ। ਮੇਰੇ ਨਾਲ ਤਮੀਜ਼ ਨਾਲ ਗੱਲ ਕਰ। ਅੱਛਾ ਜੀ, ਤਮੀਜ਼ ਨਾਲ ਕੀ ਟਾਈ ਲਾਵ? ਅਸੀਂ ਮੁਜਰਮਾਂ ਨਾਲ ਸਿਰਫ ਇੱਕੋ ਜ਼ਬਾਨ 'ਚ ਗੱਲ ਕਰੀਏ, ਤੈਨੂੰ ਹੁਣੇ ਪਤਾ ਲੱਗ ਜੂਗਾ। ਤੂੰ ਤਾਂ ਕੀ ਇਹਨੇ? ਸਰ ਜੀ, ਇਹ ਰਾਤ ਨੂੰ ਲੋਕਾਂ ਦੀਆਂ ਟੂਪਾਂ ਤੋੜਦਾ ਵਾ। ਇਹ ਤੇ ਬਹੁਤ ਅੱਛਾ ਕੰਮ, ਪੁਰਾਣੀਆਂ ਟੁੱਟਣਗੀਆਂ ਤੇ ਲੋਕੀ ਨਵੀਆਂ ਲਿਆ ਕੇ ਲਾਉਣਗੇ, ਇੱਦਾਂ ਚੋਰੀਆਂ ਬਹੁਤ ਘੱਟ ਹੋਣਗੀਆਂ। ਗਲਤੀ ਹੋ ਗਈ ਜਨਾਬ। ਖਬਰਦਾਰ, ਜੇ ਮੇਰੀ ਟੇਬਲ ਤੇ ਦਹੀਂ ਭੱਲੇ ਕੀਤੇ, ਇਹਨੂੰ ਚੁੱਪ ਕਰਕੇ ਅੰਦਰ ਲੰਘਾ ਲੈ, ਨਹੀਂ ਤੇ ਇਹ ਪੈਣੇ ਤੇਰੀ ਧੌਣ 'ਚ। ਉਹਦੀ ਪੱਟੀ ਕਰਾ ਕੇ ਲਿਆ। ਪੱਟੀ ਕਿੱਥੋਂ ਕਰਾਣੀ, ਮੈਂ ਤੇ ਆਪ ਇਹਦੇ ਪੱਲੇ ਕੁਛ ਨਹੀਂ ਖਾਦਾ ਵੀ। ਸਰ ਪਹਿਲੇ ਉਹਨੂੰ ਵੇਖ ਲਵੋ, ਬਹੁਤ ਬੜਕਾ ਮਾਰਦੇ ਆ, ਇਹਨੂੰ ਬਾਅਦ 'ਚ ਵੇਖ ਲੈਣਾ। ਬੜਕਾ ਕੋ ਮਾਰਨ ਦੇ ਉਹਨੇ ਕਿ ਨਾਲ ਦੇ ਕੈਦੀ ਦੀ ਗੁੱਡੀ ਕੱਟਤੀ, ਉਹਨੂੰ ਥੋੜੀ ਇੱਕ ਹੋਰ ਪਿਆ, ਉਹ ਆਪੇ ਉਹਦੀ ਤਬੀਅਤ ਖਰਾਬ ਹੋ ਚੁੱਕੀ, ਚਾਹ ਸੌਂ ਜੂਗਾ। ਪਰ ਸਰ ਮੈਂ ਕਿੱਥੋਂ ਲਿਆਵਾਂ? ਮੈਂ ਦੱਸਦਾ, ਸਾਡੇ ਥਾਣੇ ਦੇ ਵਿੱਚ ਹੀ ਪਈ ਹੁੰਦੀ ਆ, ਨਾਲੇ ਅਸੀਂ ਜਿੰਨੀ ਮਰਜ਼ੀ ਰੱਖ ਲਈਏ, ਸਾਨੂੰ ਕਿੰਨੇ ਪੁੱਛਣਾ ਆ ਕੇ। ਇਹ ਗੱਲ ਹੁਣ ਕਿਸੇ ਨੂੰ ਬਾਹਰ ਨਾ ਦੱਸੀ, ਮੁੜ ਕੇ ਥਾਣੇ ਦੇ ਵਿੱਚ ਹੀ ਪੈ ਜਾਏ ਛਾਪਾ। ਕੰਮ ਕੀ ਕਰਨਾ? ਵੱਡੇ ਵੱਡੇ ਤੈਰਾਂ ਵਾਲੇ ਤਰਤਾਂ ਦੀ ਦਰੈਵੰਦ ਹੈ। ਚਲੋ ਠੀਕ, ਤਾਂ ਫਿਰ ਨਾਮ ਦੱਸੋ। ਨਾਮ ਅਤਰਾਮ। ਅਸੀਂ ਰਿਸ਼ਵਤ ਤੋਂ ਹੱਥ ਨਹੀਂ ਲਾਇਆ, ਇਹਦੇ 'ਚ ਰੱਖਦੇ। ਇਹਦੇ 'ਚ ਰਿਸ਼ਵਤ ਰੱਖਾਂ ਫਿਰ ਇਹਨੂੰ ਕਿਉਂ ਹੱਥ ਲਾਇਆ? ਸਾਡੀ ਮਰਜ਼ੀ। ਹੁਣ ਜੇ ਤੁਸੀਂ ਸਵਾਲ ਜਵਾਬ ਖਤਮ ਨਾ ਕੀਤੇ ਤੇ ਤੇਰੇ ਤੇ ਪਰਚਾ ਹੋ ਜਾਣਾ ਕਿ ਤੇਰੀ ਜੇਬ ਦੇ ਵਿੱਚ ਪਾਊਡਰ ਸੀ ਤੇ 65 ਫੁੱਟ ਡੂੰਘੇ ਬੋਰ ਦੀ ਪਸਤੌਲ। ਹੁਣ ਜੇ ਤੂੰ ਬਚਣਾ ਚਾਹੁੰਦਾ ਤੇ ਸਭ ਕੁਛ ਕੱਢ ਕੇ ਬਾਹਰ ਰੱਖਦਾ। ਮੈਂ ਕਹਿੰਦਾ ਮੈਨੂੰ ਛੱਡ ਦਿਓ, ਮੈਂ ਇਹ ਬੋਤਲ ਆਪਣੇ ਮਾਰ ਲੈਣੀ ਤੇ ਤੁਹਾਡਾ ਨਾਂ ਲਾ ਦੇਣਾ। ਮੈਂ ਮਦਦ ਕਰਾਂ? ਪਿੱਛੇ ਹੋਇਆ, ਮੈਨੂੰ ਮਦਦ ਨਹੀਂ ਚਾਹੀਦੀ। ਨਾਮ ਜੋ ਸਾਡਾ ਲਾਉਣਾ ਤੇ ਫਿਰ ਬੋਤਲ ਵੀ ਮੇਰੇ ਕੋਲੋਂ ਖਾ। ਅੱਖ ਤੋਂ ਤਿੰਨ ਚਾਰ ਚਾਰ ਪਾ ਲਾ ਇਹਨਾਂ ਨੂੰ, ਮੁਸ਼ਕਿਲ ਨੂੰ ਹੱਥ ਖੜੀ ਲੈ ਕੇ ਆ। ਅੱਛਾ ਜੀ, ਉਹ ਤੂੰ ਫਿਰ ਚੀਕ ਮਖਾਨੇ? ਨਹੀਂ ਸਰ। ਤੁਹਾਨੂੰ ਮੈਂ ਬਾਅਦ 'ਚ ਦੱਸਦਾ, ਠਹਿਰ ਜਾ। ਅੱਗੇ ਤੇਰਾ ਮੂੰਹ ਆਉਂਦਾ ਜਿਵੇਂ ਬੱਕਰੀ ਤੇ ਪੱਠਿਆਂ ਨੂੰ ਖਿੱਚਾਂ ਪਈਆਂ ਹੁੰਦੀਆਂ, ਉਹ ਤੋਂ ਤੂੰ ਚੀਕ ਮਖਾਣ ਲੱਗਿਆ, ਹੋਰ ਉਦਾਂ ਦਾ ਬਣਾ ਲੈਣਾ ਵਾ। ਆਪਣੇ ਵੱਲੋਂ ਤੂੰ ਸਟਾਈਲ ਮਾਰਦਾ, ਇਸ ਸਟਾਈਲ ਨੇ ਚਵਲ ਮਾਰਦਾ ਤੂੰ। ਜਿੱਦਾਂ ਨਾ ਤੇਰਾ ਮੂੰਹ ਨਾ, ਇੱਦਾਂ ਦੇ ਸਾਡੇ ਪਿੰਡ 'ਚ ਖੁਦਸੇ ਚੱਲਦੇ ਹੁੰਦੇ ਸੀ, ਉਹ ਵੀ ਹੁਣ ਬੰਦ ਹੋ ਗਏ ਹੋਣੇ ਆ। ਮੇਰੀਆਂ ਗੱਲਾਂ ਜੀ, ਸਮਝ ਲੱਗੀ ਕਿ ਨਹੀਂ? ਹਾਂਜੀ ਲੱਗਣ ਡਈ, ਕੁਛ ਹੋਰ ਕਹਿਣਾ? ਤੈਨੂੰ ਨਹੀਂ ਲੱਗਣੀ ਕਦੀ ਵੀ। ਲੱਗ ਗਈ ਹੈ, ਛੱਡ ਦਿਓ। ਤਾਂ ਬਹੁਤ ਅੱਛੇ ਕਿਰਨ ਲੈ ਜਾਓ ਇਹਨੂੰ, ਇਹਦਾ ਮੂੰਹ ਥੱਲੇ ਕਰਾ ਕੇ ਤੇ ਪੰਜਾਂ ਦਾ ਮੂੰਹ ਤਾਂ ਕਰਾ ਦਿਓ, ਠੀਕ ਹੈ ਨਾ?
ਤਾਂ ਪੰਜ ਜਾਂ ਤਿੰਨ ਵਾਰੀ ਮਾਰਨਾ, ਨਹੀਂ ਤੈਨੂੰ ਸਖ਼ਤ ਸਜ਼ਾ ਦਿਓ। ਉਹਨੂੰ ਹਮੇਸ਼ ਦੇ ਖਾਣੇ ਸੁਣਾਓ, ਪਿਛਲਾ ਕਮਰਾ ਜਾ ਕੇ ਮੈਨੂੰ ਆਵਾਜ਼ ਨਾ ਆਵਾ। ਸਰ ਥੋੜ੍ਹੀ ਜਿਹੀ ਨਹੀਂ ਤਾਂ ਆਏਗੀ, ਫਿਰ ਤੇ ਨਹੀਂ ਖਾਰਨੀ। ਸੁਣ ਕਮਰਾ ਰਾਤ ਮੁੱਕੇ ਬੈਗਾ, ਤੇਰੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਨੂੰ ਦਿਲ ਕਰਦਾ। ਹਾਂਜੀ ਕਰੋ। ਚੀਨੀ, ਗੁੜ, ਮਿੱਠੇ ਚੌਲ ਤੇ ਸ਼ੱਕਰ, ਇੰਨੀਆਂ ਕੁ ਮਿੱਠੀਆਂ ਬਹੁਤ। ਇੰਨੀਆਂ ਵੀ ਮਿੱਠੀਆਂ ਮਿੱਠੀਆਂ ਗੱਲਾਂ ਠੀਕ ਨਹੀਂ ਹੁੰਦੀਆਂ, ਤੁਹਾਡੀਆਂ ਗੱਲਾਂ ਸੁਣ ਕੇ ਮੇਰਾ ਜ਼ਿਹਨ ਸ਼ੂਗਰ ਦੇ ਮਰੀਜ਼ਾਂ ਵਾਲਾ ਹੋ ਗਿਆ। ਅੱਛਾ ਗੱਲ ਸੁਣ, ਮੈਂ ਕਿਹਾ ਬਈ ਰਾਤ ਨੂੰ ਕਿਤੇ ਫਿਰਨ ਤੇ ਤੁਰਨ ਨਾ ਚੱਲੀਏ ਕਿਸੇ ਬਾਗ 'ਚ। ਹਾਂ ਉਹ ਕਹਿੰਦਾ ਕਿਰਲੀ ਤਾਂ ਨਹੀਂ ਖਾ ਲਈ, ਉਹ ਕੁਛ ਮੂੰਹ ਵੀ ਬਹੁਤ। ਚੀਕੋ ਮੈਂ ਤੇ ਗਲੇ 'ਚ ਫਸ ਗਈ ਆ, ਇਹਨੇ ਤੁਹਾਡੇ ਕੋਲ ਡਰ ਕੇ ਅੰਦਰ ਲਗਾ ਲਈ ਸੀ, ਦਵਾ ਤਾਂ ਕੁੱਬਾ ਹੋ ਜਾ ਤੇ ਲੱਕ ਸਿੱਧਾ ਕਰ। ਜ਼ੋਰ ਦੀ ਮਾਰ ਤੇ ਲੱਕ 'ਚ। ਤੁਹਾਨੂੰ ਮੈਂ ਕਿਹਾ ਸੀ ਕਿ ਚੀਕਮ ਨਾ ਖਾ ਕਰਕੇ ਦਿਨ ਫਸ ਜਾਏਗਾ, ਤੂੰ ਚੀਕਮ ਹੀ ਗਲੇ ਦੇ ਵਿੱਚ ਫਸਾ ਲਈ। ਇੱਧਰ ਆ, ਮੈਂ ਕੱਢਾਂ ਤੇਰੇ ਸਾਹ, ਅਵਲ ਜਦੋਂ ਮੈਂ ਜ਼ੋਰ ਲਾਵਾਂਗਾ ਨਾ ਤੇ ਸਾਹ ਬਾਹਰ ਨੂੰ ਕੱਢਦੀ ਭਾਵੇਂ ਆਖਰੀ ਹੋਵੇ, ਜਾਂ ਫਿਰ ਤੇਰੀ ਜਾਨ ਨਿਕਲ ਜਾਏਗੀ ਤੇ ਜਾਂ ਫਿਰ ਤੇਰੀ ਚੀਕਮ ਨਿਕਲ ਜਾਏਗੀ। ਹਿੰਮਤ ਕਰੀ ਬਸ ਥੋੜ੍ਹੀ ਦੇਰ। ਬਹੁਤ ਅੱਛੇ ਸਰ, ਹੋਰ ਜ਼ੋਰ ਲਾਓ। ਲੋੜ ਤੇ ਦਿਆਂ। ਇਹ ਕੀ ਕਰਨ ਡਿਆ ਤੂੰ? ਤੂੰ ਉਹਦੀ ਚਿਕਮ ਕੱਢ, ਤੂੰ ਮੌਕਾ ਵੇਖ ਕੇ ਆਪਣਾ ਫਾਇਦਾ ਕੱਢਣ ਡਿਆ। ਮਿਹਰਬਾਨੀ ਸਰ ਤੁਹਾਡੀ, ਅਗਲੀ ਵਾਰੀ ਚਿਕਮ ਫਸੇ ਤੇ ਮੈਨੂੰ ਆਵਾਜ਼ ਦੇਣੀ ਆ। ਇਹਨੂੰ ਸੋਟਾ ਮੈਂ ਕਰ ਲਾਂਗਾ। ਚਲੋ ਸ਼ੁਕਰ ਆ ਜਾਨ ਛੁੱਟੀ, ਮੈਂ ਥਾਣਾ ਛੱਡ ਕੇ ਚੱਲਿਆ। ਪੁੱਛ ਥਾ ਕਿਤੇ ਜਨਾਬ ਕਿੱਥੇ ਚੱਲਣਾ, ਸਰਦੀਆਂ ਆ ਗਈਆਂ, ਕਿਤੇ ਆਂਡਿਆਂ ਦਾ ਸੀਜ਼ਨ ਲਾਉਣ ਦਾ ਤਾਂ ਨਹੀਂ ਪ੍ਰੋਗਰਾਮ ਬਣ ਗਿਆ ਤੁਹਾਡਾ? ਤੁਹਾਡੀਆਂ ਇਹਨਾਂ ਗੱਲਾਂ ਤੋਂ ਤੇ ਛੱਡ ਕੇ ਚੱਲਾਂ ਮਰਾਸੀ ਚ ਨਾ ਹੋਣ ਤੇ। ਵੈਸੇ ਮੈਂ ਮਰਾਸੀ ਕਹਿੰਦਾ ਤੁਹਾਨੂੰ ਗੁੱਸਾ ਤੇ ਨਹੀਂ ਲੱਗਦਾ? ਚਲੋ ਕਰ ਵੀ ਲਏਗਾ, ਤੂੰ ਕਿਹੜਾ ਮੈਨੂੰ ਕੁਛ ਕਹਿ ਲੈਣਾ, ਤੂੰ ਤੇ ਆਪ ਬੁੱਢੀ ਦੇ ਥੱਲੇ ਲੱਗਿਆ, ਪੁੱਛ ਲੈ ਇਹਨੇ ਦੱਸਿਆ ਮੈਨੂੰ। ਮੈਂ ਤੈਨੂੰ ਕਦੋਂ ਕਿਹਾ ਸੀਗਾ? ਯਾਦ ਕਰ, ਹੁਣ ਭੁੱਲ ਗਈ ਹੈ? ਯਾਦ ਕਰ, ਇੱਕ ਵਾਰੀ ਤੂੰ ਕੋਠੇ ਤੇ ਕੱਪੜੇ ਸੁੱਕਣੇ ਪਾਉਣ ਆਈ ਸੀ ਤੇ ਮੈਂ ਤੈਨੂੰ ਪੁੱਛਿਆ ਸੀ ਤੇਰਾ ਬੰਦਾ ਕਿੱਥੇ, ਤੇ ਤੂੰ ਮੈਨੂੰ ਕਿਹਾ ਸੀ ਮੈਂ ਉਹਨੂੰ ਚਾਹ ਬਣਾਉਣ ਦਾ ਕਿਹਾ ਤੇ ਉਹ ਥੱਲੇ ਲੱਗਾ। ਦੱਸੋ ਜੀ ਇਹਦਾ ਫਿਰ ਕੀ ਮਤਲਬ ਬਣਦਾ? ਤੂੰ ਚਾਹ ਦਾ ਲਾਜ਼ਮੀ ਦੱਸਣਾ ਸੀ ਉਹਨੂੰ, ਉਹਨੇ ਥੱਲੇ ਕਮਾਲ ਲਾਇਆ ਸੀ। ਉਹ ਨਾ ਭਾ, ਹੁਣ ਸਫਾਈਆਂ ਦੇਣ ਦੀ ਕੋਈ ਲੋੜ ਨਹੀਂ ਹੈਗੀ। ਹੁਣ ਤੂੰ ਲੱਗਦਾ ਸਾਡੀ ਆਪਸ 'ਚ ਲੜਾਈ ਕਰਾ ਕੇ ਇੱਥੋਂ ਜਾਣਾ। ਤੇਰਾ ਮਤਲਬ ਉਹ ਤੇਰੇ ਕੋਲ ਡਰਦੀ? ਦੋ ਕੁ ਹੱਥ ਵਹਾ ਹੀ ਦੇ ਬਲਕੀਸ ਇਹਨੂੰ, ਲਾਵੇ ਹੱਥ ਮੈਂ ਦੰਦ ਭੰਦ। ਚਲੋ ਜੇ ਫੈਸਲਾ ਉਹ ਕਹੀ ਰਹੂਗਾ, ਉਹ ਮੇਰੀ ਵਜ੍ਹਾ ਤੋਂ ਲਿਹਾਜ਼ ਕਰਨ ਲਈ ਤੇਰਾ, ਕਿਸੇ ਕੋਲ ਡਰਦਾ ਨਾ ਕਰੇ ਲਿਹਾਜ਼। ਮੈਂ ਕਹਿੰਦਾ ਲਪੇਟ ਕੇ ਨਿਕਲ ਜਾ, ਪਤਾ ਨਹੀਂ ਉਹ ਕਿੱਦਾਂ ਗੁੱਸਾ ਰੋਕ ਕੇ ਬੈਠੀ ਆ। ਇਹ ਨਾ ਹੋਵੇ ਤੇਰੀਆਂ ਬਾਚੀਆਂ ਬੂਚੀਆਂ ਸਿੱਕ ਜਾਣ ਤੇ ਬਾਅਦ ਤੋਂ ਰੋਟੀ ਖਾਣ ਤੋਂ ਬੈਠਾ ਰਵੇ। ਸ਼ੁਕਰ ਕਰ ਗੁੱਸਾ ਨਹੀਂ ਆਇਆ, ਤੁਹਾਡੀ ਕਿਸਮਤ। ਮੈਨੂੰ ਤਾਂ ਇੱਕ ਵਾਰੀ ਮੱਝ ਨੇ ਪੂਛਲ ਮਾਰੀ ਤੇ ਮੈਂ ਉਹਦੀ ਪੂਛਲ ਤੇ ਦੰਦੀਆਂ ਵੱਢੀਆਂ ਸੀ, ਮੈਂ ਗੁੱਸੇ ਦਾ ਇੰਨਾ ਕੋੜਾ ਹੀ। ਠੀਕ ਆ ਫਿਰ, ਹੁਣ ਤੈਨੂੰ ਕਿਸੇ ਨਹੀਂ ਬਚਾਣਾ, ਮੇਰੇ ਬਾਅਦ ਹੋਵੇ ਕੀ ਤੇਰਾ ਹਾਲ? ਉਹ ਤੇ ਮੇਰੀ ਵਜ੍ਹਾ ਤੋਂ ਚੁੱਪ ਸੀ ਤੇ ਮੈਂ ਹੁਣ ਚੱਲਾਂ ਹੀ, ਮੈਨੂੰ ਮਗਰੋਂ ਆਵਾਜ਼ ਨਹੀਂ ਦੇਣੀ। ਬੇਵਕੂਫ, ਸਾਨੂੰ ਲੜਾਉਣ ਆਇਆ ਸੀ। ਹਾਂਜੀ ਕੋਈ ਚੰਗਾ ਮਾਲਸ਼ੀਆ ਵਕਤ ਹੈ ਤੁਹਾਡਾ? ਕਿਉਂ ਜੀ, ਮੇਰਾ ਦਿਲ ਤੁਹਾਨੂੰ ਉਹਦੇ ਕੋਲ ਕਟਵਾ ਹੀ ਦਵਾਂ ਮੈਂ, ਜ਼ਰਾ ਛੇਤੀ ਘਰ ਆਉਣਾ ਹੀ। ਜਿੱਦਾਂ ਤੁਹਾਡਾ ਹੁਕਮ। ਆਹ ਅੱਜ ਫਿਰ ਸ਼ੋਪਿੰਗ ਨਾ ਕਰੀਏ, ਮੈਨੂੰ ਆ ਕੇ ਪਿਆ। ਕੀ ਕਿਹਾ? ਆ ਮੈਂ ਕਿਹਾ ਤੁਹਾਡੀ ਸਾਲਗਿਰਾ ਆ ਰਹੀ ਸੀ ਤੇ ਤੁਹਾਨੂੰ ਅੱਛਾ ਜਿਹਾ ਗਿਫਟ ਲੈ ਦਵਾਂ। ਕੀ ਪ੍ਰੋਗਰਾਮ? ਹਾਂ ਕੀ ਬਕਵਾਸ ਕਰਦਾ ਸੀ ਤੂੰ? ਮੈਂ ਐਡੀ ਵੀ ਜ਼ਾਲਮ ਨਹੀਂ ਕਿ ਆਪਣੇ ਖਾਵਤ ਤੇ ਹੱਥ ਚੁੱਕਾਂ। ਮੈਂ ਦੋਜ਼ਖੀ ਹੋਣਾ? ਮੈਂ ਤੇ ਆਪਣੇ ਪਿਆਰੇ ਖਾਵਤ ਨੂੰ ਨਵੀਂ ਜੁੱਤੀ ਲਿਆਂਦੀ ਹੈ ਨਾ, ਉਹਦੇ ਨਾਲ ਕੁੱਟਾਂਗੀ। ਅੱਛਾ ਰੋਟੀ ਖਾਣ ਨੂੰ ਪੈਸੇ ਨੇ, ਤੂੰ ਨਵੀਂ ਜੁੱਤੀ ਲਾਈ ਆ? ਤੁਹਾਨੂੰ ਹੀ ਤੇ ਮਾਰਨ ਵਾਸਤੇ ਲਿਆਂਦੀ ਹੈ। ਇਹ ਤਾਂ ਕੰਮ ਕਿਸੇ ਪੁਰਾਣੀ ਜੁੱਤੀ ਨਵੀਂ ਚੱਲ ਸਕਦਾ ਸੀ। ਹੈ ਕਿ ਨਹੀਂ ਪਾਗਲ, ਨਵੀਂ ਜੁੱਤੀ ਨਾ ਮਾਰਾਂਗੇ ਬੰਦੇ ਨੂੰ? ਦੱਸ ਕਿੱਡੀ ਸੌਫਟ ਜੇ ਸ਼ੋਹਰ ਨੂੰ ਕੁੱਟਣ ਵਾਸਤੇ 300 ਦੀ ਜੁੱਤੀ ਨਵੀਂ ਲੈਂਦੀ, ਨਾਕਸ ਬੀਵੀ ਫਜ਼ੂਲ। ਹਾਲੇ ਵੀ ਮੰਨ ਲਾ ਪੁਰਾਣੀ ਜੁੱਤੀ ਨਾ ਕੁੱਟਣਾ, ਉੱਤੋਂ ਜੁੱਤੀ ਵੀ ਵੱਡੀ ਏਡੀਆਂ ਨਹੀਂ ਲਿਆਈ ਆਉਣੀ ਆ, ਤੁਹਾਨੂੰ ਸ਼ਰਮ ਨਹੀਂ ਆਤੀ? ਤੇਰਾ ਕੁੱਟ ਖਾਣ ਦਾ ਮੂਡ ਹੀ ਨਹੀਂ, ਜਾਂ ਮੈਂ ਨਹੀਂ ਕੁੱਟਦੀ ਅੱਜ ਤੈਨੂੰ?
ਬਿਲਕੇਸ ਜੇ ਮੈਂ ਮੁੱਕਰਿਆ ਵਾਂ ਨਾ ਤਾਂ ਮੈਂ ਤੇਰਾ ਗੁਨਹਗਾਰ ਹਾਂ, ਮੈਨੂੰ ਭਾਵੇਂ ਤੂੰ 10 ਦੀ ਜਗ੍ਹਾ 20 ਮਾਰ ਲਾ ਮੈਂ ਤੇ ਉਫ ਵੀ ਨਹੀਂ ਕਰਾਂਗਾ। ਮੈਨੂੰ ਹਾਲੇ ਵੀ ਉਹ ਦਿਨ ਯਾਦ ਆ ਜਿੱਦਣ ਤੂੰ ਮੈਨੂੰ ਖੁੱਸਿਆਂ ਦੇ ਨਾਲ ਕੁੱਟਿਆ ਸੀ ਅਤੇ ਤੇਰੀ ਜਗ੍ਹਾ 'ਤੇ ਸਾਰੀ ਰਾਤ ਚੀਕਾਂ ਮੈਂ ਮਾਰੀਆਂ ਸੀ ਪਰ ਮੈਂ ਤੈਨੂੰ ਕੁਛ ਨਹੀਂ ਸੀ ਕਿਹਾ ਅਤੇ ਹੁਣ ਤੂੰ ਵੀ ਕੁਛ ਨਾ ਕਹਿ ਮੈਨੂੰ ਰਸਾਲਾ ਪੜ੍ਹਨ ਦੇ ਅਤੇ ਮੈਨੂੰ ਨੀਂਦ ਕਿੱਦਾਂ ਆਊ ਜਿਤਨੀ ਤੀਕਰ ਮੈਨੇ ਤੁਮੇ ਕੂਟ ਨਾ ਲਿਆ। ਮੇਰਾ ਦਿਨ 'ਚ ਇੱਕ ਤਰਕੀਬ ਆਈ, ਤੂੰ ਜੁੱਤੀਆਂ ਮਾਰਨੀਆਂ ਕੰਧ ਦੇ ਵਿੱਚ ਮਾਰ ਲਾ, ਜਦੋਂ ਗੁੱਸਾ ਲੱਥ ਜੂ ਉਦੋਂ ਆ ਜੀ। ਇੱਧਰ ਭਰਾ ਰਸਾਲਾ, ਮੈਂ ਵੀ ਨਹੀਂ ਤੈਨੂੰ ਪੜ੍ਹਨ ਦੇਣਾ। ਤੈਨੂੰ ਪਤਾ ਵੀ ਹੈ ਮੇਰੇ ਲਾਗੇ ਕੋਈ ਖੱਪ ਆਵੇ ਤੇ ਮੈਨੂੰ ਨੀਂਦ ਨਹੀਂ ਆਉਂਦੀ। ਹੁਣ ਬਸ ਕਰ। ਖੱਪ ਕਦੀ ਮੈਂ ਤਾਂ ਦਿਲ 'ਚ ਪੜ੍ਹਨਾ। ਉਹ ਮੈਨੂੰ ਫੇਰ ਵੀ ਆਵਾਜ਼ ਆਉਂਦੀ ਹੈ। ਬੱਲਾ ਉਹ ਤਰੇ ਦੀ ਸੈਸਟਰ ਬੀਵੀ ਮਰੇ, ਦਿਲ ਦੇ ਆਵਾਜ਼ ਸੁਣਦੀ ਹਾਂ ਤਾਂ ਮੈਂ ਤਾਂ ਜ਼ੁਲਮ ਨਾ ਕਰੇ। ਮੈਂ ਕੀ ਤੇਰੇ ਤੇ ਤੱਤਾ ਪਾਣੀ ਸੁੱਟ ਦਿੱਤਾ ਹੈ, ਐਡਾ ਤੂੰ ਮਜ਼ਲੂਮ ਸ਼ੌਹਰ। ਮੈਨੂੰ ਨੀਂਦ ਆਈ ਹੈ। ਮੈਨੂੰ ਨਹੀਂ ਆਈ, ਮੱਕਣ ਔਰ ਫਾਲਾ ਦੇ ਦੇ ਚੰਗੀ ਰੰਗ। ਤੁਹਾਨੂੰ ਮੇਰਾ ਗੁੱਸੇ ਦਾ ਪਤਾ, ਬੇਗਮ ਫਿਰ ਇਹ ਨਾ ਹੋਇਆ ਕਿ ਮੈਂ ਤੇਰੀ ਨਵੀਂ ਜੁੱਤੀ ਚੁੱਕ ਕੇ ਉਹਨੂੰ ਪਾਣੀ ਦੇ ਵਿੱਚ ਪਾ ਕੇ ਤੇ ਬਰਬਾਦ ਕਰ ਰਿਹਾ। ਮੈਂ ਕਹਿੰਦੀ ਹਾਂ ਤੂੰ ਦਫਾ ਹੋ ਜਾ, ਮੈਨੂੰ ਸਤਾਏ ਅੱਲਾ ਕਰੇ ਤੇਰੇ 'ਚ ਟਰੱਕ ਵੱਜੇ ਜਾਂ ਫਿਰ ਤੂੰ ਟਰੱਕ 'ਚ ਵੱਜੇ ਜਾਂ ਦੋਵੇਂ ਇੱਕ ਦੂਜੇ 'ਚ ਵੱਜੋ ਤੇ ਟਰੱਕ ਦਾ ਡਰਾਈਵਰ ਤੈਨੂੰ ਹੈਂਡਲ ਨਾਲ ਬੰਨ ਲਵੇ ਤੇ ਸੱਖਰ ਜਾ ਕੇ ਖੋਲੇ ਤੈਨੂੰ। ਸਗੋਂ ਮੈਨੂੰ ਝੂਟੇ ਮਿਲਣਗੇ, ਵਾਪਸ ਕਿੱਦਾਂ ਆਊਗਾ? ਵਾਪਸੀ ਤਾਂ ਮੈਨੂੰ ਕਿਰਾਇਆ ਤਾਂ ਦੇਣਗੇ ਕਿ ਨਹੀਂ? ਤੇਰੀ ਵਾਧਵਾ ਪੂਰੀ ਹੋ ਗਈ ਤਾਂ ਮੈਂ ਤਾਂ ਫਿਰ ਉੱਥੇ ਰਹਿ ਜਾਊਂਗਾ। ਵੈਸੇ ਟਰੱਕ 'ਚ ਸਫ਼ਰ ਕਰਾਉਣਾ ਲੱਗ ਤਾਂ ਮੈਨੂੰ ਕਿਸੇ ਸੋਹਣੀ 'ਚ ਗੱਡੀ 'ਚ ਕਰਾਉਂਦੀ ਨਾ ਤਾਂ ਬੜਾ ਮਜ਼ਾ ਆਉਂਦਾ। ਤੂੰ ਮੈਨੂੰ ਹਰ ਜਗ੍ਹਾ ਬਿਸਤ ਕਰਾਇਆ, ਇਹੀ ਤੇਰਾ ਕਿਰਾਇਆ ਤਾਂ ਤੂੰ ਜਿਹੜਾ ਮੈਨੂੰ ਟਰੱਕ 'ਚ ਸਫ਼ਰ ਕਰਾਇਆ ਨਾ ਤੇਰਾ ਕਿਰਾਏ ਨੂੰ ਲਾ ਕੇ ਤਾਂ ਆਪਣੀ ਮਾਂ ਦਾ ਘਰ ਚੱਲ ਜਾਈ, ਮੇਰੇ ਕੋਲ ਨਾ ਮੰਗਦੀ ਫਿਰੀ ਐਵੇਂ ਮੈਂ ਦੱਸਦਾ। ਉਹ ਤੂੰ ਮੇਰੀ ਜਾਨ ਛੱਡਣੀ ਹੈ ਕਿ ਨਹੀਂ? ਥੋੜ੍ਹਾ ਕਾਸਤਾਂ 'ਤੇ ਬੋਲਣਾ, ਤੈਨੂੰ ਪਤਾ ਜਵਾਨ ਪੁੱਤ ਨਾਲ ਦੇ ਕਮਰੇ 'ਚ ਸੁੱਤਾ, ਉਹ ਵੀ ਸੋਚਦਾ ਹੋਣਾ ਕਾਹਦੀ ਲੜਾਈ ਹੋਣ ਦੀ ਅੰਦਰ ਰਾਤ ਦੀ। ਉੱਠ ਗਿਆ ਤਾਂ ਦੋਵਾਂ ਦੀ ਬਿਸਤੀ ਕਰੂੰਗਾ, ਕਿਉਂ ਬੁੱਢੇ ਵਾਰਾਂ ਦਲੀਲ ਕਰਾਉਣ ਦੀ ਮੈਨੂੰ? ਜਿੱਦਾਂ ਤੂੰ ਨਹੀਂ ਕਹਿਣਾ ਮੰਨਦਾ ਇੱਦਾਂ ਉਹ ਵੀ ਨਹੀਂ ਮੰਨਦਾ। ਮੌਲਾ ਦਾ ਵਾਸਤਾ ਹੀ ਸੌਂ ਜਾ। ਕੁਝ ਹੋਰ ਖਾਣਾ? ਆ ਬੇਗਮ ਮੈਂ ਕਾਂਡਾ ਮਿਲ ਜਾ। ਆ ਜ਼ਿਆਦਾ ਲਾਲ ਨਹੀਂ ਕਰ ਲਿਆਂਦਾ? ਹਾਂ ਕੀ ਹਾਲ ਆ ਪੁੱਤ? ਆ ਮੈਨੂੰ ਤੇਰੀ ਮਾਂ ਨੇ ਦੱਸਿਆ ਤੂੰ ਕੋਈ ਕੁੜੀ ਦੜਾ ਕੇ ਲਿਆਇਆ। ਆਹ ਕੁੜੀ ਆ ਜਣੀ? ਹਾਂਜੀ, ਕੋਈ ਮਸਲਾ? ਨਹੀਂ ਨਹੀਂ ਕੋਈ ਮਸਲਾ ਨਹੀਂ। ਮੇਰੇ ਖਿਆਲ 'ਚ ਤੂੰ ਇੱਥੋਂ ਦੜਾਈਆਂ ਕਿ ਚੈੱਕ ਕੀਤਾ ਕੋਈ ਕਿਤੇ ਲੰਗੜੀ ਲੁੰਗੜੀ ਨੇ? ਮੈਨੂੰ ਪਤਾ ਮੇਰੇ ਪੁੱਤ ਦੀ ਸੋਚ ਉੱਚੇ ਲੈਵਲ ਦੀ ਹੈ। ਕਦੀ ਤੇ ਯਾਦਗਾਰ ਦੇ ਉੱਤੇ ਚੜ੍ਹ ਕੇ ਕੁੜੀ ਫਸਾਈ ਆ, ਉੱਚੀ ਸੋਚੂ ਆ। ਆ ਜਾ ਫਿਰ ਪੁੱਤ, ਇਕੱਠੇ ਬਹਿ ਕੇ ਨਾਸ਼ਤਾ ਕਰਦੇ ਹਾਂ, ਨਾਲੇ ਇਹਨੂੰ ਵੀ ਲਾਇਆ, ਨਾਲੇ ਇਹਨੂੰ ਸਮਝਾ ਵੀ ਸਾਡੀ ਖਿਦਮਤ ਵੀ ਕਰਨੀ ਆ। ਆ ਜਾ ਨਾਸ਼ਤਾ ਕਰੀ ਆ, ਕਿਉਂ ਪਿਆਰੀ ਬੇਗਮ? ਮਿਹਰਬਾਨੀ। ਹਾਂਜੀ ਕੰਮ ਹੋ ਰਿਹਾ, ਕਰੋ। ਆਉ ਤਾਂ ਸਿਫਾਰਿਸ਼ ਆਈ ਹੈ ਜੀ ਜੂਰੇ ਵਾਸਤੇ। ਉੱਤੋਂ ਕੀ ਮਤਲਬ, ਕੋਠੇ ਤੋਂ ਆਈ ਜਾਂ ਫਿਰ ਸਮਾਨਾ ਤੋਂ? ਨਹੀਂ ਸਰ, ਮੇਰੇ ਕਹਿਣ ਦਾ ਮਤਲਬ ਇਹ ਬਈ DIG ਸਾਹਿਬ ਵੱਲੋਂ। ਅੱਛਾ, DIG ਸਾਹਿਬ ਵੱਲੋਂ ਜਿੱਥੋਂ ਮਰਜ਼ੀ ਸਿਫਾਰਿਸ਼ ਆ ਜਾਵੇ ਮੈਂ ਉਹਨੂੰ ਨਹੀਂ ਛੱਡਣਾ। ਜਿਹਦੀ ਦਿਲ ਕਰਦਾ ਮੂੰਹ ਚੁੱਕ ਕੇ ਤੇ ਸਿਫਾਰਿਸ਼ ਕਰ ਦਿੰਦੇ। ਮੈਂ ਨਹੀਂ ਕਿਸੇ ਦੀ ਸਿਫਾਰਿਸ਼ ਮੰਨਣੀ ਕਿਉਂਕਿ ਮੈਂ ਆਪ ਕਿਸੇ ਦੀ ਸਿਫਾਰਿਸ਼ ਦੇ ਨਾਲ ਪਰਤੀ ਹੋਇਆ। ਚੰਦ ਸਿਫਾਰਿਸ਼ ਜੋ ਕਰਤਾ ਹੂੰ ਮਾਨ। ਸਰ ਜੀ, ਆ ਰਾਤੀ ਮਿੰਟੋ ਪਾਰਕ ਚੋਂ ਇੱਕ ਜੋੜਾ ਫੜਿਆ, ਇਹਦਾ ਕੀ ਕਰਨਾ ਹੁਣ? ਸਰ ਇਹ ਉਹ ਤੇ ਨਹੀਂ, ਦੋ ਹੰਸੋ ਕਾ ਜੋੜਾ। ਇੱਥੇ ਤਾਂ ਲਿਖਿਆ ਕੁਛ ਹੋਰ, ਇੱਕ ਨਸ਼ਾਈ ਦਾ ਕੋਲੋਂ ਦੋ ਸਿਕਟਾਂ ਦਾ ਜੋੜਾ ਫੜਿਆ। ਜੇ ਉਹ ਤਾਂ ਮੈਂ ਕੋਈ ਦੇ ਦਿਓ ਯਾਰ, ਰਾਤ ਕੋ ਪੀਸ। ਇੰਨਾ ਸ਼ੌਕ ਆ ਤੇ ਤੁਹਾਨੂੰ ਮੋਟੇ ਸੋਲ ਦਾ ਜੋੜਾ ਨਾ ਚੈੱਕ ਕਰਾਈਏ, ਮੇਰੇ ਖਿਆਲ 'ਚ ਤੁਹਾਨੂੰ ਉਹਦਾ ਬੜਾ ਸਵਾਦ ਆਏਗਾ। ਆ ਵਨ ਵੀਲਿੰਗ ਕਰਨ ਵਾਲਾ ਮੁਜਰਮ ਕਿੱਥੇ ਆਵੇ? ਉਹਨੇ ਕਿ 500 ਲੈ ਲਾ ਛੱਡ ਦੇ, ਮੇਰੇ ਕੋਲ ਨਾ ਹੀ ਨਹੀਂ ਹੋਈ। ਰਿਸ਼ਵਤ ਲਾਈ ਤੂੰ, ਦੇ ਵਿੱਚੋਂ 250 ਮੇਰਾ ਵੀ ਹਿੱਸਾ ਬਣ ਬਾਈ। ਉਹ ਕੋ ਤਾਂ ਮੈਂ ਨੱਪਿਆ, ਮੈਂ ਕੋ ਵੀ 100 ਰੁਪਇਆ ਦਿਓ, ਮੈਂ ਵੀ ਚਾਸ ਚਾਸ ਹਾਂ। ਇਹਨਾਂ ਨਾਲ ਸਰ ਬਹਿਸ ਕਰਨ ਦਾ ਕੋਈ ਫਾਇਦਾ ਨਹੀਂ, ਤੁਸੀਂ ਇਹਨਾਂ ਦੇ ਬੌਸ ਨਾਲ ਗੱਲ ਕਰੋ। ਭੈਣ ਤਾਰਾ ਮੇਰੀ ਗੱਲ ਸੁਣੋਗੇ? ਉਹ ਕਿੱਥੇ ਤੁਹਾਡਾ ਗੰਜਾ ਅਫਸਰ, ਉਹਨੂੰ ਮੇਰੇ ਕਮਰੇ 'ਚ ਕੱਲ੍ਹ ਮੈਂ ਉਹਦੇ ਨਾਲ ਵੀ ਗੱਲ ਕਰਨੀ ਹੈ। ਉਹਦੀ ਤਰੱਕੀ ਠੀਕ ਹੈ ਸਰ,
ਹੁਣ ਉਹ ਗਾਂਧ ਵਾਲਾ ਟਰੱਕ ਡਰਾਈਵ ਕਰਦਾ ਹੈ। ਬਹੁ ਜਲਦੀ ਮੇਰੀ ਵੀ ਤਰੱਕੀ ਥੀ ਵੇ ਸੀ। ਐਂ ਤਾਂ ਗਟਰ ਹੀ ਕੱਢਿਆ ਕਰੋ। ਚਲੋ ਕਦੀ ਨਾ ਕਦੀ ਤੇ ਸਾਡੀ ਵੀ ਸੁਣੀ ਜਾਓ, ਅਸੀਂ ਵੀ ਕੁੱਕੜੀਆਂ ਦੇ ਖੰਭ ਇਕੱਠੇ ਕਰਿਆ ਕਰਾਂਗੇ। ਜਦੋਂ ਗੱਡੀ ਲੈ ਕੇ ਰੋਡ ਤੇ ਨਿਕਲਣਾ, ਲੋਕਾਂ ਨੇ ਮੈਨੂੰ ਆਪਾਂ ਹੀ ਰਾਤ ਦੇ ਦਿਆ ਕਰਨਾ। ਲੈ ਬਈ ਤੂੰ ਜ਼ਰਾ ਪੰਜ ਮਿੰਟ ਬਾਹਰ ਖਲੋਣਾ, ਮੈਂ ਜ਼ਰਾ ਇਹਦਾ ਹਿਸਾਬ ਲਾ ਲਵਾਂ ਤੇ ਤੂੰ ਕਿਸੇ ਨੂੰ ਅੰਦਰ ਨਹੀਂ ਆਉਣ ਦੇਣਾ, ਯਾਨੀ ਕਿ ਨੋ ਡਿਸਟਰਬਿੰਗ। ਠੀਕ ਹੈ ਸਰ। ਕੁਛ ਮੰਨਿਆ? ਨਹੀਂ ਸਰ, ਮੰਨਦਾ ਹੀ ਨਹੀਂ। ਬਲਾਵਲ ਸਾਹਿਬ, ਇਹ ਉਹਨੂੰ ਤੁਸੀਂ ਕਿਸ ਕੰਮ ਲਈ ਮਨਾਉਣ ਤੁਰੇ ਜੇ? ਤੈਨੂੰ ਮੁਜਰਮ ਦਿੱਤਾ ਸੀ ਕਿ ਤੂੰ ਉਹਦੇ ਕੋਲੋਂ ਜੁਰਮ ਮਨਾਉਣਾ ਵਾ, ਦੂਜਾ ਨਹੀਂ। ਸਰ ਜੀ, ਕੋਈ ਚੰਗੀਆਂ ਗੱਲਾਂ ਨਹੀਂ, ਤੁਸੀਂ ਹਰ ਟਾਈਮ ਮੇਰੇ ਤੇ ਸ਼ੱਕ ਕਰਦੇ ਹੋ। ਉਹਨੂੰ ਪੁੱਛ ਲਓ ਭਾਵੇਂ, ਮੈਂ ਉਹਦੇ ਬਹੁਤ ਤਰਲੇ ਕੀਤੇ ਸਰ ਜੀ, ਤੇ ਉਹ ਮੰਨਿਆ ਹੀ ਨਹੀਂ। ਤੁਸੀਂ ਉਹਦੇ ਕੋਲੋਂ ਕਿਸੇ ਵੀ ਗੱਲ ਦਾ ਜਵਾਬ ਲੈ ਲਓ ਤੇ ਮੈਂ ਤੁਹਾਨੂੰ ਮੰਨ ਲਊਂ। ਅੱਛਾ, ਇਹ ਹੁਣ ਮੈਨੂੰ ਚੈਲੰਜ ਕਰਦਾ? ਸਰ ਜੀ, ਤੁਸੀਂ ਕੋਈ ਗੱਲ ਜਾ ਕੇ ਉਹਨੂੰ ਵੀ ਪੁੱਛ ਲਓ ਕਿ ਸਾਰੇ ਸਵਾਲ ਮੈਨੂੰ ਹੀ ਕਰੀ ਜਾਣ ਜੇ, ਮੇਰੀ ਜਾਨ ਨਹੀਂ ਛੱਡ ਦਿੰਦੇ ਤੁਸੀਂ। ਹੁਣ ਨਾ ਕੋਈ ਸਵਾਲ ਕਰਿਓ, ਪੁੱਛੋ ਹੁਣ ਉਹਨੂੰ ਆਪੇ। ਯਾਨੀ ਮੈਂ ਸਵਾਲ ਬਹੁਤ ਕਰਦਾ? ਹੁਣ ਬੜੀ ਛੇਤੀ ਧੌਣ ਮਾਰੀ ਹੈ, ਵੀ ਤਾਂ ਮੈਂ ਤੈਨੂੰ ਸਵਾਲ ਹੀ ਪੁੱਛਿਆ ਸੀ। ਹਾਂ ਬਾਈ ਕਾਕਾ, ਤੂੰ DIG ਕੋਲੋਂ ਵੱਡੀ ਸਿਫਾਰਿਸ਼ ਪਵਾਈ ਸੀਗੀ। ਹੈਂ, ਨਾਮ ਕੀ ਤੇਰਾ? ਅਜ਼ੀਮ। ਬਹੁਤ ਅੱਛੇ ਬੇਟੇ, ਨਾਂ ਤੇ ਮਾਂ ਪਿਓ ਨੇ ਬਹੁਤ ਹੀ ਚੁਣ ਕੇ ਰੱਖਿਆ ਵੀ ਅਜ਼ੀਮ। ਅਜ਼ੀਮ ਭੈਣ, ਪਿਓ ਦਾ ਕੀ ਨਾਮ? ਫਕੀਰ। ਬਹੁਤ ਅੱਛਾ, ਬਲਾਵਲ ਭੈਣ ਲਿਖੋ ਫਿਰ ਇਹਦਾ ਨਾਮ ਅਜ਼ੀਮ ਫਕੀਰ। ਅਜ਼ੀਮ ਪੜਿਆ ਕਿੰਨੀਆਂ? 12। ਵੈਸੇ ਇੱਕ ਗੱਲ ਹੈ ਸਰ, ਮੁਜਰਮ ਤੁਹਾਡੇ ਨਾਲ ਜ਼ਿਆਦਾ ਪੜਿਆ ਹੋਇਆ, ਇਹਦੇ ਨਾਲ ਪੰਜਾਬੀ ਬੋਲਣ ਦੀ ਕੋਸ਼ਿਸ਼ ਨਹੀਂ ਕਰਨੀ। ਜੇ ਮੇਰੇ ਨਾਲ ਤੂੰ ਹੁਣ ਬਦਤਮੀਜ਼ੀ ਕੀਤੀ ਤੇ ਮੈਂ ਤੈਨੂੰ ਵੋ ਕਰ ਦੂ, ਯੇ ਕਰ ਦੂ, ਫਲਾਂ ਕਰ ਦੂ, ਟੀਂਗ ਕਰ ਦੂ, ਵੱਡੀ ਰਹਿੰਦੀ ਨੀ, ਸ਼ੇਰ ਨੀ, ਸਾਹ ਵੀ ਲੈ ਲੈ, ਸਾਹ ਲੈ ਲੈ, ਮੇਰਾ ਕਿਹੜਾ ਤੇਰੀ ਮਾਂ ਨਾਲ ਕਬੱਡੀ ਦਾ ਮੈਚ ਹੈ? ਹੁਣ ਮੇਰੇ ਨਾਲ ਬਦਤਮੀਜ਼ੀ ਨਾ ਕਰੀ, ਜਾਂ ਦਫਾ ਹੋ ਜਾਏ ਤੂੰ, ਜਾਂ ਮੈਂ ਨੀ ਪਰਚਾ ਕੱਟਣਾ। ਐ ਲੈ ਫੜ ਤੇਰੀ ਚਾਹ। ਕੀ ਗੱਲ ਆ, ਬੜਾ ਗੁੱਸਾ ਚੜਿਆ? ਇਹ ਭਲਾ ਕੀ ਗੱਲ ਹੋਈ? ਪਹਿਲੇ ਕਹਿੰਦੀ ਮਿਲਣ ਵਾਸਤੇ ਬੁਲਾਇਆ ਸੀ, ਜਦੋਂ ਮੈਨੂੰ ਪਤਾ ਲੱਗਾ ਤੇ ਕਹਿੰਦੀ ਸ਼ਾਪਿੰਗ ਲਈ ਬੁਲਾਇਆ ਸੀ। ਕਿੱਥੇ ਗਿਆ ਮੇਰਾ ਸ਼ਰੀਕ? ਮੈਂ ਵੀ ਆਪਣਾ ਟਰੱਕ ਨਾਲ ਹੀ ਲਿਆਇਆ ਤੁਹਾਨੂੰ ਸਾੜਨ ਵਾਸਤੇ। ਆਓ ਮੈਂ ਤੁਹਾਨੂੰ ਆਪਣਾ ਟਰੱਕ ਵਿਖਾਵਾਂ। ਅਸੀਂ ਨਹੀਂ ਵੇਖਣਾ। ਹਾਂ, ਸੜ ਗਈ। ਤੇਰਾ ਬੰਦਾ ਆਵੇ ਤਾਂ ਬਿਸ਼ਕ ਉਹਨੂੰ ਦੱਸ ਦੇ, ਬਾਹਰ ਜਿਹੜਾ ਕੂੜੇ ਵਾਲਾ ਟਰੱਕ ਆ ਉਹ ਮੇਰਾ ਹੀ, ਲਾਜ਼ਮੀ ਦੱਸੀ। ਠੀਕ ਆ। ਹਾਂ ਜੀ, ਕੀ ਹਾਲ ਆ ਭਾਈ? ਸੌਰੀ ਭਾਈ ਜਾਨ, ਮੇਰੇ ਕੋਲ ਟਾਈਮ ਨਹੀਂ ਹੈਗਾ, ਬਿਲਕੁਲ ਨਹੀਂ, ਇੱਕ ਮਿੰਟ ਦਾ ਵੇਲ ਨਹੀਂ ਹੈਗਾ, ਪੂਰੇ ਸ਼ਹਿਰ ਦਾ ਕੂੜਾ ਚੁੱਕਣਾ ਹਾਲੇ ਮੈਂ। ਇੱਕ ਗੱਲ ਮੇਰੀ ਹਮੇਸ਼ਾ ਯਾਦ ਰੱਖੀ, ਤਰੱਕੀ ਕਰਨੀ ਕੋਈ ਸੌਖਾ ਕੰਮ ਨਹੀਂ, ਤਰੱਕੀ ਕਰਨ ਵਾਸਤੇ ਬੜੇ ਪਾਪੜ ਵੇਚਣੇ ਪੈਂਦੇ। ਲੋਕੀ ਤਾਂ ਪਾਪੜ ਤੇਲਦੇ ਨੇ, ਤੁਸੀਂ ਵੇਚਦੇ? ਇਹ ਆਮ ਲੋਕਾਂ ਦੇ ਮੁਹਾਵਰੇ, ਅਸੀਂ ਉੱਚੇ ਲੋਕ ਹਾਂ। ਅੱਛਾ ਅੱਛਾ, ਜਿਹੜਾ ਬਾਹਰ ਟਰੱਕ ਖਲੋਤਾ, ਇਹ ਤੁਹਾਡਾ ਹੀ ਖਲੋਤਾ? ਇਹ ਤੇ ਕੁਛ ਵੀ ਨਹੀਂ, ਹਾਲੇ ਇਹਦੇ ਤੋਂ ਵੱਡਾ ਟਰੱਕ ਮਿਲਦਾ ਮੈਨੂੰ। ਚਲੋ ਬਾਈ, ਤੁਹਾਨੂੰ ਤਰੱਕੀ ਦੀ ਖੁਸ਼ੀ ਦਾਵਤ ਖਵਾ ਕੇ ਲਿਆਵਾਂ। ਓ, ਬੜੀ ਮਿਹਰਬਾਨੀ ਮਿਸ ਕਿਰਨ, ਸਿਰਫ 2 ਬਿਸਕੁਟ? ਤੁਹਾਡੀ ਬੇਗਮ ਨੇ ਕਿਹਾ ਸੀ ਉਹ ਡਾਈਟਿੰਗ ਕਰਨ ਡੇ ਨੇ। ਆਹੋ ਜੀ, ਹੁਣ ਡਾਈਟਿੰਗਾਂ ਹੀ ਕਰਨੀਆਂ, ਮੇਰੀ ਵੀ ਜਾ ਰਿਹਾ, ਤਾਕਤ ਵਧੀ ਜਾਂਦੀ, ਇਸ ਤੋਂ ਮੈਂ ਡਾਈਟਿੰਗ ਕਰਨ ਲਿਆ ਵਾਂ। ਨਜ਼ਰ ਤੇ ਨਹੀਂ ਆਉਂਦੀ? ਜਾ ਫਿਰ ਉਹਨੂੰ ਸਮਝਾ ਮੇਰੀ ਬੇਗਮ ਨੂੰ, ਪਤਾ ਨਹੀਂ ਪਿਛਲੇ ਜਨਮ 'ਚ ਮੇਰੇ ਕੋਈ ਪਾਪ ਹੋ ਗਿਆ ਜਿਹਦੀ ਸਜ਼ਾ ਭੋਗਤ ਰਹੇ। ਤੁਸੀਂ ਯਕੀਨ ਰੱਖਦੇ ਹੋ ਪਿਛਲੇ ਜਨਮਾਂ ਤੇ? ਹਾਂਜੀ, ਪਹਿਲਾਂ ਨਹੀਂ ਸਿਰਾ ਤਾਂ ਹੁਣ ਕਰਨਾ ਪੈਂਦਾ। ਉਹ ਕਿੱਦਾਂ ਸਰ? ਉਹਨੂੰ ਜਾ ਕੇ ਪੁੱਛ ਲਾ ਮੈਂ ਉਹਨੂੰ ਕੋਈ ਤੰਗੀ ਦਿੱਤੀ ਹੈ ਇਸ ਜਨਮ 'ਚ। ਤੁਸੀਂ ਇੱਦਾਂ ਕਰੋ ਖਾਂ, ਜਿਹੜਾ ਉਹ ਕੰਮ ਕਹਿੰਦੀ ਤੁਹਾਨੂੰ, ਤੁਸੀਂ ਇੱਕ ਦਫ਼ਾ ਉਹ ਕੰਮ ਕਰਦੇ ਹੋ, ਵੇਖੋ ਤੁਹਾਡੀ ਜ਼ਿੰਦਗੀ 'ਚ ਕਿੱਦਾਂ ਖੁਸ਼ੀਆਂ ਵਾਪਸ ਆਉਂਦੀਆਂ ਨੇ। ਮੈਂ ਤਾਂ ਤਰਸ ਗਿਆ, ਕਦੇ ਮੈਨੂੰ ਹੱਸ ਕੇ ਬੁਲਾਓ ਪਰ ਉਹਦੇ ਮੂੰਹ ਤੇ ਹਾਸਾ ਆਉਂਦਾ ਹੀ ਨਹੀਂ। ਸਰ, ਤੁਹਾਨੂੰ ਕੋਈ ਸਿੱਖਿਆ ਪਠਾਨ ਦਾ ਲਤੀਫਾ ਨਹੀਂ ਆਉਂਦਾ? ਉਹਨੂੰ ਸੁਣਾਓ, ਸ਼ਾਇਦ ਹੱਸ ਪਵੇ। ਉਹਨੇ ਇੱਦਾਂ ਨਹੀਂ ਹੱਸਣਾ। ਹਾਂ ਤਾਂ ਠੀਕ ਆ ਫਿਰ ਮਿਸ ਕਿਰਨ, ਜਿੱਦਾਂ ਤੂੰ ਕਿਹਾ ਨਾ, ਅੱਜ ਫਿਰ ਇੱਦਾਂ ਹੀ ਹੋਏਗਾ। ਅੱਛਾ ਫਿਰ ਮੈਨੂੰ ਇਜਾਜ਼ਤ ਦਿਓ, ਮੈਨੂੰ ਬੜਾ ਜ਼ਰੂਰੀ ਕੰਮ ਆ। 2 ਮਿੰਟ ਖਲੋ ਜਾ, ਐਡਾ ਕਿਹੜਾ ਜ਼ਰੂਰੀ ਕੰਮ? ਚਲੋ ਠੀਕ ਆ ਸਰ, ਮੈਨੂੰ ਫਿਰ ਆਪਣਾ ਮੋਬਾਈਲ ਦਿਓ ਤਾਂ ਕਿ ਮੈਂ ਘਰ ਫੋਨ ਕਰਕੇ ਕਹਿ ਦਿਆਂ, ਮੈਂ ਲੇਟ ਆਣਾ ਇੱਥੇ, ਮੈਨੂੰ ਜ਼ਰੂਰੀ ਕੰਮ।
ਨਹੀਂ ਤੂੰ ਜਾਣਾ ਤੇ ਜਾ ਫਿਰ। ਆ ਵੇਖ ਲਓ ਤੁਸੀਂ ਆਪਣੀ ਵਾਰੀ ਕਿੰਨੇ ਕੰਜੂਸ ਹੋ ਜਾਂਦੇ ਹੋ, ਤੁਹਾਡੇ ਸਿਰਫ 5 ਰੁਪਏ ਲੱਗਣੇ ਸੀ। ਤੇਰੀ ਗੱਲ ਠੀਕ ਆ ਪਰ ਮੇਰੇ ਕੋਲ ਸਿਰਫ 10 ਰੁਪਏ ਦਾ ਬੈਲੈਂਸ ਆ ਤੇ ਉਹਦੀ ਵੀ ਮੈਂ ਜਾਂਦਿਆਂ ਰਸਤੇ 'ਚ ਲੱਸੀ ਪੀਣੀ ਆ। ਬੇਗਮ ਹਾਂਜੀ, 30 ਰੁਪਈਏ ਟੁੱਟੇ ਹੈਗਾ, ਮੈਨੂੰ ਇੱਕ ਬਾਬੇ ਨੇ ਭੰਗੋੜਾ ਦਿੱਤਾ ਸੀ ਤੇ ਮੈਂ ਉਹ ਲਵਾਉਣਾ ਸੀ। ਜੇ ਤੇ ਮੇਰਾ ਨੰਬਰ ਲੱਗ ਗਿਆ ਤਾਂ ਮੈਂ ਤੈਨੂੰ ਇਸ ਸੀਟ 'ਤੇ ਨਵਾਂ ਸੂਟ ਲੈ ਕੇ ਦਊਂਗਾ, ਜੇ ਨਾ ਲੱਗਾ ਤੇ ਮੈਂ ਫਿਰ ਪੈਸੇ ਵਾਪਸ ਲੈ ਲੈਣੇ ਨੇ। ਤੈਨੂੰ ਯਕੀਨ ਆ ਕਿ ਨੰਬਰ ਲੱਗ ਜਾਊਗਾ? 100% ਫਿਰ ਤੂੰ ਮੈਨੂੰ ਸੂਟ ਲੈ ਕੇ ਦੇਣਾ। ਹਾਂ ਕਿਉਂ ਨਹੀਂ, ਮੈਂ ਜ਼ਰੂਰ ਲੈ ਕੇ ਦਊਂਗਾ, ਬਸ ਤੂੰ ਦਵਾ ਕਰ। ਮੈਂ ਤਾਂ ਇਹ ਸੋਚਿਆ ਵੀ ਇੱਕ ਵਾਰੀ ਮੈਂ ਤੈਨੂੰ ਖੁੱਲ੍ਹੀ ਐਸ਼ ਕਰਾ ਦੇਣੀ। ਆ ਬੇਗਮ ਪੈਸੇ ਦੇ ਦਿਓ ਫਿਰ, ਇਹ ਨਾ ਹੋਵੇ ਬਾਬੇ ਦਾ ਨੰਬਰ ਦੇਣ ਦਾ ਟਾਈਮ ਹੀ ਨਿਕਲ ਜਾਣਾ। ਟਾਈਮ ਲੰਘ ਜਾਵੇ ਨਾ ਤਾਂ ਫਿਰ ਬਾਬੇ ਵੀ ਮਾਇੰਡ ਕਰ ਜਾਂਦੇ, ਨੰਬਰ ਨਹੀਂ ਦਿੰਦੇ। ਛੇਤੀ ਕਰ ਲਿਆ ਆਪਸ। ਇੱਕ ਮਿੰਟ ਸਰਤਾਜ, ਮੈਂ ਹੁਣੇ ਦਿੰਦੀ ਆ, ਕਿੱਥੇ ਗਏ? ਮੇਰਾ ਨੰਬਰ ਤੇ ਦਿੱਤਾ ਰੁਕਦਾ ਹੀ ਨਹੀਂ, ਤੁਸੀਂ ਯਕੀਨ ਕਰੋ ਜਾਂ ਨਾ ਕਰੋ, ਮੈਨੂੰ ਇਹਦੇ ਨਾਲ ਕੋਈ ਫਰਕ ਨਹੀਂ। ਨੇਰੀ ਹੋਵੇ, ਤੂਫਾਨ ਹੋਵੇ, ਸੁਬਾ ਹੋਵੇ, ਭਾਵੇਂ ਸ਼ਾਮ ਹੋਵੇ, ਜੋ ਮਰਜ਼ੀ ਹੋਵੇ, ਮੈਂ ਤੁਹਾਨੂੰ ਉਹ ਨੰਬਰ ਦਾਂਗੀ। ਆਪਣਾ ਮੋਬਾਈਲ ਨੰਬਰ ਹੀ ਨਾ ਦੇ ਦੇਣਾ। ਨਾ ਬੱਚਾ, ਐਡੀ ਸ਼ੌਕੀ ਨਹੀਂ ਕਰਨੀ ਬਾਬਿਆਂ ਨਾਲ, ਨਹੀਂ ਤੇ ਬਸਮ ਕਰ ਦਾਂਗੇ। ਵੀ ਅਕਲ ਦੇ ਅੰਨਿਆ, ਜੇ ਇੰਜ ਅੱਗ ਲੱਗਦੀ ਹੁੰਦੀ ਤੇ ਬਾਬਿਆਂ ਨੂੰ ਗੈਸ ਲਵਾਉਣ ਦੀ ਕੀ ਲੋੜ ਸੀ? ਬਾਬਾ ਜੀ ਤੁਸੀਂ ਨੰਬਰ ਦੇਣਾ ਕਿ ਨਹੀਂ ਹੈ ਦੱਸੋ। ਬਾਬਾ ਕਹਿੰਦੇ ਆ ਮੇਰੇ ਮੂੰਹ ਤੇ ਦਾੜੀ ਹੈ। ਆਪੇ ਕਹਿੰਦਾ ਸੀ ਬਾਬਿਆਂ ਨਾਲ ਮਜ਼ਾਕ ਨਹੀਂ ਕਰੀਦਾ। ਸਹੀ ਗੱਲ ਹੈ, ਬਾਬਿਆਂ ਨਾਲ ਮਜ਼ਾਕ ਨਹੀਂ ਕਰੀਦਾ, ਚੁੱਪ ਕਰ ਜਾ। ਜਾ ਬੱਚਾ, 0 ਤੋਂ ਲੱਗਦਾ 9 ਤੱਕ ਸਾਰੇ ਹਿੰਸੇ ਯਾਦ ਕਰ ਲਾ। ਫਸਟ ਨਾਮ ਇਹਦੇ ਵਿੱਚੋਂ ਹੀ ਆਏਗਾ, ਜੇ ਸੈਕਿੰਡ ਲਵਾਇਆ ਤੇ ਉਹ ਵੀ ਇਹਦੇ ਵਿੱਚੋਂ ਹੀ ਆਏਗਾ। ਵੇਖਿਆ ਫਿਰ ਬਾਬਿਆਂ ਦਾ ਕਮਾਲ, ਕਿੱਡਾ ਸਿੱਧਾ ਨੰਬਰ ਦਿੱਤਾ, ਵੀ ਇਹ ਤਾਂ ਕਮਾਲ ਹੀ ਹੋ ਗਿਆ। ਜਾਓ ਬੱਚਿਓ, ਨੰਬਰ ਲਵਾਓ ਤੇ ਖੁੱਲੀਆਂ ਹੀ ਮੌਜਾਂ ਕਰੋ। ਇਹ ਨੰਬਰ ਕਿਸੇ ਨੂੰ ਨਹੀਂ ਦੱਸਣਾ, ਨਹੀਂ ਤੇ ਤੁਹਾਡਾ ਇਨਾਮ ਨਹੀਂ ਜੇ ਨਿਕਲਣਾ। ਮੈਂ ਐਵੇਂ ਧੁੱਪੇ ਫਿਰ ਕੇ ਵਾਲ ਚਿੱਟੇ ਨਹੀਂ ਕੀਤੇ, 800 ਰੁਪਇਆ ਦੇ ਕੇ ਦਾਇ ਕਰਾਏ ਨੇ। ਚਲੋ ਛੱਡੋ, ਤੁਸੀਂ ਵੀ ਕੀ ਸੋਚਦੇ ਹੋਣੇ ਬਾਬਾ ਜੀ ਕਿਹੜੀ ਗੱਲਾਂ ਖੋਲ ਕੇ ਬੈਠੇ ਨੇ। ਭਾਈ ਜਾਨ, ਪਰੇਸ਼ਾਨ ਨਾ ਹੋਵੋ, ਤਾਂ ਪੱਕਾ ਤੁਹਾਨੂੰ ਨੰਬਰ ਦਿੱਤਾ, ਮੈਂ ਇਸ ਗੱਲ ਦੀ ਕਸਮ ਖਾਨੀ ਆ, ਜ਼ਰੂਰ ਲੱਗੇਗਾ। ਮੈਂ ਉਹਨੂੰ 5 ਲੱਖ ਇਨਾਮ ਦੇਵਾਂ ਜਿਹੜਾ ਮੇਰਾ ਦਿੱਤਾ ਹੋਇਆ ਨੰਬਰ ਗਲਤ ਸਾਬਤ ਕਰੇ। ਹੁਣ ਤੁਸੀਂ ਜਾਂਦੇ ਨਹੀਂ, ਕੱਢਾ ਫਿਰ ਤਲਵਾਰ, ਸਿੱਧੇ ਹੋ ਜਾਓ। ਸਰ, ਰਾਣਾ ਸਾਹਿਬ ਤੁਹਾਡਾ ਇੰਤਜ਼ਾਰ ਕਰ ਰਹੇ ਨੇ, ਤੁਹਾਡੇ ਨਾਲ ਬੜੀ ਜ਼ਰੂਰੀ ਗੱਲ ਕਰਨੀ ਹੈ। ਗੱਲਾਂ ਹੀ ਮੋਕਨੇ ਆ ਹੁਣ। ਇਹ ਕਿਹੜਾ ਜੀ ਝੂਰਾ ਜਿਹੜਾ ਹਾਲੇ ਤੱਕ ਮੰਨਣ ਨਹੀਂ ਡਿਆ? ਝੂਰਾ ਇਹ ਨਾਂ ਕਿਤੇ ਸੁਣਿਆ ਸੁਣਿਆ ਲੱਗਣ ਡਿਆ। ਇਸ ਨਾਮ ਦਾ ਕੋਈ ਮੇਰਾ ਵਾਕਫ ਹੈਗਾ? ਕੌਣ ਆ? ਓ, ਮੈਨੂੰ ਹੁਣ ਯਾਦ ਆਇਆ ਕਿ ਮੇਰੇ ਮੁੰਡੇ ਦਾ ਨਾਂ ਵੀ ਝੂਰਾ ਹੀ ਆ। ਝੂਰੇ ਅਬੂ ਜੀ, ਤੁਸੀਂ ਐਨਕੀ ਤੁਹਾਡਾ ਡਾਂਸ ਕਲੱਬ ਨਾ ਚੱਲੀਆਂ, ਉੱਥੇ ਜਾ ਕੇ ਡਾਂਸ ਕਰਾਂਗੇ ਬਾਬਰ ਦੀ, ਫਰੀ ਰਾਤ ਨੂੰ ਰੋਟੀ ਮਿਲਦੀ, ਨਾਲੇ ਉੱਥੇ ਉਹ ਜਾ ਕੇ ਖਾਵਾਂਗੇ, ਇਹੀ ਉਸ ਦਿਨ ਸਾਡਾ ਖਰਚਾ ਬਾਜੂ। ਇਹਦੇ ਚ ਕਿਹੜੀ ਬੱਚਤ ਹੈ? ਜਿੰਨੇ ਪੈਸੇ ਟਿਕਟਾਂ ਦੇ ਲਾੜੇ, ਸਾਡੇ 3 ਦਿਨ ਲੰਘ ਜਾਣੇ ਨੇ। ਤੂੰ ਮੈਨੂੰ ਬੇਵਕੂਫ ਸਮਝਦੀ? ਇੱਧਰ ਵਿਆ, ਕੱਲ ਮੈਂ ਇੱਕ ਮੁਲਜ਼ਮ ਫੜਿਆ, ਉਹਦੀ ਜੇਬ ਦੇ ਵਿੱਚੋਂ ਐ 2 ਟਿਕਟਾਂ ਨਿਕਲੀਆਂ ਤੇ ਮੈਂ ਕਿਹਾ ਚਲੋ ਇੰਜੋਏ ਕਰ ਆਉਂਦੇ। ਉਹ ਤਾਂ ਟਿਕਟਾਂ ਵੇਖ ਕੇ ਦੱਸੀ ਜਰਾ ਕਿ ਪ੍ਰੋਗਰਾਮ ਕਿੱਥੇ ਕਰਕੇ, ਜਿੱਥੇ ਦੀਆਂ ਟਿਕਟਾਂ। ਆਹ ਉਦਾਂ ਕਹਿ ਕੇ ਮੈਂ ਨਹੀਂ ਦੱਸਣਾ, ਨਾ ਦੱਸ, ਮੈਂ ਕੱਲ ਥਾਣੇ 'ਚ ਇੱਕ ਇੰਸਪੈਕਟਰ ਪੜ੍ਹਿਆ ਲਿਖਿਆ ਹੈਗਾ, ਉਹਦੇ ਕੋਲੋਂ ਪੁੱਛ ਲੂੰਗਾ। ਮੈਨੂੰ ਪਤਾ ਉਹ ਕਿੰਨੀਆਂ ਕੁ ਪੜ੍ਹਿਆ, ਐਵੇਂ ਸ਼ੇਰ ਸ਼ੂਰ ਹੀ ਲਿਖਿਆ ਪੜ੍ਹਿਆ, ਵੀ ਸਕੂਲੇ ਤਾਂ ਪੜ੍ਹਿਆ ਹੀ। ਉਹ ਆਪਣੀ ਮਸ਼ੂਕ ਨੂੰ ਮੇਰੇ ਕੋਲ ਖੱਤ ਲਿਖਾਉਂਦਾ ਹੁੰਦਾ ਸੀ, ਤੇ ਅੱਜ ਉਹਦੀ ਮਸ਼ੂਕ ਮੇਰੇ ਨਾਲ ਵਿਆਹ ਕਰਕੇ ਬੈਠੀ। ਲਿਖੇ ਪੜ੍ਹੇ ਦਾ ਆਹ ਬੜਾ ਫਾਇਦਾ। ਚਲੋ ਛੱਡੋ ਪਰੇ, ਅਸੀਂ ਜਾਣਦੇ ਹੀ ਨਹੀਂ। ਫਿਰ ਕੀ ਕਰਨਾ? ਮੈਨੂੰ ਮਿਸ ਕਿਰਨ ਨੇ ਇੱਕ ਕੰਮ ਕਿਹਾ ਸੀ, ਮੇਰਾ ਜ਼ਿਹਨ ਆ ਕਿ ਮੈਂ ਫਿਰ ਉਹ ਕਰ ਲਵਾਂ। ਉਹਨੇ ਕਿਹਾ ਸੀ ਕਿ ਘਰ ਦੇ ਭਾਂਡੇ ਧੋ ਦੇ। ਨਹੀਂ ਤੁਸੀਂ ਰਹਿਣ ਦਿਓ, ਚਲੋ ਧੋ ਦਿਓ ਫਿਰ। ਨਾ ਬੇਗਮ, ਅੱਜ ਮੈਨੂੰ ਰੋਕਣ ਦੀ ਕੋਸ਼ਿਸ਼ ਨਾ ਕਰੀ, ਅੱਜ ਮੈਂ ਧੋ ਦੇਣਾ ਹੀ। ਅੱਛਾ, ਸ਼ੋਹਰ ਹਮੇਸ਼ਾ ਬੀਵੀਓ ਕਾ ਸਾਥ ਦਿੱਤਾ ਹੈ, ਮਹਿਕਮਾ ਸਿਹਤ। ਚੰਗਾ ਨਹੀਂ ਲੱਗਦਾ, ਯਾ ਤੇ ਫਿਰ ਰੋਜ਼ ਧੋਇਆ ਕਰੋ। ਲੈ ਤੂੰ ਕੀ ਸਮਝਿਆ,
ਮੈਂ ਅਕਸਰ ਤੈਨੂੰ ਦੇਖਿਆ ਕਿ ਤੂੰ ਗੰਦੇ ਹੱਥਾਂ ਦੇ ਨਾਲ ਭਾਂਡੇ ਧੋਣੀ, ਇਸ ਤੋਂ ਮੈਂ ਸੋਚਿਆ ਕਿ ਮੈਂ ਆਪਣਾ ਕੱਪ ਆਪੇ ਧੋ ਕੇ ਤੌੜੀ ਜੀ ਚਾਹ ਬਣਾ ਕੇ ਪੀਣਾ। ਇਹਨਾਂ ਦਾ ਤਾਂ ਰੇਟ ਹੀ ਬਹੁਤ ਜ਼ਿਆਦਾ ਵਾ, ਇਹਨਾਂ ਨੂੰ ਰਹਿਣ ਦਿਓ। ਲਕਸ਼ਮੀ ਚੌਂਕ 'ਚ ਇੱਕ ਸੜਕ ਜਾਂਦੀ ਸੱਜੇ ਹੱਥ, ਇੱਕ ਜਾਂਦੀ ਖੱਬੇ ਹੱਥ, ਤੂੰ ਉਹ ਮੁੜਨੀ ਆ ਤੇ ਦੂਸਰੀ ਸੜਕ 'ਤੇ ਨਹੀਂ ਮੁੜਨਾ, ਨਹੀਂ ਤਾਂ ਤੇਰੇ ਨਾਲ ਹੱਥ ਹੋ ਜਾਣਾ। ਉੱਥੋਂ ਲਿਆਓ ਗਿਫਟ। ਉਹ ਜਿੱਥੇ ਸਜਾਦ ਚੱਪਲ ਸਟੋਰ ਹੈ, ਬੜੀ ਮਸ਼ਹੂਰੀ ਕਰਨ ਦੇ ਉਹਨਾਂ ਦੀ, ਲੱਗਦਾ ਉਹਨਾਂ ਦੇ ਕੋਲੋਂ ਮੁਫਤ ਖਾਂਦਾ ਉਹਨਾਂ ਤੋਂ। ਨਹੀਂ ਸਰ, ਮੈਂ ਕਿਰਨ ਨੂੰ ਉੱਥੋਂ ਚੱਪਲ ਲੈ ਕੇ ਦਿੱਤੀ ਸੀ, ਤੁਸੀਂ ਪੁੱਛ ਲਓ ਭਾਵੇਂ ਨੂੰ। ਜਾਓ ਕਿਤੇ ਦੁਕਾਨਾਂ ਨਾ ਬੰਦ ਹੋ ਜਾਣ, ਜਾ ਕੇ ਆਪਣੇ ਗਿਫਟ ਲੈ ਆਓ। ਮੈਂ ਕਿਹਾ ਵਾਹ ਜੀ ਵਾਹ ਖਾਨ ਸਾਹਿਬ, ਸਰਦੀ ਆਈ ਨਾਲ ਹੀ ਮੋਟੀ ਵਰਦੀ ਸਵਾ ਲਈ। ਇਸ ਵਰਦੀ 'ਚ ਪੂਰਾ ਵਾਜਿਆਂ ਨਾਲ ਲੱਗਣ ਡਿਆ ਇਮਾਨ ਨਾਲ। ਇਹ ਵਰਦੀ ਪਾ ਕੇ ਕਿਸੇ ਸ਼ਾਦੀ 'ਤੇ ਰੇਟ ਨਾ ਕਰੀ, ਉਹਨਾਂ ਨੇ ਸਮਝਣਾ ਪ੍ਰੋਗਰਾਮ ਫੜਨ ਆਇਆ। ਮੈਂ ਆਖਦਾ ਸਰ ਜੀ, ਇਹਦਾ ਕਿਹੜਾ ਬਟਨ ਦੱਬਣਾ ਹੈ? ਉਹ ਪੇਂਡੂਆ ਇਹਨੂੰ ਥੱਲੇ ਰੱਖ, ਇਹ ਬਹੁਤ ਹਸਾਸ ਚੀਜ਼ ਆ। ਇਹਦੇ 'ਤੇ ਚੀਜ਼ਾਂ ਮੰਗਾਈ ਦੀਆਂ ਜਾਂ ਘੱਲੀ ਦੀਆਂ, ਵੇਖੀ ਹੁਣ ਜ਼ਰਾ ਗੌਰ ਨਾਲ, ਮੈਂ ਤੈਨੂੰ ਸਿਗਰਟ ਮੰਗਾ ਕੇ ਵਿਖਾਉਂਦਾ। ਉਹ ਭਾਈ ਕਿਸੇ ਹੋਰ ਵੀ ਕੋਈ ਚੀਜ਼ ਮੰਗਾਉਣੀ ਤਾਂ ਦੱਸ ਦਿਓ, ਬਾਅਦ 'ਚ ਨਾ ਕਹਿਣਾ ਇਹ ਮੈਂ ਕੋਈ ਚਿਪਸ ਮੰਗਾ ਦਿਓ। ਇਹ ਗੱਲ ਤੇ ਸਾਫ ਆ ਕਿ ਇਹ ਖਿੜਕੀ ਚੋਰ ਨੇ ਤੋੜੀ ਹੈ। ਹਾਂ, ਕਾਰ ਵਾਲਾ ਤੇ ਤੋੜ ਹੀ ਨਹੀਂ ਸਕਦਾ, ਕਿਉਂਕਿ ਜੇ ਉਹਨੇ ਤੋੜਨੀ ਹੁੰਦੀ ਤੇ ਜਦੋਂ ਬਣੀ ਸੀ ਉਦੋਂ ਤੋੜ ਦਿੰਦਾ, ਤੇ ਜਾਂ ਫਿਰ ਬਣਾਉਂਦਾ ਹੀ ਨਾ। ਕੀ ਸਾਬਿਤ ਕਰਨਾ ਚਾਹੁੰਦਾ ਹੈ? ਇਹੀ ਕਿ ਖਿੜਕੀ ਚੋਰ ਨੇ ਤੋੜੀ। ਇਹ ਤੇ ਹੋ ਗਿਆ। ਅੱਗੇ ਅੱਗੇ ਕਿਰਨ, ਤੇਰੀ ਕਿਸਮ, ਮੈਂ ਤੇ ਇਹੀ ਸੋਚਿਆ ਕਿ ਤੇਰੇ ਨਾਲ ਵਿਆਹ ਕਰਾ ਲਵਾਂ। ਮੈਂ ਇਸ ਚੋਰੀ ਦੇ ਬਾਰੇ ਪੁੱਛਿਆ ਪਾਇਨ ਬਿਲਾਵਲ, ਜੇ ਇਸ ਵਿੰਡੋ ਦੀ ਜਗ੍ਹਾ ਤੇ ਵਿੰਡੋ 98 ਆਉਂਦੀ ਤੇ ਉਹ ਵੀ ਟੁੱਟ ਜਾਣੀ ਸੀਗੀ। ਮੇਰੇ ਖਿਆਲ ਚਾਹੋ ਉਹਦੀ ਕਿਹੜੀ ਗੱਲ ਹੈ, ਉਹਨੂੰ ਤਾਂ ਮੈਂ 10 ਮਿੰਟਾਂ 'ਚ ਤੋੜ ਸਕਦਾ। ਚਲੋ ਠੀਕ ਆ, ਜਾ ਕੇ ਕੰਮ ਕਰ ਆਪਣਾ। ਜੀ ਜੀ ਜੀ, ਅਸੀਂ ਕੋਸ਼ਿਸ਼ ਕਰਾਂਗੇ ਤੁਹਾਡਾ ਚੋਰ ਲੱਭਣ ਦੀ। ਵੈਸੇ ਤੁਹਾਡਾ ਕਿਹੜਾ ਕਿਹੜਾ ਸਮਾਨ ਚੋਰੀ ਹੋਇਆ ਦੱਸੋਗੇ? ਕੀ ਦੱਸਾਂ, ਮੇਰੀ ਤਾਂ ਦੁਨੀਆ ਲੁੱਟੀ ਗਈ ਆ, ਕੁਛ ਨਹੀਂ ਛੱਡਿਆ ਉਹਨੇ, ਮੇਰੇ ਸੂਟ ਦਾ ਡੱਬ ਤੱਕ ਲੈ ਗਏ। ਇਹ ਤੇ ਤੁਹਾਡਾ ਵਾਕਈ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ। ਚੋਰ ਨੂੰ ਕਹਿਣਾ ਕਿ ਸਭ ਕੁਝ ਲੈ ਜਾਵੇ, ਮੇਰਾ ਨਾਪ ਦੇ ਜਾਵੇ। ਇਹਨੂੰ ਪੁੱਛ ਕੇ ਨਾਪ ਕੀ ਕਰਨਾ ਇਹਨੇ? ਮੈਂ ਸੀ ਤੇ ਸੂਟ ਸਵਾਉਣੇ ਸੀ ਜਿਹੜੇ ਨਹੀਂ ਸਵਾ ਸਕਦਾ। ਨਾਮ? ਮਾਲਕ ਵਿਕੀ। ਨਾਮ ਹੈਗਾ ਜੀ ਕੋਈ ਸ਼ੈਨੀ ਵਿਕੀ। ਇਹੀ ਪਹਿਲੇ ਚਾਰ ਜਮਾਤਾਂ ਪੜ੍ਹ ਲੈਂਦੇ, ਇਹ ਤੇ ਪਤਾ ਲੱਗਦਾ ਕਿ ਉਹ ਕੀ ਕਹਿਣ ਡਿਆ। ਇਹਨਾਂ ਨੂੰ ਬਸ ਇਹੀ ਪਤਾ ਹੈ ਕਿ ਮੁਲਜ਼ਮ ਫੜ ਲਿਆ, 1000 ਨਹੀਂ ਤੇ 500 ਨਹੀਂ ਤੇ 100 ਲੈ ਕੇ ਛੱਡ ਦਿੱਤਾ। ਕਾਨੂੰਨੀ ਲਾ ਕਾਨੂੰਨ ਹੋਇਆ ਵੀ ਐਂਡ ਤੇ ਵਿਕੀ ਤੇ ਲਿਖਿਆ ਨਾ। ਇਹ ਹੋਣ ਹੀ ਨੇ ਪੜ੍ਹੇ ਲਿਖੇ ਡਾਕੂ, ਪਹਿਲੇ ਸਾਰੇ ਅਨਪੜ੍ਹ ਹੁੰਦੇ ਸੀ। ਇਹਦੇ 'ਚ ਉਹਨਾਂ ਦਾ ਕੀ ਕਸੂਰ ਹੈ ਜੀ? ਇੰਨੇ ਪੈਸੇ ਲਾ ਕੇ ਪਹਿਲੇ ਪੜ੍ਹਦੇ ਤੇ ਬਾਅਦ 'ਚ ਨੌਕਰੀ ਨਹੀਂ ਮਿਲਦੀ, ਡਾਕੇ ਨਾ ਮਾਰਨ ਤੇ ਹੋਰ ਕੀ ਕਰਨ ਫਿਰ? ਮੈਂ ਇੰਜ ਦੀਆਂ, ਮੇਰਾ ਗੁੱਸਾ ਤੇ ਨਹੀਂ ਕੀਤਾ ਤੁਸੀਂ? ਅਸੀਂ ਕਿਉਂ ਗੁੱਸਾ ਕਰਨਾ ਹੈ? ਅਸੀਂ ਅਨਪੜ੍ਹ, ਤੈਨੂੰ ਕੀ ਪਤਾ ਮੈਂ ਕਿੰਨਾ ਪੜ੍ਹੀ ਹਾਂ ਤੇ ਮੇਰਾ ਬੰਦਾ ਕਿੱਡਾ ਜ਼ਹੀਨ ਹੈ। ਬਲਕੇਸ, ਮੈਂ ਤੇ ਜੁੱਡੀ ਉੱਡੀ ਜਾਵਾਂ, ਹਵਾ ਭਰਾ ਲਿਆਵਾਂ। ਲਓ ਜੀ, ਇਹਦੀ ਹਵਾ ਘੱਟ ਹੋਣੀ ਹਟੀ, ਹਾਲਾਂਕਿ ਮੈਂ ਆਪਣੇ ਕਮਰੇ ਦੀ ਟੂਬ ਵੀ ਬਦਲਾ ਕੇ ਵੇਖੀ ਹੈ। ਕਿਰਨ, ਵੇਖੇ ਮੇਰੇ ਬੰਦੇ ਦੀ ਜ਼ਹਾਨਤ, ਨੁਕਸ ਨੂੰ ਜਦੋਂ ਫੜਿਆ ਜੜੋਂ ਫੜਿਆ। ਇਹਨੂੰ ਕਹਿੰਦੇ ਅੱਛੇ ਜ਼ਹਿਨ ਕੇ ਮਾਲਿਕ ਤੇਰੇ ਬੰਦੇ ਹੈ ਹਮ। ਮੈਂ ਆਪਣਾ ਬਟੂ ਅੰਦਰ ਭੁੱਲ ਆਇਆ, ਜਾਨੂੰ ਤੇਰੇ ਕੋਲ ਥੋੜਾ ਕੁ ਪੈਸਾ ਫੈਂਕ, ਤਮਾਸ਼ਾ ਦੇਖ ਹੈਗੇ। ਲੈ ਬਈ, ਜਦੋਂ ਦਾ ਇਹਦਾ ਮੇਰੇ ਨਾਲ ਵਿਆਹ ਹੋਇਆ ਹੈ, ਕੁਛ ਕੁਛ ਰਕਮਾਂ ਪਾਸ ਆਏ ਨਾ, ਮੇਰੀਆਂ ਹੀ ਬਰਬਾਦ ਕਰ ਰਿਹਾ। ਉਹ ਸਾਈਕਲ ਵਾਲਾ ਪੈਸੇ ਮੰਗਣ ਦਾ ਪਿਆ। ਮੈਂ ਕਿਹਾ ਮੁੰਨੇ ਖਾਨ ਜੀ, ਉੱਠ ਜਾਓ, ਨਾਸ਼ਤਾ ਕਰ ਲਓ। ਅੱਜ ਸੂਰਜ ਕਿੱਥੋਂ ਚੜਿਆ ਕਿ ਚੜਿਆ ਨਹੀਂ, ਇੰਨੀ ਛੇਤੀ ਨਾਸ਼ਤਾ ਬਣਾਤਾ ਮੇਰੇ ਲਈ। ਵਾਹ ਵਾਹ ਵਾਹ, ਚਾਹ ਤੇ ਨਾਲ ਡੰਬਰ ਰੋਟੇ, ਜਾਨੂੰ ਵੇਖਣ ਜੰਜ ਨਹੀਂ ਲੱਗਣ ਦਿਆ ਜਿਵੇਂ ਬਹੁਤੀ ਲਾਲ ਲੁੱਕ ਗਈਆਂ ਨੂੰ। ਆ ਨਾਲ ਕੀ ਠਿੱਪਰ ਕਿਰਚੀਆਂ ਪਕਾ ਲਿਆਂਦੀਆਂ। ਮੈਂ ਕਿਹਾ ਜਾਨੂੰ, ਮੈਨੂੰ ਭੁੱਖ ਲੱਗੀ ਹੈ, ਜਲਦੀ ਖਾਓ। ਤਾਂ ਤੂੰ ਵੀ ਖਾ ਲਾ। ਤੁਹਾਨੂੰ ਤੇ ਪਤਾ ਮੈਂ ਪਹਿਲੀ ਵਾਰੀ ਨਾਸ਼ਤਾ ਬਣਾਇਆ, ਤੁਸੀਂ ਇਹਨਾਂ ਨੂੰ ਖਾਓ, ਜੇ ਤੁਹਾਨੂੰ ਕੁਛ ਨਾ ਹੋਇਆ ਤੇ ਬਾਅਦ 'ਚ ਮੈਂ ਖਾਵਾਂਗੀ। ਜਲਦੀ ਕਰੋ, ਖਾਓ ਇਹਨਾਂ ਨੂੰ। ਬਹੁਤ ਅੱਛਾ, ਇਹਨਾਂ 'ਚ ਥੋੜਾ ਕੁ ਨਮਕ ਜ਼ਿਆਦਾ ਨਹੀਂ ਪਾ ਗਿਆ? ਦਿਲ ਨੂੰ ਤਾਂ ਨਹੀਂ ਕੁਛ ਹੋਣ ਡਿਆ? ਹਾਲੇ ਤੱਕ ਤਾਂ ਨਹੀਂ ਹੋਇਆ। ਮੈਨੂੰ ਤਾਂ ਇਹ ਮਹਿਸੂਸ ਹੋਣ ਡਿਆ ਕਿ ਤੇਰਾ ਮੈਦਾ ਹੀ ਖਰਾਬ ਆ। ਤੇਰੇ ਨਾਲੋਂ ਬਾਹਰ ਕਿਸੇ ਪੁੱਤਰ ਨੂੰ ਖਵਾ ਕੇ ਚੈੱਕ ਕਰ ਲੈਂਦੀ ਤੇ ਉਹ ਸਹੀ ਰਹਿਣਾ ਸੀ, ਤੇਰੀ ਤਾਂ ਲੈਬੋਰਟਰੀ ਖਰਾਬ ਹੈ। ਹੋਰ ਗੱਲਾਂ ਦੀਆਂ ਗੱਲਾਂ ਜਾਨੋ, ਮੈਨੂੰ ਬੜਾ ਮਜ਼ਾ ਆ ਰਿਹਾ, ਆਹ ਤਾਂ ਮੈਂ ਪੀਤੀ ਨਹੀਂ, ਸ਼ਕਲੋਂ ਤਾਂ ਸਹੀ ਲੱਗਦੀ। ਐਚ ਮੈਂ ਜ਼ਹਿਰ ਪਾਇਆ ਹੀ।
तू मेरे ना की जुलम कमाया बेगम। कल दे मेनू कबज होई सी, चलो ओए ठीक हो जोगे मेरे। लो जी राती इस कमरे च किसे तेज पत्ती वाली चाह पीती तदे ही अड़ के चलन डे अजे कंप्यूटर। ओ भाई तेरी मेहरबानी हूं ते चल जा, कदी इधर जाओ कदी इधर जाओ कदी थल्ले, एक बारी सानू दस दे भाई असि किधर नु जाइए। ਮੈਕੂ ਤੇ ਸ਼ੱਕ ਕੇ ਸਰ ਜੀ ਤੁਹਾਡੇ ਕੋਲ ਚੰਗਾ ਚੋਖਾ ਕੰਪਿਊਟਰ ਆ ਗਿਆ। ਅੱਛਾ ਜੀ, ਇਹ ਸੋਚ ਤੂੰ ਬਗੈਰ ਜੋ ਚੱਲਾ ਖੜਾ ਹੈ। ਵੱਡੀਆਂ ਜੇਬਾਂ ਦੇ ਬਹੁਤ ਫਾਇਦੇ ਆ, ਜਿੰਨਾ ਚੋਂ ਇੱਕ ਫਾਇਦਾ ਅੱਜ ਮੈਂ ਤੁਹਾਨੂੰ ਦੱਸਾਂਗਾ। ਵੱਡੀਆਂ ਜੇਬਾਂ ਦੇ ਫਾਇਦੇ, ਆਹ ਡੱਬਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਗਾਇਬ ਕਰਾਂ ਤਾਂ ਕਹਿਣਾ ਮਦਾਰੀਆ ਤੇਰਾ ਕਮਾਲ ਆ, ਜੇ ਹੋ ਗਿਆ ਤਾਂ ਫਿਰ ਕਹਿ ਦੇਣਾ, ਜੇ ਨਾ ਆਇਆ ਤਾਂ ਫਿਰ ਰਹਿਣ ਦੇਣਾ। ਐਡਾ ਵੱਡਾ ਡੱਬਾ ਪਿਛਲੀ ਜੇਬ ਵਿੱਚ ਰੱਖਣਾ ਹੈ? ਜਿੱਥੇ ਮਰਜ਼ੀ ਰੱਖੋ, ਇਹ ਤਾਂ ਕੁਛ ਵੀ ਨਹੀਂ, ਜਿੰਨੀਆਂ ਜੇਬਾਂ ਭਾਵੇਂ ਮਿਲਣ ਦਾ ਟਾਈਮ ਰੱਖ ਲਓ। ਹੁਣ ਵਿੱਚ ਨਹੀਂ ਬੋਲਣਾ, ਮੈਨੂੰ ਕੁਛ ਫਾਇਦਾ ਵੀ ਦੱਸ ਲੈਣ ਦੇ। ਫਰਜ਼ ਕਰੋ ਤੁਹਾਡੇ ਕੋਲ ਮਸ਼ੂਕ ਲਈ ਗਿਫਟ ਆ, ਤੇ ਆਪਾਂ ਇਹਨੂੰ ਪਤਾ ਲੱਗ ਗਿਆ ਹੁਣ ਲੁਕਾਉਣ ਲਈ ਕੋਈ ਜਗ੍ਹਾ ਨਹੀਂ ਹੈਗੀ। ਜੇ ਜੇ ਵੱਡੀ ਆ ਤਾਂ ਉਹਦੇ 'ਚ ਲੁਕਾ ਲਓ, ਫਿਰ ਤੁਸੀਂ ਬਚ ਜਾਓਗੇ। ਵਿਆਹ ਤੋਂ ਬਾਅਦ ਦਿਲ ਕਰਦਾ ਕਿ ਬੁੱਢੀ ਨੂੰ ਪੀਸ ਖਵਾਉਣਾ, ਤੇ ਰਸਤਾ 'ਚ ਅੱਬੇ ਦੀ ਮੰਜੀ ਆ ਗਈ। ਜੇ ਖੀਸੇ 'ਚ ਪੂਰਾ ਆ ਜਾਓਗੇ ਤਾਂ ਬਚ ਜਾਓਗੇ, ਨਹੀਂ ਤਾਂ ਫਿਰ ਮਿਹਨਤ ਤੇ ਵਜਣਾ ਕਿ ਵੀ ਬੁੱਢੀ ਦੇ ਥੱਲੇ ਲੱਗਾ। ਵੈਸੇ ਆਪਸ ਦੀ ਗੱਲ ਆ, ਮੈਨੂੰ ਇਹ ਮਸ਼ਵਰਾ ਪਸੰਦ ਨਹੀਂ ਆਇਆ। ਵਜਾ ਬਸ ਬੇਵਜਾ। ਅੱਛਾ, ਤੈਨੂੰ ਕੋਈ ਟੈਨਸ਼ਨ? ਟੈਨਸ਼ਨ ਇਹੀ ਕਿ ਕੱਲ੍ਹ ਮੈਂ ਮੁੰਡਿਆਂ ਕੋਲ 50 ਰੁਪਈਏ ਲਏ ਤੇ ਜੇਬ 'ਚ ਰੱਖੇ ਤੇ ਮੁੜ ਕੇ ਉਹ ਜੇਬ 'ਚੋਂ ਲੱਭੇ ਹੀ ਨਹੀਂ। ਹਾਂ ਇੱਦਾਂ ਇੱਕ ਦਫ਼ਾ, ਇਹ ਤਾਂ ਕੁਛ ਵੀ ਨਹੀਂ, ਇੱਕ ਵਾਰੀ ਪਤਾ ਕੀ ਹੋਇਆ, ਤੁਸੀਂ ਪਰੇਸ਼ਾਨ ਹੋ ਜਾਣਾ। ਮੈਨੂੰ ਤੇ ਉਦੋਂ ਬਹੁਤ ਹੀ ਸ਼ਰਮਿੰਦਗੀ ਹੋਈ। ਸ਼ਰਮਿੰਦਗੀ ਕੀ? ਐਸੇ ਮੂੰਹ ਨਾਲ ਹੀ ਬਾਹਰ ਆ ਗਏ। ਇੱਕ ਦਿਨ ਤੇਰੀ ਚਾਚੀ ਨੇ ਵਰਦੀ ਧੋ ਕੇ ਦਿੱਤੀ, ਮੈਂ ਕਿਹਾ ਖਬਰਦਾਰ ਅੱਜ ਤੋਂ ਬਾਅਦ ਵਰਦੀ ਨੂੰ ਹੱਥ ਨਹੀਂ ਲਾਉਣਾ, ਲੋਕੀ ਹੱਥ ਹੀ ਕਹਿੰਦੇ। ਲਾਓ ਦੱਸੋ ਹੁਣ, ਸੁਥਰੀ ਚੀਜ਼ ਪਾਈ ਤੈਨੂੰ ਨਾ ਸੋਹਣੀ ਲੱਗੇ ਤੇ ਇਹਦੇ 'ਚ ਸਾਡਾ ਕੀ ਕਸੂਰ ਆ ਬਈ? ਤੁਹਾਨੂੰ ਮੈਂ ਇੱਕ ਚੀਜ਼ ਵਿਖਾਉਣ ਲੱਗਾ, ਆਹ ਮੈਨੂੰ ਦੋਸਤ ਨੇ ਗਿਫਟ ਦਿੱਤਾ ਤੇ ਮੈਂ ਆਪਣੇ ਦੋਸਤ ਨੂੰ ਰੰਗ ਕਰਕੇ ਇਹ ਗਿਫਟ ਕਰ ਦੇਣਾ। ਮੇਰਾ ਧਿਆਨ ਕਿ ਤੁਹਾਨੂੰ ਵੀ ਇਹੀ ਮਸ਼ਵਰਾ ਵਾ ਵੀ ਤੁਸੀਂ ਵੀ ਇੱਦਾਂ ਹੀ ਬਚਤ ਕਰੋ। ਮੈਂ ਇੱਕ ਗੱਲ ਕਰਾਂ ਜੇ ਗੁੱਸਾ ਨਾ ਕਰੋ ਤੇ? ਭੌਂਕੋ ਇੱਦਾਂ ਦਾ ਨਵਾਂ 35 ਦਾ ਆ ਜਾਣਾ ਤੇ ਤੁਸੀਂ 50 ਦਾ ਰੰਗ ਕਰਨਾ, ਸਰ ਜੀ ਇਹ ਕਾਹਦੀ ਬਚਤ ਹੈ ਜੀ? ਮੈਨੂੰ ਤੂੰ ਬੇਵਕੂਫ ਸਮਝਦਾ, ਮੈਂ ਤੇਰੇ ਰੰਗ ਰੰਗ 'ਚੋਂ ਇੱਕ ਦਾ ਰੰਗ ਕਰ ਦੇਣਾ। ਤੁਸੀਂ ਇਹੀ ਚਾਹੁੰਦੇ ਨੇ ਮੁਖਤਲਫ ਲੱਗੇ? ਹਾਂ, ਇਹ ਤੇ ਇਹਦੇ ਹੱਥੇ ਜਿਹੜੀ ਸੋਟੀ ਫੜੀ ਉਹ ਤੋੜਦੇ ਨੇ, ਥੋੜਾ ਮੁਖਤਲਫ ਹੋ ਜਾਏਗਾ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਅੱਜ ਪਤਾ ਲੱਗਾ ਬਿਲਾਵਲ ਤੂੰ ਕਿੱਦਾਂ ਜ਼ਹੀਨ ਆ। ਠੀਕ ਹੈ ਸਾਰੇ, ਤੁਸੀਂ ਸੋਟੀ ਤੋੜ ਦਿਓ। ਇਹ ਤੇ 19 ਦਾ ਫਰਕ ਆ, ਜੇ ਮੁਖਤਲਫ ਕਰਨਾ ਤੇ ਫਿਰ ਪੂਰਾ ਤੋੜੋ। ਹਾਂ ਤੁਸੀਂ ਰਹਿਣ ਦਿਓ ਭਾਈ, ਮੈਂ ਗਿਫਟ ਹੀ ਨਹੀਂ ਕਰਨਾ। ਬਹੁਤ ਹੀ ਅੱਛੇ, ਇਹ ਸਭ ਤੋਂ ਮੁਖਤਲਫ ਹੋ ਜਾਏਗਾ। ਇਹ ਤੇ ਸਾਨੂੰ ਕਨਫਰਮ ਪਤਾ ਹੈਗਾ ਕਿ ਤੁਹਾਡਾ ਮੂੰਹ ਚੰਗਾ ਨਹੀਂ ਹੈਗਾ, ਪਰ ਗੱਲ ਹੀ ਚੰਗੀ ਕਰ ਲਿਆ ਕਰੋ। ਮੈਂ ਸਮਝਦਾ ਰਹਾਂ ਕਿ ਮੈਨੂੰ ਹੀ ਬੁਰਾ ਲੱਗਦਾ। ਇਹਦਾ ਮਤਲਬ ਉਹ ਸਹੀ ਕਹਿੰਦਾ ਸੀ? ਇਹ ਉੱਚੇ ਦਾ ਬੰਦ ਹੋਣਾ ਕਿ ਮੈਂ ਫਿਰ ਜਾਵਾਂ ਇੱਥੋਂ। ਤੁਹਾਨੂੰ ਮੇਰੀ ਕਸਮ, ਇਹਨੂੰ ਇਜਾਜ਼ਤ ਦੇ ਦਿਓ ਸਰ। ਮਿਸ ਕਿਰਨ ਜੇ ਫਾਰੇ ਗਏ ਤੇ ਮੇਰੇ ਹਾਲ ਕਰ ਦਿਓ। ਹਾਂ ਕਿਉਂ ਨਹੀਂ, ਜਾਓ ਜੀ। ਜਾਨੂ ਮਿਹਰਬਾਨੀ, ਇੱਥੇ ਇਹ ਨਹੀਂ ਕਹਿਣਾ, ਇੰਸਪੈਕਟਰ ਜਾਨੂ ਕਹਿ ਸਕਦੇ, ਉਹ ਵੀ ਨਹੀਂ, ਜਾ। ਠੀਕ ਹੈ ਜਨਾਬ SHO ਜਾਨੂ ਜੀ। ਚੱਲ ਜਾ ਵੀ ਹੁਣ ਬੇਗਮ। ਮੈਨੂੰ ਵੀ ਇੱਥੇ ਬੇਗਮ ਨਹੀਂ ਕਹਿਣਾ। ਤੇ ਹੋਰ ਤੁਹਾਨੂੰ ਕੀ ਕਹਿਣਾ ਜੀ, ਦੱਸ ਦਿਓ। ਜੇ ਤੁਹਾਨੂੰ ਮੇਰੇ ਨਾਲ ਕੰਮ ਹੈ ਤੇ ਤੁਸੀਂ ਇਹ ਕਹਿ ਕੇ ਬੁਲਾ ਸਕਦੇ ਹੋ ਮਰਰ ਬੇਗਮ ਸਾਹਿਬਾ। ਅੰਕਲ ਜੀ ਸਾਨੂੰ ਅਫਸੋਸ ਹੈ ਕਿ ਤੁਹਾਡਾ ਚੋਰ ਨਹੀਂ ਲੱਭ ਰਿਹਾ, ਪਰ ਅਸੀਂ ਲੱਗੇ ਹੋਏ ਹਾਂ। ਮੇਰਾ ਤੇ ਡਬਲ ਨੁਕਸਾਨ ਹੋ ਗਿਆ, ਇੱਕ ਮੇਰੀ ਚੋਰੀ ਹੋ ਗਈ, ਉਤੋਂ ਤੁਹਾਨੂੰ ਪਰਚਾ ਕਰਾਉਣ ਦੇ ਪੈਸੇ ਦਿੱਤੇ, ਮੈਂ ਕਿੱਧਰ ਜਾਵਾਂ? ਚਾਚਾ ਜੀ ਮੈਨੂੰ ਨਾ ਚੋਰ ਚਾਹੀਦਾ। ਰੁਕੋ ਤੇ ਸਹੀ। ਅੱਛਾ ਜੀ, ਅੱਜ ਦਾ ਸਬਕ ਹੈ ਚੰਦ 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 ਚੰਦ, ਜਿੱਥੇ ਵੱਡੀਆਂ ਜੇਬਾਂ ਦੇ ਫਾਇਦੇ ਨੇ ਉੱਥੇ ਚੰਦ ਨੁਕਸਾਨਾਤ ਵੀ ਨੇ। ਕੁਛ ਲੋਕ ਤੇ ਇੰਡੀਆਂ ਵੱਡੀਆਂ ਜੇਬਾਂ ਰੱਖਦੇ ਨੇ, ਪੁੱਠਾ ਕਾਂਗਰੂ ਲੱਗਣ ਲੱਗ ਪੈਂਦੇ ਨੇ। ਇਹਦਾ ਨੁਕਸਾਨ ਇਹ ਹੈ ਕਿ ਫਿਰ ਉਹਨਾਂ ਦੀ ਜੇਬ ਕੱਟੀ ਜਾਂਦੀ ਹੈ, ਫਿਰ ਆ ਕੇ ਸਾਨੂੰ ਵਕਤ ਪਾਉਂਦੇ ਕਿ ਪਰਚਾ ਕੱਟੋ, ਅਤੇ ਜੇਬ ਕਤਰਿਆਂ ਦੀ ਮੌਜ ਲੱਗ ਜਾਂਦੀ। ਜਿਹਦੀ ਇੱਕ ਵਾਰੀ ਜੇਬ ਕੱਟੀ ਜਾਂਦੀ ਉਹ ਫਿਰ ਸਾਰੀ ਜ਼ਿੰਦਗੀ ਕੱਟੀ ਗੁੱਡੀ ਤੋਂ ਵੀ ਡਰਦਾ ਵਾ। ਮੇਰੀ ਮਿਸਾਲ ਤੁਹਾਨੂੰ ਫਿੱਕੀ ਲੱਗਣੀ, ਕਿਉਂਕਿ ਤੁਹਾਡੀ ਜੇਬ ਨਹੀਂ ਨਾ ਕੱਟੀ ਗਈ। ਜਿੰਨਾ ਹੋ ਸਕਦਾ ਬਚੋ, ਵੱਡੀ ਜੇਬ 'ਚ ਤਾਂ ਠੀਪੇ ਛਣ 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 ਅਤੇ ਛਿਨ 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 ਕਰਦੇ ਰਹਿੰਦੇ। ਹਮੇਸ਼ਾ ਆਪਣੀਆਂ ਕਲਮਾਂ ਅਤੇ ਜੇਬਾਂ ਛੋਟੀਆਂ ਰੱਖੋ। ਇਤਨੀ ਜੋ ਟੈਨਸ਼ਨ ਹੈ ਤਾਂ ਬੰਦਾ ਜੇਬ ਹੀ ਨਾ ਰੱਖੇ। ਤੈਨੂੰ ਕਿਸੇ ਨੇ ਬੁਲਾਇਆ? ਮਤਲਬ ਟੈਨਸ਼ਨ ਤਾਂ ਉਹਨਾਂ ਦੀ, ਜਿਹਦੇ ਕੋਲ ਪੈਸੇ ਤੇਰੇ ਕੋਲ ਤਾਂ ਬੇਟਾ ਕੱਖ ਵੀ ਨਹੀਂ। ਸੌਖੇ ਨਹੀਂ ਕਰਨੀ, ਨਹੀਂ ਤਾਂ ਠੀਪਾ ਮਾਰ ਕੇ ਮਾਰ ਦੋ।
ਜਾਓ ਆਪਣੇ ਕੰਪਿਊਟਰ ਸੰਭਾਲੋ। ਮੈਂ ਦਾ ਪਿਆ ਤੁਹਾਨੂੰ ਮੈਂ ਦੱਸਦਾ ਚੋਰੀ ਕਹਿੰਜ ਹੁੰਦੀ ਹੈ। ਇੱਧਰ ਆ ਵੀ ਬਲਾਵਲ, ਤੂੰ ਮੇਰੇ ਚ ਵੱਜਣਾ ਹੀ। ਮਾਫ਼ੀ ਚਾਹੁੰਦਾ ਵੱਜਣ। ਕੋਈ ਨੀ ਸਰ ਜੀ, ਖੈਰ ਲਓ ਜੀ। ਕਿਸੇ ਨੂੰ ਪਤਾ ਲੱਗਾ ਇਹਦੀ ਜੇਬ ਕੱਟੀ ਗਈ? ਤੇ ਨੀ ਇੱਕ ਚੀਜ਼ ਇਸ ਟਾਈਮ ਮੇਰੇ ਕੋਲ ਆ, ਦੱਸ ਕੀ ਸੀ ਤੇਰੀ ਜੇਬ ਚ? ਲਓ ਜੀ ਉਹ ਆ ਸੀ, ਆ ਚਾਕਲੇਟ ਦਾ ਪੈਕਟ। ਆ ਚਾਕਲੇਟ ਦਾ ਪੈਕਟ ਤੇਰੀ ਜੇਬ ਚ ਕੀ ਲੈਣ ਆਇਆ ਤੂੰ? ਹਾਲੇ ਵੀ ਬੱਚਾ ਬਣਦਾ? ਨਹੀਂ ਸਰ। ਆ ਤੇਰੀ ਜੇਬ ਚੋਂ ਨਿਕਲਿਆ? ਨਹੀਂ ਸਰ। ਫਿਰ ਮੋਜ ਦਾ ਹੀ ਆ ਕਿ ਤੇਰੀ ਜੇਬ ਚ ਹੱਥ ਪਾ ਕੇ ਮੈਂ ਕਿਸੇ ਦੀ ਜੇਬ ਕੱਟ ਲਈ? ਕਿਉਂ ਬੁਲਾਵਾਂ? ਜਾਂ ਫਿਰ ਮੈਂ ਜਾਦੂਗਰ? ਨਹੀਂ ਸਰ। ਤੇਰੇ ਕਹਿਣ ਦਾ ਮਤਲਬ ਮੈਂ ਕੁਛ ਵੀ ਨਹੀਂ? ਸਹੀ ਦੱਸ, ਚਾਕਲੇਟ ਦਰਸ ਇੱਕ ਦੁਕਾਨਦਾਰ ਨੂੰ ਪੈਸੇ ਦਿੱਤੇ ਤੇ ਉਹਨੇ ਸਰ ਜੀ ਮੇਰੀ, ਮੈਨੂੰ ਪਤਾ ਨਹੀਂ ਲੱਗਾ ਉਹਨੇ ਚਾਕਲੇਟ ਦੇ ਦਿੱਤੀ ਉਹਨੇ, ਹੋਰ ਉਹਨੇ ਕੀ ਕੀ ਭੁੱਲ ਗਿਆ ਤੇਰੀ ਜਿਮ ਚ ਪਾਤਾ? ਤੇਰਾ ਬਾਹਰ ਕੱਢ ਕੇ ਵਿਖਾਏ ਨਾ ਮਾਨੋ। ਸਰ ਬਸ ਇਹੀ ਕੁਛ ਹੈਗਾ ਸੀ, ਹੋਰ ਕੁਛ ਨਹੀਂ ਹੈਗਾ। ਤੂੰ ਮੈਨੂੰ ਬੇਵਕੂਫ ਸਮਝਦਾ ਹੈ? ਜਦ ਚੋਰੀ ਦਾ ਤਜਰਬਾ ਨਹੀਂ, ਮੈਂ ਇਕੱਲਾ ਪੁਲਿਸ ਵਾਲਾ ਨਹੀਂ, ਮੈਂ ਹੱਥੀ ਵੀ ਕੰਮ ਕਰਨੇ ਜਾਂਦਾ। ਇੱਕ ਹੋਰ ਚੀਜ਼ ਦਾ ਚੱਲ ਬਾਹਰ ਕੱਢ ਜਾਂ ਬਹਿ ਜਾ ਹੁਣ। ਹਾਂ ਤੇ ਤੁਹਾਨੂੰ ਇਹ ਦੱਸਣਾ ਸੀ ਵੀ ਇਹ ਫਾਇਦੇ ਹੁੰਦੇ ਨੇ ਛੋਟੀਆਂ ਜੇਬਾਂ ਦੇ। ਓਏ ਸਰ ਨੇ ਜੇਬਾਂ ਬਾਹਰ ਕੱਢੀਆਂ ਸਰ, ਹੱਥ ਹੀ ਲੱਗਣ ਲੱਗ ਪਏ ਨੇ। ਇਹ ਕੋਈ ਤਰੀਕਾ ਲੈਣ ਦਾ? ਉਦਾਂ ਹੱਥ ਕਰਕੇ ਮੈਨੂੰ ਕਹਿੰਦਾ ਕਿ ਮੈਨੂੰ ਉਹਨਾਂ ਵਾਸਤੇ ਦੇ ਦੇ ਤੇ ਮੈਂ ਦੇ ਦੇਣੀਆਂ ਸੀ। ਮੇਰਾ ਮੀਟਰ ਘੁਮਾਤਾ ਉਹਨੇ, ਤੁਹਾਨੂੰ ਮੈਂ ਦੱਸਾਂ। ਹੁਣ ਇਹਨੇ ਏਦਾਂ ਹੀ ਪੈਸੇ ਜੋੜ ਕੇ ਗਿਫਟ ਲੈਣਾ ਤੇ ਪਤਾ ਨਹੀਂ ਕਿਹਨੂੰ ਦੇਣਾ। ਮੈਂ ਪਤਾ ਕਰਾਉਣਾ ਇਹ ਤੇਰਾ ਫਸ ਕਿਹੜੀ ਗਈ ਹੈ। ਤੇਰੀ ਚਾਚੀ ਨਾਜ਼ਕ ਹੱਥਾਂ ਨਾਲ ਕੂੜਾ ਚੁੱਕਣ ਦੀ ਤੇ ਮੈਂ ਰੋਬ ਨਾ ਪੁੱਛਿਆ। ਦੱਸ ਸਾਡਾ ਕੂੜਾ ਚੁੱਕਣ ਦੇ ਕਿੰਨੇ ਪੈਸੇ ਲਏਂਗੀ ਤੂੰ? ਤੇ ਫਿਰ ਉਹ ਫਸ ਗਈ ਹੋਣੀ ਤੁਹਾਡੇ ਨਾਲ। ਕਿਉਂ ਚਾਚਾ ਜੀ? ਨਹੀਂ ਉਹਨੇ 15 ਰੁਪਏ ਮੰਗ ਲਏ। ਪਤਾ ਨਹੀਂ ਕਿੱਥੇ ਗੱਲਾਂ ਕਰਨ ਦੇ ਆ। ਜਦੋਂ ਨਵੇਂ ਨਵੇਂ ਕ੍ਰੈਡਿਟ ਕਾਰਡ ਚੱਲੇ ਤੂੰ ਸਾਨੂੰ ਫੋਨ ਕਰਕੇ ਪੁੱਛਦੇ ਹੁੰਦੇ ਸੀ ਕਿ ਸਰ ਕੋਈ ਮਸਲਾ ਹੈ ਤਾਂ ਦੱਸੋ। ਹੁਣ ਅਸੀਂ ਫੋਨ ਕਰਨੇ ਆ ਤੇ ਬੀਜ਼ੀ ਜਾ ਰਿਹਾ। ਮੁੰਨੇ ਖਾਂ, ਮੈਨੂੰ ਪਤਾ ਲੱਗਾ ਤੂੰ ਕਿਸੇ ਨੂੰ ਗਿਫਟ ਲੈ ਕੇ ਦੇਣਾ। ਹਾਂ ਤੈਨੂੰ ਕੋਈ ਮਸਲਾ? ਜਦੋਂ ਦਾ ਵਿਆਹ ਹੋਇਆ ਮੈਨੂੰ ਕੋਈ ਲੈ ਕੇ ਦਿੱਤਾ ਹੀ? ਇਹ ਚ ਮੇਰਾ ਕੀ ਕਸੂਰ? ਤੇਰੀ ਕਿਸਮਤ ਖਰਾਬ। ਇਹ ਨਾ ਹੋਵੇ ਕਿ ਮੈਂ ਕੋਈ ਸ਼ੈ ਮਾਰ ਕੇ ਤੇਰੇ ਮੁਕੱਦਰ ਝਾੜ ਦਿਆਂ। ਮੇਰੇ ਕੋ ਬੱਜਾ ਮੁੰਨੇ, ਮੈਂ ਤੇਰੇ ਖੁੰਨੇ ਸੇਕ ਦੇਣੇ ਨੇ। ਤੈਨੂੰ ਸ਼ਰਮ ਨਹੀਂ ਆਉਂਦੀ? ਮੇਰੇ ਤੇ ਹੁਣ ਤੂੰ ਸੌਕਣ ਲਿਆਏਗਾ, ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦਾ। ਹੋਰ ਇਹ ਜ਼ਿਹਨ ਚ ਕੱਢ ਦੇ, ਮੈਂ ਚੁੱਪ ਕਰਕੇ ਬਰਦਾਸ਼ਤ ਕਰ ਜਾਊਂ, ਧੱਕੇ ਮਾਰ ਕੇ ਬਾਹਰ ਕੱਢ ਦੂੰਗੀ। ਹਾਂ ਤੁਸੀਂ ਆਪਣਾ ਕੰਮ ਕਰੋ। ਤੂੰ ਮੈਂ ਤੇ ਬਹੁਤ ਘਟੀਆ ਇਲਜ਼ਾਮ ਲਾ ਰਹੀ ਹਾਂ। ਤੇ ਰਹੀ ਗਿਫਟ ਦੀ ਗੱਲ, ਮੈਂ ਮੁਲਕ ਦੀ ਮਲਕਾਂ ਨੂੰ ਦੇਣਾ ਸੀ ਤਾਂ ਕਿ ਅਖਬਾਰ 'ਚ ਮੇਰੀ ਮਸ਼ਹੂਰੀ ਹੋਵੇ। ਕੁਛ ਸਮਝ ਆਈ ਗੱਲ ਤੈਨੂੰ? ਜਾਖਲੇ, ਹੁਣ ਇਹ ਨਾ ਕਹਿੰਦੀ ਕਿ ਮਲਕਾਂ ਨਾਲ ਮੇਰਾ ਚੱਕਰ ਚੱਲਦਾ। ਮਲਕਾਂ ਦਾ ਨਲਕਾ ਚਲਾਉਣ ਵਾਲੇ ਮੇਰੇ ਤੋਂ ਸੋਹਣਿਆ, ਮੇਰੀ ਇੰਨੀ ਕਿਸਮਤ ਕਿੱਥੋਂ ਆ ਗਈ? ਜਾਂ ਚਲੀ ਜਾ ਨਾ ਛੇੜ ਮਲੰਗਾਂ ਨੂੰ, ਨਹੀਂ ਤਾਂ ਫਿਰ ਪੈ ਜਾਣਗੇ ਟੰਗਾਂ ਨੂੰ। ਇਹ ਮਲੰਗਾਂ ਦੀ ਨਿਸ਼ਾਨੀ ਨਹੀਂ, ਇਹ ਕੁੱਤਿਆਂ ਦੀ ਨਿਸ਼ਾਨੀ ਹੈ। ਮੈਂ ਤੇ ਤੈਨੂੰ ਤੱਕਦੀ ਵੀ ਨਹੀਂ ਸੀ, ਤੂੰ ਹੀ ਮਗਰ ਪਿਆ ਸੀ। ਆਪਣੇ ਵੱਲੋਂ ਤੁਸੀਂ ਪੂਣ ਬੰਦੇ ਜੇ, ਮਗਰ ਪੈਣ ਵਾਲੀ ਆਦਤ ਹੁੰਦੀ ਹੈ ਕੁੱਤਿਆਂ ਦੀ, ਸਮਝੇ? ਸਰ ਤੁਹਾਡੇ ਖਿਆਲ ਵਿੱਚ ਕੌਣ ਆਉਣਾ ਹੈ ਜਿਹਨੇ ਤੁਹਾਡੀ ਬੇਗਮ ਨੂੰ ਤੁਹਾਡੀ ਮੁਖਬਰੀ ਕੀਤੀ? ਮੈਂ ਹੁਣ ਇੱਥੇ ਬਹਿ ਕੇ ਇਹ ਸੋਚਿਆ ਕਰਾਂ। ਦੇਖੋ ਅਸੀਂ ਥਾਣੇ ਕੰਮ ਕਰਨ ਆਉਂਦੇ ਹਾਂ ਤਾਂ ਸਾਨੂੰ ਇਹੀ ਕਰਨਾ ਚਾਹੀਦਾ। ਤੇ ਰਹੀ ਗੱਲ ਮੁਖਬਰ ਦੀ, ਉਹਨੂੰ ਮੌਲਾ ਪੁੱਛੋ। ਸੁਲਤਾਨ ਰਾਈ? ਹਾਂਜੀ। ਕੀ ਕਿਹਾ ਤੂੰ? ਸਰ ਉਹੀ ਜਿਹੜਾ ਕਹਿੰਦਾ ਮੌਲੇ ਨੂੰ ਜੇ ਮੌਲਾ ਨਾ ਮਾਰੇ ਤੇ ਮੌਲਾ ਨਹੀਂ ਮਰ ਸਕਦਾ। ਕੀ ਉਹਦੇ ਸੀਨ ਲਿਆ ਕਿ ਇੱਕ ਜਗ੍ਹਾ ਤੇ ਮੁਸਤਫਾ ਕੁਰੈਸ਼ੀ ਸਾਹਿਬ ਗੱਡੀ ਨੂੰ ਜ਼ੋਰ ਲਾਉਂਦੇ ਆ ਤੇ ਟੱਗੇ ਨੂੰ ਕਹਿੰਦੇ ਟੱਗਿਆ ਆਪਣੇ ਹਿੱਸੇ ਦਾ ਜ਼ੋਰ ਲਾ, ਅੱਗੂ ਰਾਈ ਸਾਹਿਬ ਲੰਘ ਰਹੇ ਸਨ ਤੇ ਲਾ ਦਿੱਤਾ ਫਿਰ ਜ਼ੋਰ? ਚੁੱਪ! ਪਤਾ ਕਿੱਡੇ ਵੱਡੇ ਐਕਟਰ? ਕਿੱਡੇ ਕੋ ਆ ਜੀ, 30 ਸਾਲ ਪਹਿਲੇ ਉਹਨਾਂ ਨੇ ਹੱਥ ਨਾਲ ਟ੍ਰੇਨ ਰੋਕ ਕੇ ਵਹਾਈ ਤੇ ਹਾਲੀਵੁੱਡ ਨੇ ਹੁਣ ਵਹਾਈ ਆ ਸਪਾਈਡਰਮੈਨ 'ਚ। ਆਹੋ ਮੈਂ ਦੇਖੀਏ ਕੀ ਦੌਰ ਹੁੰਦੇ ਸੀ ਕਿ ਬੁੱਢੀ ਨੇ ਆਪਣੇ ਬੰਦੇ ਨਾਲ ਗੱਲ ਹੀ ਨਹੀਂ ਕਰਨੀ ਕਿ ਕਿਸੇ ਹੋਰ ਦਾ ਬੰਦਾ ਨਾ ਹੋਵੇ। ਤੇ ਅੱਜ ਕੱਲ੍ਹ ਘਰੋਂ ਘਰੀ ਉਹ ਹਾਲ ਆ ਜੋ ਅੱਜ ਥਾਣੇ 'ਚ ਤੁਹਾਡੇ ਸਾਰਿਆਂ ਸਾਹਮਣੇ ਮੇਰੇ ਨਾਲ ਹੋਇਆ। ਤੁਸੀਂ ਜੇ ਚਾਹੁੰਦੇ ਹੋ ਨਾ ਸਰ ਕਿ ਤੁਹਾਡੀ ਬੁੱਢੀ ਤੁਹਾਡੇ ਨਾਲ ਪਿਆਰਾਂ ਲਈ ਗੱਲਾਂ ਕਰੇ ਤੇ ਹੱਸੇ ਖੇਡੇ, ਫਿਰ ਉਹਨੂੰ ਉਹ ਪ੍ਰੋਗਰਾਮ ਵਿਖਾਓ। ਉਹ ਐਸਟੀਵੀ ਤੇ ਲੱਗਦਾ, ਮੈਨੂੰ ਉਹਦਾ ਨਾਂ ਨਹੀਂ ਯਾਦ ਆ ਰਿਹਾ, ਸ਼ਾਇਦ ਤੁਸੀਂ ਕਿਧਰੇ ਵੇਖਿਆ ਹੋਵੇ। ਪੰਜਾਬੀ? ਹਾਂ, ਸਾਮਸੰਗ ਗਲੀਆਂ ਦਾ। ਉਹ ਵੇਖ ਕੇ ਬੜਾ ਹਾਸਾ ਆਉਂਦਾ, ਜਿੱਦਾਂ ਮੈਨੂੰ ਤੁਹਾਡਾ ਮੂੰਹ ਵੇਖ ਕੇ ਆਉਂਦਾ। ਸਰ ਤੁਸੀਂ ਆਪਣੀ ਬੁੱਢੀ ਕੋਲੋਂ ਡਰਦੇ ਕਿਉਂ ਆ? ਕਿਤੇ ਉਹਦੇ 8-9 ਭਰਾ ਤੇ ਨਹੀਂ ਜਿਨ੍ਹਾਂ ਦੇ ਸਿਰ ਤੇ ਉਹ ਤੁਹਾਨੂੰ ਕੁੱਟਦੀ ਰਹਿੰਦੀ? ਉਹਦੀ ਇੰਨੀ ਹਿੰਮਤ? ਨਹੀਂ ਸਰ, ਇਹਦੇ ਤੋਂ ਜ਼ਿਆਦਾ ਵਾ। ਉਹ ਤੇ ਹੁਣ ਮੈਂ ਕੋ ਕੁੱਟ ਖਾਣ ਲੱਗੀ ਸੀ, ਉਹ ਤੇ ਮੈਂ ਉਹਦੇ ਤੇ ਤਰਸ ਖਾਦਾ। ਚਲੋ ਫਿਰ ਠੀਕ ਆ, ਅਸੀਂ ਉਹਨੂੰ ਜਾ ਕੇ ਕਹਿ ਦੇਣੇ ਆ ਤੇਰੇ ਕੋਲ ਨਹੀਂ ਡਰਦਾ, ਫਿਰ ਆਪੇ ਹੀ ਪਤਾ ਲੱਗ ਜਾਊ। ਐਡੀਆਂ ਚਲਾਕੀਆਂ ਨਾ ਦਿਖਾ ਮੈਨੂੰ।
ਮੈਂ ਉਹਦੇ ਕੋਲ ਇੰਨਾ ਵੀ ਡਰਦਾ ਕਿ ਉਹਦੇ ਸਾਹਮਣੇ ਬੋਲ ਨਾ ਸਕਾਂ। ਜੇ ਵੇਖਿਆ ਜਾਵੇ ਤੇ ਮਸੀਂ 90% ਡਰਦਾ, ਬਾਕੀ 10% ਉਹ ਡਰਾਉਂਦੀ ਹੈ। ਮਤਲਬ ਤੁਸੀਂ ਇਹ ਸਮਝਦੇ ਹੋਵੋ ਕਿ ਟੋਟਲ ਘਰ 'ਚ ਉਹਦਾ ਹੀ ਹੁਕਮ ਚੱਲਦਾ, ਕਦੀ ਕਿਤੇ ਮੈਂ ਆਪਣੀ ਮਰਜ਼ੀ ਦੇ ਨਾਲ ਵੀ ਗਾਲਾਂ ਖਾ ਲੈਂਦਾ ਵਾਂ। ਆ ਰਾਣਾ ਜੀ, ਇੱਥੋਂ ਬਟਨ ਦੱਬ ਕੇ ਮੇਰਾ ਕ੍ਰੈਡਿਟ ਕਾਰਡ ਲੱਭਣਾ। ਅਸੀਂ ਇੱਥੇ ਤੇਰੇ ਕੰਮ ਨਹੀਂ ਕਰਨ ਬੈਠੇ, ਆਪਣਾ ਕੰਮ ਕਰਵਾਉਣਾ ਤੇ ਸਾਨੂੰ ਉੱਤੋਂ ਆਵਾਜ਼ ਦਿਵਾ, ਫਿਰ ਹੋ ਸਕਦਾ ਅਸੀਂ ਕੋਸ਼ਿਸ਼ ਕਰਕੇ ਤੈਨੂੰ ਤੇਰਾ ਕ੍ਰੈਡਿਟ ਕਾਰਡ ਲੱਭ ਦਈਏ। ਤਾਂ ਮੈਂ ਵੀ ਉੱਤੋਂ ਹੀ ਆਵਾਜ਼ ਦੇਣੇ ਆ। ਉਹ ਕਿੱਦਾਂ? ਤੂੰ ਆਪੇ ਕਿਹਾ ਉੱਤੋਂ ਆਵਾਜ਼ ਦਵਾ, ਹੁਣ ਮੈਂ ਤੇਰੇ ਉੱਤੇ ਖਲੋਤਾ ਆਵਾਜ਼ ਦੇਣੇ, ਹੁਣ ਮੇਰਾ ਕਾਰਡ ਲੱਭ ਤੇ ਛੇਤੀ ਕਰ। ਉਹ ਤੈਨੂੰ ਕੁਝ ਪਤਾ ਵੀ ਹੈ ਇਸ ਟਾਈਮ ਕਿੰਨੀ ਟੈਨਸ਼ਨ ਬਣੀ ਹੋਈ ਹੈ? ਜਿਹੜੇ ਕ੍ਰੈਡਿਟ ਕਾਰਡ ਚੋਰੀ ਹੋਏ ਉਹਨਾਂ ਦਾ ਦਹਿਸ਼ਤ ਗਰਦਾਂ ਨੇ ਅਸਲਾ ਖਰੀਦ ਲਿਆ, ਨਾਲੇ ਪਾਊਡਰ ਵੀ। ਸਾਡੀ ਇੱਥੇ ਜਾਨ ਤੇ ਬਣੀ ਹੈ ਤੇ ਤੈਨੂੰ ਇੱਥੇ ਖਲੋ ਕੇ ਮਜ਼ਾਕ ਸੁਝਣ ਡੇ ਆ ਮੁੰਨੇ ਖਾਨ ਜੀ? ਇਹਦੇ 'ਚ ਮੇਰਾ ਕੀ ਕਸੂਰ ਆ? ਵੈਸੇ ਸੁਣਿਆ ਕਸੂਰ ਬੁੱਲੇ ਸ਼ਾਹ ਦਾ, ਜਿੰਨਾ ਤੁਸੀਂ ਇੱਥੇ ਬੈਠੇ ਕੰਮ ਕਰਨ ਡੇ ਨਾ ਸਾਨੂੰ ਸਾਰਾ ਹੀ ਪਤਾ ਵਾ। ਸ਼ਕਲ ਬਣਾਉਣ ਨਾਲ ਕੰਮ ਨਹੀਂ ਹੋ ਜਾਂਦਾ ਹੁੰਦਾ, ਸਾਰੀ ਦਿਹਾੜੀ ਕੰਪਿਊਟਰ ਤੇ ਬੈਠਾ ਗਾਣੇ ਸੁਣਦਾ ਰਹਿੰਦਾ ਵਾ ਤੇ ਕਹਿੰਦਾ ਕੰਮ ਕਰਨ ਡੇ ਆ। ਇੱਧਰ ਵੇਖ ਜ਼ਰਾ, ਲਤੀਫੇ ਦੀਆਂ ਕਿਤਾਬਾਂ ਪੜ੍ਹਦੇ। ਟੀਚਰ ਸਟੂਡੈਂਟ ਸੇ ਮੁਝੇ ਪਾਣੀ ਕਾ ਗਲਾਸ ਦੋ, ਸਟੂਡੈਂਟ ਟੀਚਰ ਸੇ ਗਲਾਸ ਪਾਣੀ ਕਾ ਨਹੀਂ ਪਲਾਸਟਿਕ ਕਾ ਹੈ। ਇੱਕ ਸਰਦਾਰ ਸਾਈਕਲ ਕੇ ਸਾਥ ਭਾਗ ਰਿਹਾ, ਕਿਸੇ ਨੇ ਟਾਈਮ ਪੁੱਛਾ ਤੋ ਸਰਦਾਰ ਨੇ ਕਿਹਾ ਕਿ ਇਤਨਾ ਟਾਈਮ ਹੋਤਾ ਤੋ ਸਾਈਕਲ ਪਰ ਨਾ ਬੈਠ ਜਾਤਾ। ਮੈਨੂੰ ਪਾਗਲ ਬਣਾਉਣਾ? ਔਰ ਡੌਸ ਦੀ ਕਿਤਾਬ ਵਿੱਚ ਕਿਹੜੇ ਲਤੀਫੇ ਲਿਖੇ ਹੁੰਦੇ? ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾ, ਦਫਾ ਹੋ ਜਾ। ਹੁਣ ਇੱਥੇ ਕੀ ਕਰਨ ਡੇ? ਜਾ ਦਫਾ ਹੋ ਜਾ। ਤੈਨੂੰ ਯਾਦ ਹੋਣਾ ਮੈਂ ਤੈਨੂੰ ਕੀ ਕਿਹਾ ਸੀ, ਐਵੇਂ ਨਜਾਇਜ਼ ਬੰਦਾ ਕੁੱਟਦੇ ਹੀ ਰੋਬ ਆਪੇ ਪੈ ਜਾਊਗਾ। ਤੇ ਜੇ ਉਹਨੇ ਮੈਨੂੰ ਕੁੱਟਤਾ ਤੁਸੀਂ ਮੈਨੂੰ ਬਚਾ ਲਓਗੇ? ਨਹੀਂ ਨਹੀਂ। ਓਏ ਇੱਲੀ ਜਗ੍ਹਾ ਤੇ ਪੈਰ ਨਹੀਂ ਰੱਖਣਾ, ਤੈਨੂੰ ਮੈਂ ਕਹਿਣਾ ਇੱਧਰ ਹੋ ਜਾ, ਦਬਾ ਦਬ ਇੱਧਰ ਨੂੰ ਹੋ ਜਾ, ਤੇਰੀ ਮਿਹਰਬਾਨੀ ਹੈ ਭਰਾਵਾ। ਤੂੰ ਵੱਧੀ ਦਾ ਨਜਾਇਜ਼ ਫਾਇਦਾ ਮਿਸ ਕਿਰਨ, ਉਧਰ ਵੇਖੋ। ਇਹ ਨਹੀਂ ਹੁਣ ਬਚੇਗਾ ਬਾਜੀ। ਵੇਖਿਆ ਫਿਰ ਮੇਰਾ ਕਮਾਲ ਕਿੱਦਾਂ ਫੜੇ ਇਹਨੂੰ? ਵੇ ਤੇਰਾ ਕੱਖ ਨਾ ਰਵੇ, ਅੱਗੇ ਹੀ ਨਾਲ ਨਹੀਂ ਸੀ ਆਂਦਾ, ਐਡੀ ਮੁਸ਼ਕਲ ਲੈ ਆਈ ਆ। ਵੇਖੀ ਹੁਣ ਮੈਂ ਅੱਗੇ ਤੋਂ ਨਹੀਂ ਆਉਣਾ। ਨਾ ਭਾਈ, ਤੇਰੇ ਪੇ ਨੂੰ ਕਹਿ ਕੇ ਫਿਰ ਤੈਨੂੰ ਚੰਡਾ ਪਵਾਉਂਗੀ। ਹਾਂਜੀ, ਆ ਮੇਰੀ ਕਾਲ ਉੱਥੇ ਹੀ ਮਿਲੀ ਆ ਨਾ ਜਿੱਥੇ ਉਸੇ ਟਾਈਮ ਕਾਲ ਮਿਲ ਜਾਂਦੀ। ਹਾਂਜੀ ਹੋਲਡ ਕਰੋ। ਠੀਕ ਆ। ਹੈਲੋ, ਸ਼ੁਕਰ ਆ ਤੁਹਾਡਾ ਕਾਲ ਮਿਲ ਗਈ, ਨਹੀਂ ਤਾਂ ਮੈਂ ਤਾਂ ਸੋਚਿਆ ਸੀ ਅੱਜ ਫਿਰ ਇੱਦਾਂ ਹੀ ਸੌਣਾ ਪਊ। ਮੈਂ ਤਾਂ ਕੱਲ੍ਹ ਦਾ ਫੋਨ ਕਰਨ ਡਿਆ ਤੁਹਾਨੂੰ, ਤਾਂ ਅੱਜ ਮਸੀਂ ਕਾਲ ਮਿਲੀ ਹੈ। ਤੁਸੀਂ ਤਾਂ ਕਹਿੰਦੇ ਸੀ ਕਿ ਉਸੇ ਟਾਈਮ ਫੋਨ ਮਿਲ ਜਾ ਕਰੂਗਾ। ਇੰਨੀ ਦੇਰ ਦੇ ਵਿੱਚ ਤਾਂ ਦਸਾਂ ਬੰਦਿਆਂ ਨੂੰ ਖੂਨ ਮਿਲ ਜਾਂਦਾ ਜਿੰਨੀ ਦੇਰ 'ਚ ਤੁਹਾਨੂੰ ਫੋਨ ਮਿਲਣ ਡਿਆ। ਮਸਲਾ ਇਹ ਕਿ ਟਾਈਮ ਸਿਰ ਫੋਨ ਚੁੱਕ ਲਿਆ ਕਰੋ, ਕਿਸੇ ਨੇ ਕੋਈ ਗੱਲ ਹੀ ਕਹਿਣੀ ਹੁੰਦੀ ਹੈ। ਹੁਕਮ ਤਾਂ ਤੁਹਾਡਾ ਚੱਲਦਾ ਜੀ, ਸਾਨੂੰ ਅੱਧੇ ਘੰਟੇ ਤੋਂ ਹੋਲਡ ਕਰਾਇਆ, ਬੰਦਾ ਪੁੱਛ ਹੀ ਲੈਂਦਾ ਕਿ ਭਾਅ ਜੀ ਤੁਹਾਨੂੰ ਮਸਲਾ ਕੀ ਆ। ਹਾਲੋ ਹਾਲੋ, ਠੀਕ ਹੈ ਸਰ? ਪੂਰੀ ਨਿਸ਼ਚੈ ਹਾਂ, ਤੋ ਕੋ ਇੱਕ ਕੰਮ ਦਿਖਾਵਾਂ। ਮੁੰਨੇ ਖਾਂ ਫਸ ਗਿਆ ਨੇ। ਖੈਰ ਬੱਲੇ ਲੁੱਟੀਆ ਪਾ। ਮੈਂ ਤਾਂ ਕਿਹਾ ਤੈਨੂੰ ਅਕਲ ਆ ਗਈ ਹੋੜੀ, ਪਰ ਨਹੀਂ, ਤੂੰ ਤੇ ਹੱਦ ਹੀ ਮੁਕਾ ਦਿੰਦੀ ਬੇਵਕੂਫੀ ਦੀ। ਇੱਕ ਗੱਲ ਦੱਸ ਮੈਨੂੰ, ਪਹਿਲਾਂ ਚੋਰ ਤੇ ਕਿਹੜਾ ਮੱਥੇ ਉੱਤੇ ਲਿਖਿਆ ਹੁੰਦਾ ਕਿ ਇਹਨੇ ਚੋਰੀ ਕੀਤੀ ਹੈ? ਮੈਨੂੰ ਉਹਦੇ ਤੇ ਸ਼ੱਕ ਪਿਆ ਤਾਂ ਮੈਂ ਜਾ ਕੇ ਉਹਨੂੰ ਫੜ ਲਿਆ। ਤੂੰ ਤੇ ਇੰਜ ਫੜੀ ਹੈ ਜਿਵੇਂ ਨਹਿਰ 'ਚ ਮੱਛੀ ਫੜੀ ਦੀ। ਬੰਦਾ ਪਹਿਲੇ ਪਿਆਰ ਨਾਲ ਪੁੱਛ ਲੈਂਦਾ ਕਿ ਭਾਈ ਤੁਸੀਂ ਚੋਰ ਹੋ, ਇਹਦੇ ਨਾਲ ਜਾ ਕੇ ਤੇ ਟਾਈਮ ਹੀ ਜ਼ਾਇਆ ਕੀਤਾ। ਇਹਦੇ ਨਾਲੋਂ ਚੰਗਾ ਹੈ ਰੇਡੀਓ ਸੁਣ ਲਓ, ਅੱਗੇ ਤੋਂ ਕਵੇ ਸਹੀ ਮੈਨੂੰ। ਮਿਸ ਕਰਨ ਤੁਸੀਂ ਆ ਗਏ, ਧਿਆਨ ਰੱਖਿਓ, ਮੈਂ ਜ਼ਰਾ ਕੰਮ ਚੱਲਾਂ। ਇੱਕ ਬੰਦਾ ਖੁਦਕੁਸ਼ੀ ਕਰਨ ਲੱਗਾ ਤੇ ਮੈਂ ਉਹਨੂੰ ਬਚਾਉਣ ਚੱਲਾਂ। ਉਹਦੀ ਬੁੱਢੀ ਕਿੰਨੀ ਖੁਸ਼ਕਿਸਮਤ ਹੋਣੀ ਹੈ। ਮਿਸ ਕਰਨ, ਜੇ ਵਿਹਲੇ ਹੋ ਤਾਂ ਕੋਈ ਕੰਮ ਹੀ ਕਰ ਲਓ, ਨਹੀਂ ਤਾਂ ਫਿਰ ਮੇਰੇ ਨਾਲ ਆ ਜਾਓ। ਅੱਛਾ ਸਰ। ਚਾਚਾ ਜੀ ਗੱਲ ਸੁਣਨਾ, ਇੱਥੇ ਖੁਦਕੁਸ਼ੀ ਕੰਮ ਕਰਨ ਲੱਗਾ। ਖੁਦਕੁਸ਼ੀ ਇੱਥੇ ਕਿਹਨੇ ਕਰਨੀ? ਇੱਥੇ ਤਾਂ ਮੈਂ ਕਰਨ ਲੱਗਾ। ਮੈਂ ਹੀ ਥਾਣੇ ਫੋਨ ਕਰਕੇ ਕਿਹਾ ਸੀ ਕਿ ਮੈਂ ਮਰਨ ਲੱਗਾ ਜੀ, ਮੈਨੂੰ ਬਚਾ ਲਓ, ਤੇ ਹੁਣ ਤੁਸੀਂ ਬਹੁਤ ਦੇਰ ਕਰਤੀ ਆ। ਜੇ ਤੁਸੀਂ ਮਰਨ ਦਾ ਇਰਾਦਾ ਕਰ ਲਿਆ ਤਾਂ ਫਿਰ ਦੇਰ ਨਾ ਕਰੋ। ਸਾਡਾ ਕੀ ਆ ਜੀ, ਅਸੀਂ ਆਏ ਹਾਂ, ਹੁਣ ਲਾਸ਼ ਲਾ ਜਾਂਗੇ। ਜੇ ਮੈਂ ਨਾ ਜੰਪ ਮਾਰੇ ਤਾਂ ਤੂੰ ਮੇਰਾ ਕੀ ਕਰ ਲੇਗਾ? ਮੈਂ ਪਰਚਾ ਕਰ ਦੂੰ। ਥੱਲੇ ਧਿਆਨ ਨਾਲ ਡਿੱਗਣਾ, ਥੱਲੇ ਮੇਰੀ ਗੱਡੀ ਵੀ ਖਲੋਤੀ ਹੈ। ਥੱਲੇ ਡਿੱਗਣ ਲੱਗਿਆ ਮੇਰੀ ਗੱਡੀ ਬਚਾਉਣੀ ਆ, ਤੇ ਦੂਜਾ ਆਪਣਾ ਕੋਟ ਬਚਾਉਣਾ ਹੀ ਹੈ ਨਾ। ਮੈਂ ਤੂੰ ਗ੍ਰਿਲ ਵਾਲੀ ਸਾਈਡ 'ਤੇ ਛਾਲ ਮਾਰੇ ਤੇਰਾ ਕੋਟ ਪਾੜ ਜਾਵੇ।
ਕੋਟ ਤੁਸੀਂ ਕੀ ਕਰਨਾ ਸਰ? ਮੈਂ ਸੋਚਿਆ ਕਿ ਸਰਦੀਆਂ ਆ ਰਹੀਆਂ, ਚਲੋ ਕਿਤੇ ਕੰਮ ਸ਼ਾਮੀ ਆ ਜਾਓ। ਇੱਕ ਮਿੰਟ ਚਾਚਾ ਜੀ, ਤੁਸੀਂ ਰੋਜ਼ਾ ਤੇ ਨਹੀਂ ਰੱਖਿਆ ਹੋਇਆ? ਇੰਨਾ ਨਾ ਹੋਵੇ ਕਿ ਤੁਸੀਂ ਥੱਲੇ ਡਿੱਗੋ ਤੇ ਤੁਹਾਡਾ ਰੋਜ਼ਾ ਟੁੱਟ ਜਾਵੇ। ਬਹੁਤ ਗੁਨਾਹ ਹੁੰਦਾ ਹੈ ਜੇ ਰੋਜ਼ਾ ਨਹੀਂ ਤੇ ਦਿਲ ਖੋਲ ਕੇ ਛਲਾਂਗ ਮਾਰ ਦੋ। ਮੇਰਾ ਤੇ ਰੋਜ਼ਾ ਜਾਨ ਤੇ ਅੱਗੇ ਬਚਨ ਦੇ ਬਹਾਨੇ ਲੱਭਣ ਦੇ। ਤੁਹਾਨੂੰ ਕੋਰਟ ਮੈਂ ਵੈਸੇ ਲੈ ਦੇਣੀ ਆ। ਚਾਚਾ ਜੀ ਇੱਕ ਮਸ਼ਵਰਾ ਦਵਾਂ, ਤੁਸੀਂ ਵੀਡੀਓ ਗੇਮਾਂ ਲਾ ਲਵੋ, ਉੱਥੇ ਤੁਹਾਡਾ ਦਿਲ ਲੱਗਾ ਰਹੂਗਾ। ਮੈਨੂੰ ਬਚਪਨ ਤੋਂ ਹੀ ਬੜਾ ਸ਼ੌਕ ਹੈ ਵੀਡੀਓ ਗੇਮਾਂ ਖੇਲਣ ਦਾ। ਮੇਰਾ ਤੁਹਾਡੇ ਨਾਲ ਵਾਅਦਾ ਹੈ, ਮੈਂ ਡੇਲੀ ਤੁਹਾਡੀ ਦੁਕਾਨ ਤੇ ਪੈਸੇ ਵਟਾਉਣ ਆਇਆ ਕਰਾਂਗੀ ਤੇ ਮੇਰੀ ਵਜ੍ਹਾ ਤੋਂ ਉੱਥੇ ਰਸ਼ ਪੈ ਜਾਣਾ ਹੈ ਤੇ ਤੁਹਾਡੀ ਦੁਕਾਨ ਵੀ ਚੱਲ ਜਾਓ। ਬਾਬਾ ਜੀ ਹੁਣ ਕੀ ਕਰਨਾ, ਜੋ ਕਰਨਾ ਛੇਤੀ ਕਰੋ, ਮੈਨੂੰ ਤਾਂ ਖੁਦਕੁਸ਼ੀ ਵੀ ਬੋਰ ਕਰਨ ਲੱਗ ਪਈ ਹੈ। ਚਲੋ ਜਲਦੀ ਕਰੋ, ਛਾਲ ਮਾਰੋ। ਐਵੇਂ ਤੂੰ ਉਹਦੀਆਂ ਮਿੰਨਤਾਂ ਕਰਨ ਨਹੀਂ ਸੀ, ਉਹਨੇ ਨਹੀਂ ਸੀ ਮਰਨਾ। ਜੇ ਉਹਨੇ ਮਰਨਾ ਹੁੰਦਾ ਤਾਂ ਉਹਨੇ ਫੋਨ ਨਹੀਂ ਸੀ ਕਰਨਾ। ਮੁੰਨੇ ਖਾਨ ਜੀ ਮੁਬਾਰਕ ਹੋਵੇ, ਅਸੀਂ ਤੁਹਾਨੂੰ ਗ੍ਰਿਫਤਾਰ ਕਰਨ ਆਏ ਹਾਂ। ਓਏ ਤੇਰੀ ਮੱਤ ਤਾਂ ਨਹੀਂ ਵੱਜੀ ਗੰਜਿਆਂ ਜੀ? ਮੱਤ ਤੇ ਤੇਰੀ ਵੱਲੋਂ ਹੁਣ ਵੱਜਣੀ ਜਦੋਂ ਤੈਨੂੰ 30 ਦਿਨ ਰਿਮਾਂਡ ਤੇ ਲਿਆ ਗਿਆ, ਤੇਰੇ ਕ੍ਰੈਡਿਟ ਕਾਰਡ ਤੋਂ ਪਾਊਡਰ ਖਰੀਦਿਆ ਗਿਆ। ਮੈਂ ਪਾਊਡਰ ਕੀ ਕਰਨਾ, ਮੇਰੇ ਤਾਂ ਜੇ ਤੂੰ ਕਿਤੇ ਪਿੱਤ ਵੇਖੀ ਆ ਤਾਂ ਤਦ ਗੱਲ ਕਰ। ਮੇਰੇ ਖਿਆਲ ਵਿੱਚ ਚੁਬਣ ਵਾਲੇ ਪਾਊਡਰ ਦੀ ਗੱਲ ਕਰਨ ਡਿਆ, ਇਹਨੂੰ ਜ਼ਰਾ ਤਫਸੀਲ ਦੱਸੋ। ਠੀਕ ਹੈ ਸਰ, ਭਾਈ ਜਾਨ ਅਸਾਂ ਉਹ ਪਾਊਡਰ ਦੀ ਗੱਲ ਕਰਦੇ ਪਏ ਜੇ ਕੋਈ ਪੀ ਕੇ ਨਾ ਨਸ਼ੀਲੇ ਥੀ ਵੈਂਦੇ। ਮੇਰਾ ਤਾਂ ਕ੍ਰੈਡਿਟ ਕਾਰਡ ਹੀ ਗਵਾਚ ਗਿਆ। ਇਹਦਾ ਕੋਈ ਸਬੂਤ ਹੈਗਾ? ਕੋਈ ਰਿਪੋਰਟ ਕੀਤੀ ਗੁੰਮਸ਼ੁਦਗੀ ਦੀ? ਮੈਂ ਕਿਹਨੂੰ ਰਿਪੋਰਟ ਕਰਨੀ, ਮੈਂ ਹੁਣ ਲਿਖ ਤੇ ਆਪਣਾ ਹੀ ਗਿਰਾ ਹੱਲ ਵਾ। ਬੜੀਆਂ ਉੱਤੋਂ ਖਲੋ ਕੇ ਵਾਅਦਾ ਦਿੰਦਾ ਸੀ, ਹੁਣ ਤੇਰੀਆਂ ਉੱਤੋਂ ਥੱਲੋਂ ਵਾਅਦਾ ਬੰਦ ਹੋ ਜਾਣੀ ਹੈ ਕਾਕੂ। ਆ ਕੁਛ ਹੀ ਖਾਵਣ ਤੋਂ ਰੋਕਦਾ, ਹੁਣ ਆਪ ਲਿੱਤਰ ਖਾਸੀ। ਬੜਾ ਕਹਿੰਦਾ ਸੀ ਕਿ ਮੇਰੀ ਜੇਬ 'ਚ ਕ੍ਰੈਡਿਟ ਕਾਰਡ ਹੈ ਤੇ ਕੰਪਿਊਟਰ ਨੂੰ ਕਹਿ ਕੇ ਕੋਈ ਚੀਜ਼ ਮੰਗਾਓ। ਲੈ ਅਗਲਾ ਲੈ ਆਇਆ ਨਾ ਪਾਊਡਰ, ਤੇਰੇ ਪਿਛਲੇ ਰੋਣਗੇ ਮਜ਼ੇ ਤੇ ਮਾਈਆ ਹੁਣ ਆਉਣਗੇ। ਚਿੱਤਰ ਮਾਰ ਲੈਣਾ ਪਰ ਹੱਥ ਹੋ। ਸਰ ਮੁਲਜ਼ਮ ਤੇ ਹੋਰ ਕਿਹੜੀ ਕਿਹੜੀ ਚੀਜ਼ ਪਾਉਣੀ ਹੈ? ਇਹਦੇ ਤੇ ਤੁਹਾਡਾ ਜੋ ਦਿਲ ਕਰਦਾ ਪਾ ਦਿਓ। ਮੈਂ ਤੇ ਕਹਿੰਦਾ ਕਿ ਮੁਲਜ਼ਮ ਤੇ ਪੂਰੇ ਥਾਣੇ ਦੀ ਖੱਪ ਆ ਜਾਓ, ਪਹਿਲੇ ਦੀ ਵਰਦੀ ਲਵਾਓ। ਮਿਸ ਕਿਰਨ ਤੁਸੀਂ ਛੇਤੀ ਨਾਲ ਜਾ ਕੇ ਮੁੰਨੇ ਖਾਨ ਦੇ ਘਰ ਦੀ ਤਲਾਸ਼ੀ ਲਵੋ। ਇਹ ਤਾਂ ਮੈਨੂੰ ਯਾਦ ਹੀ ਨਹੀਂ ਰਿਹਾ, ਆ ਜਾਓ ਆ ਜਾਓ। ਦੁਸ਼ਮਣ ਨਾ ਕਰੇ, ਬੇਗਮ ਨੇ ਜੋ ਕੰਮ ਕੀਆ ਹੈ। ਮੈਂ ਵੀ ਕਹਾਂ ਸਮਗਲਰਾਂ ਦੀ ਲਿਖਾਈ ਮੇਰੇ ਬੰਦੇ ਅਰਗੀ ਕਿਉਂ ਹੈ? ਇੱਥੇ ਤੇ ਮੇਰਾ ਬੰਦਾ ਹੀ ਸਮਗਲਰ ਨਿਕਲ ਆਇਆ। ਇਸ ਘਰ ਕੋ ਆਗ ਲੱਗ ਗਈ, ਘਰ ਕੇ ਚਿਰਾਗ ਸੇ। ਤੇ ਅਗਰ ਮੈਨੂੰ ਤਰ ਤੇ ਉਮੀਦ ਨਹੀਂ ਸੀ। ਮੈਨੂੰ ਵੀ ਤੇਰੇ ਤੋਂ ਇਹ ਉਮੀਦ ਨਹੀਂ ਸੀ। ਮਿਹਰਬਾਨੀ ਤੁਹਾਡੀ ਵੀ। ਇਹੀ ਛੋਟੀਆਂ ਛੋਟੀਆਂ ਲੜਾਈਆਂ ਬਾਅਦ ਵਿੱਚ ਨਫ਼ਰਤ ਵਿੱਚ ਬਦਲ ਜਾਂਦੀਆਂ ਨੇ। 10 ਸਾਲ ਹੋ ਗਏ ਮੇਰੇ ਵਿਆਹ ਨੂੰ, ਇਹਨੇ ਅੱਜ ਤੱਕ ਮੈਨੂੰ ਕੋਈ ਗਿਫਟ ਨਹੀਂ ਲਿਆ ਕੇ ਦਿੱਤਾ। ਸੱਚ ਪੁੱਛੋ ਤਾਂ ਮੈਨੂੰ ਉਹਨੇ ਗਿਫਟਾਂ ਗੁਫਟਾਂ ਤੋਂ ਨਫ਼ਰਤ ਹੀ ਬੜੀ ਆ। ਇੱਕ ਬੋਤਲ ਸ਼ਰਬਤ ਨਾਲ ਚਾਕਲੇਟ ਦਾ ਡੱਬਾ, ਬੰਦਾ ਪੁੱਛੇ ਇਹ ਵੀ ਕੋਈ ਗਿਫਟ ਆ? ਗਿਫਟ ਤਾਂ ਮਿਲਦੇ ਦੀਦਾਰ ਨੂੰ, ਕਦੀ ਕਾਰ ਤੇ ਕਦੀ 30 ਕਨਾਲ ਦਾ ਕਾਰ। ਚਲੋ ਸ਼ਰਬਤ ਚਾਕਲੇਟ ਹੀ ਸਹੀ, ਪਰ ਕਦੀ ਲਿਆਵੇ ਤੇ ਸਹੀ। ਹੋ ਸਕਦਾ ਉਹਨੇ ਲੈ ਕੇ ਰੱਖਿਆ ਹੋਵੇ। ਤੇਰੀ ਹਿੰਮਤ ਆ, ਤੂੰ ਐਡੇ ਫਜ਼ੂਲ ਜੇ ਗਿਫਟ ਲੈ ਲੈਂਦੀ ਹੈ। ਮੈਨੂੰ ਕੋਈ ਦੇਵੇ ਮੈਂ ਤਾਂ ਮੂੰਹ ਨਾ ਪਾਉਂਦੀ ਆ। ਤੂੰ ਮੈਨੂੰ ਕਦੇ ਤੋਂ ਬੁਲਾਉਣ ਡਿਆ ਸੀ? ਆਪਣੇ ਪਿੱਛੇ ਕੀ ਲੁਕਾਉਣ ਡਿਆ? ਕੁਛ ਨਹੀਂ ਕੁਛ ਨਹੀਂ, ਭਾਵਨਾ ਪਿੱਛੇ ਨੇ ਲੁਕਾਇਆ ਜੂਸ ਤੇ ਚਾਕਲੇਟ। ਇਹਨੂੰ ਮੈਂ ਕਿਹਾ ਸੀ ਕਿ ਲੈ ਕੇ ਆ, ਮੈਂ ਆਪਣੀ ਬੁੱਢੀ ਨੂੰ ਗਿਫਟ ਦੇਣਾ ਵਾ। ਦੱਸ ਇਹਨਾਂ ਨੂੰ ਬੁਲਾਵਣ। ਲਿਆਂਦੇ ਦੇ ਹੁਣ, ਉਹਨਾਂ ਨੂੰ ਪਤਾ ਲੱਗ ਗਿਆ। ਤੈਨੂੰ ਕਿਹਾ ਵੀ ਸੀ ਨਾ ਲੁਕਾ ਕੇ ਲਿਆਈ। ਚਲੋ ਹੁਣ ਜੇ ਪਤਾ ਲੱਗ ਹੀ ਗਿਆ ਤੇ ਚਲੋ ਫਿਰ ਆਪਣਾ ਗਿਫਟ ਲੈ ਲਓ। ਮੁਬਾਰਕ ਹੋਵੇ ਤੁਹਾਨੂੰ ਤੁਹਾਡੀ ਸਾਲਗਿਰਾ ਦੀ, ਤੇ ਅਰਕੀ ਤੇ ਤੁਹਾਨੂੰ ਇਸ ਤੋਂ ਵੱਡਾ ਗਿਫਟ ਮਿਲੇਗਾ। ਮਾਫੀ ਚਾਹੁੰਦੀ ਹਾਂ ਮੁੰਨੇ ਖਾਂ। ਮੇਰੀ ਪਿਆਰੀ ਕਿਰਨ, ਕਬ ਸੇ ਬਾਤ ਕਰਨਾ ਚਾਹਤਾ ਹੂੰ, ਕਭੀ ਅਕੇਲੇ ਮਿਲੋ ਤੋ ਤੁਮੇ ਇੱਕ ਬਾਤ ਕਹਿਣੀ ਥੀ ਕਿ ਆਈ ਲਵ ਪਾਕਿਸਤਾਨ। ਕੰਮ ਹੋ ਰਿਹਾ ਹੈ, ਚਲੋ ਕੋਈ ਨਹੀਂ ਕਰੋ ਕਰੋ। ਮੈਂ ਇੱਕ ਤਜਰਬਾ ਕੀਤਾ, ਹੁਣ ਇੱਦਾਂ ਚੋਰ ਮਨਾਇਆ ਕਰਨੇ ਆ। ਤੁਸੀਂ ਵੀ ਸੁਣ ਕੇ ਪਰੇਸ਼ਾਨ ਹੀ ਹੋਣਾ। ਜਿਹੜਾ ਚੋਰ ਚੋਰੀ ਨਾ ਮੰਨੇ ਤੇ ਉਹਨੂੰ ਮਾਵਾਂ ਭੈਣਾਂ ਦੀਆਂ ਜੁਗਤਾਂ ਮਾਰੋ, ਆਪ ਹੀ ਮੰਨ ਜਾਊਗਾ। ਹਾਂ ਮੈਂ ਅੱਗੇ ਇੱਕ ਇੱਦਾਂ ਚੋਰ ਮਨਾਇਆ। ਜੇ ਤੁਸੀਂ ਵੀ ਚੋਰ ਮਨਾਉਣੇ ਤੇ ਤੁਹਾਨੂੰ ਜੁਗਤਾਂ ਸਿੱਖਣੀਆਂ ਪੈਣੀਆਂ। ਜੇ ਨਹੀਂ ਆਉਂਦੀਆਂ ਤਾਂ ਫਿਰ ਨੌਕਰੀ ਛੱਡ ਦਿਓ, ਜੇ ਆਉਂਦੀਆਂ ਤੇ ਫਿਰ ਸਮਝੋ ਵੀ ਤੁਹਾਡੀ ਨੌਕਰੀ ਬਹਾਲ ਆ। ਨਹੀਂ ਤੇ ਇੱਦਾਂ ਕਰੋ ਵੀ ਫੈਸਲਾਬਾਦ ਚਲੇ ਜਾਓ, ਉੱਥੇ ਤੁਹਾਨੂੰ ਹਰ ਬੰਦਾ ਜੁਗਤ ਮਾਰੇਗਾ ਤੇ ਯਾਦ ਕਰ ਲੈਣਾ। ਉਹ ਨਹੀਂ ਭਾਈ, ਉੱਥੇ ਤੇ ਸ਼ੇਖ ਵੀ ਖਾਨ ਸਾਹਿਬ ਨੂੰ ਕੱਢ ਕੇ ਨੇ ਨਾ ਪਈ, ਮੈਂ ਨਹੀਂ ਜਾਣਾ ਮੈਂ ਤੋਂ।
ਤੁਸੀਂ ਮੇਰੇ ਕੋਲੋਂ ਸਿੱਖ ਲਓ, ਮੈਨੂੰ ਵੀ ਬੜੀਆਂ ਜੁਗਤਾਂ ਆਉਂਦੀਆਂ ਨੇ। ਮਿਸਾਲ ਦੇ ਤੌਰ ਤੇ ਤੇਰਾ ਮੂੰਹ ਇੰਜ ਆ ਵੀ ਜਿਵੇਂ ਰਬੜ ਦੀ ਗੇਂਦਾ ਹੁੰਦੀ ਹੈ ਪਾਈ ਜਾਣ, ਉਹ ਤੇ ਹੁੰਦੀ ਹੈ ਸਰ, ਬਹੁਤ ਫਿੱਕੀ ਸੀ ਸ਼ੂਗਰ ਵਾਲਿਆਂ ਵਾਸਤੇ। ਤੈਨੂੰ ਤਾਂ ਪਹਿਲਾਂ ਹੀ ਇੰਨੀਆਂ ਜੁਗਤਾਂ ਹੁੰਦੀਆਂ, ਮੈਨੂੰ ਦੱਸ ਦੂ ਕਿ ਪਿੱਛੋਂ ਕਿਤੇ ਫੈਸਲਾਬਾਦੀ ਤਾਂ ਨਹੀਂ? ਮੈਂ ਦੱਸਦਾ ਸਰ, ਖਾਨ ਸਾਹਿਬ ਨੀ, ਖਾਨ ਸਾਹਿਬ ਨਾਲ ਫਸੀ ਹੋਈ ਹੈ। ਇਹ ਕੀ ਬਕਵਾਸ ਬਕ ਰਹੇ ਆ? ਤੁਸੀਂ ਆਪੇ ਦੱਸਿਆ ਸੀ ਜੁਗਤਾਂ ਮਾਰੀਆਂ ਕਰਨੀਆਂ ਨੇ। ਮੈਨੂੰ ਇੱਕ ਹੋਰ ਆਈ ਏ, ਤੁਹਾਡੇ ਸਾਰਿਆਂ ਦੀ ਇਜਾਜ਼ਤ ਨਾ ਹੋਵੇ ਤਾਂ ਮੈਂ ਸੁਣਾਵਾਂਗਾ। ਤੇਰਾ ਮੂੰਹ ਇਵੇਂ ਜਿਵੇਂ ਬੰਦਾ ਟ੍ਰੇਨ ਚ ਮੰਗਦਾ ਹੁੰਦਾ। ਅੱਖਾਂ ਮੇਰੀਆਂ ਸਹੀ ਨੇ ਪਰ ਭੈਣ ਮੇਰੀ ਖਰਾਬ ਹੈਗੀ, ਮੇਰੀ ਮਦਦ ਕਰੋ। ਚਲੋ ਸਰ, ਫਰਜ਼ ਕਰੋ ਮੁਲਜ਼ਮ ਜੁਗਤਾਂ ਨਾਲ ਨਹੀਂ ਮੰਨਦਾ, ਫਿਰ ਕੀ ਕਰਾਂਗੇ? ਜੁਗਤ ਕਰਨ ਨਾਲ ਜੇ ਮੁਲਜ਼ਮ ਨਹੀਂ ਮੰਨਦਾ ਤਾਂ ਫਿਰ ਉਹਦੀ ਖਾਰਸ਼ ਕਰੋ, ਮਾਲਿਸ਼ ਕਰੋ, ਜਾਂ ਉਹਦੀ ਮਿਹਨਤ ਤਰਲਾ ਕਰੋ, ਕਿਤੇ ਤੇ ਮਨ ਮੁੰਨ ਜਾਊਗਾ ਨਾ। ਮਨਾਉਣਾ ਏਦਾਂ ਹੀ ਉਹਨੂੰ ਮਾਰਨਾ ਨੀਗਾ। ਮੈਂ ਇੱਕ ਮੁਲਜ਼ਮ ਨੂੰ ਚੌਂਕ ਚ ਮੁੱਕੀਆਂ ਮਾਰੀਆਂ, ਉਹਨੇ ਫਿਰ ਮੈਨੂੰ ਬਦਵਾ ਦਿੱਤੀ ਤੇ ਫਿਰ ਮੇਰੀ ਜ਼ਬਾਨ ਇੱਦਾਂ ਦੀ ਹੋ ਗਈ। ਤੂੰ ਬੜੀ ਖੁੱਲ੍ਹ ਕੇ ਸੁਣਾਈ, ਮੇਰੀ ਬੇਇੱਜ਼ਤੀ ਕਰਦੀ ਪਈ? ਓਹ ਨਹੀਂ ਸਰ, ਆ ਮੈਂ ਪੇਪਰ ਤੇ ਜੁਗਤਾਂ ਲਿਖਦੀ, ਕੱਲ ਯਾਦ ਕਰਕੇ ਸੁਣਾਉਣਗੇ। ਦੇਖੋ ਏਡਾ ਮੁਸ਼ਕਲ ਕੰਮ ਨਹੀਂ, ਬਸ ਤੁਸੀਂ ਥੋੜੀ ਜਿੰਨੀ ਮਿਹਨਤ ਕਰਨੀ ਹੈ, ਪਹਿਲੇ ਤੁਹਾਨੂੰ ਥੋੜਾ ਜਿਹਾ ਬੇਇੱਜ਼ਤ ਹੋਣਾ ਪੈਣਾ, ਫਿਰ ਆਸਾ ਤੁਹਾਨੂੰ ਬੇਇੱਜ਼ਤੀ ਮਹਿਸੂਸ ਹੀ ਨਹੀਂ ਹੋਣੀ, ਯਾਨੀ ਕਿ ਤੁਹਾਡੇ 'ਚ ਢੇਠਾ ਪਾਉਣ ਆ ਗਿਆ ਤਾਂ ਤੁਸੀਂ ਕਾਮਯਾਬ, ਕਿਸੇ ਠੰਡੇ ਇਲਾਕੇ 'ਚ ਨਹੀਂ ਜਾਣਾ। ਇਹੋ ਹੀ ਅਹਿਤਿਆਤ ਕਰਨੀ ਹੈ ਬਸ। ਆ ਜਿਹੜੀਆਂ ਤੁਸੀਂ ਸਾਨੂੰ ਅਹਿਤਿਆਤਾਂ ਦੱਸਣ ਦੇ ਹੋ, ਲੱਗਦਾ ਤੁਹਾਨੂੰ ਵੀ ਮਰਾਸੀਅਤ ਹੋ ਗਈ ਹੈ। ਕੋਈ ਸਿਗਰਟ ਜਦੋਂ ਜਾ ਉਹਨੇ ਆਪ ਹੀ ਲਾਇਆ ਹੁੰਦਾ। ਇੱਕ ਤਰੀਕਾ ਮੇਰੇ ਕੋਲ ਹੈਗਾ ਜੇ ਚੋਰ ਮਨਾਉਣ ਦਾ, ਲਓ ਜੀ ਇੱਕ ਚੋਰ ਫੜੇ 2000 ਰੁਪਏ ਦੇ ਕੇ ਉਹਨੂੰ ਛੱਡ ਦੇਵੇ, ਵੇਖਿਓ ਅਗਲੇ ਦਿਨ ਚੋਰਾਂ ਦੀ ਲੈਣ ਲੱਗਦੀ। ਹਾਂ, ਤੇ ਜਦੋਂ ਉਹਨਾਂ ਨੂੰ ਫੜ ਲਓ ਤੇ ਉਹਨਾਂ ਨੂੰ ਸਮਝਾਓਗੇ ਵੀ ਚੋਰੀ ਨਹੀਂ ਕਰਨੀ। ਬਾਈ ਤੂੰ ਦੱਸ, ਬਾਈ ਚੋਰਾਂ ਨੂੰ ਚੈੱਕ ਲਿਖ ਕੇ ਦੇਣੇ ਚਾਹੀਦੇ ਆ ਕਿ ਨਹੀਂ ਚਾਹੀਦੇ? ਦੱਸ ਜ਼ਰਾ ਭਾਈ, ਪਹਿਲੇ ਮੈਨੂੰ ਤੇ ਇੱਕ ਲਿਖ ਦਿਓ। ਬਾਈ ਤੂੰ ਤੇ ਸਬਰ ਕਰ। ਲਓ ਜੀ ਇੱਕ ਚੋਰ ਨੂੰ ਇੱਦਾਂ ਛੱਡੋ, ਮੁੜ ਕੇ ਹੌਲੀ ਹੌਲੀ ਪੂਰੇ ਸ਼ਹਿਰ ਦੇ ਚੋਰ ਤੁਹਾਡੇ ਕੋਲ ਆਉਣ ਲੱਗ ਪੈਣੇ ਆ, ਤੇ ਉਹਨਾਂ ਨੂੰ ਫੜ ਕੇ ਤੇ ਤੁਸੀਂ ਜੋ ਮਰਜ਼ੀ ਕਰਦੇ ਰਹੋ। ਮਸ਼ਵਰਾ ਤਾਂ ਤੇਰਾ ਠੀਕ ਆ, ਪਰ ਕਿੱਦਾਂ ਪਤਾ ਲੱਗੂਗਾ ਪੁਲਿਸ ਵਾਲੇ ਕਿਹੜੇ ਆ ਤੇ ਚੋਰ ਕਿਹੜੇ ਆ? ਮੇਰਾ ਖਿਆਲ ਚ ਮਸ਼ਵਰਾ ਖਰਾਬ ਆ, ਕੋਈ ਹੋਰ ਸੋਚੋ। ਇਸ ਮਸਲੇ ਦਾ ਮੇਰੇ ਕੋਲ ਇੱਕ ਹੱਲ ਹੈਗਾ, ਕਿਉਂ ਨਾ ਅਸੀਂ ਹਰਸ਼ਾ ਤੇ ਲਿਖ ਦਈਏ ਇਸਕੋ ਚੁਰਾਨਾ ਮਨਾ ਹੈ। ਤੁਸੀਂ ਕੀ ਸਮਝਦੇ ਆ ਕਿ ਤੁਸੀਂ ਇਕੱਲੇ ਹੀ ਹੁਸ਼ਿਆਰ ਆ? ਮੈਂ ਵੀ ਬੜਾ ਹੁਸ਼ਿਆਰ ਆ, ਮੈਂ ਆਪਣੇ ਹੈਲਮਟ ਤੇ ਇਹੀ ਲਿਖ ਕੇ ਪਾਰਕ 'ਚ ਰੱਖਿਆ ਤੇ ਉਹ ਚੋਰ ਲੈ ਗਿਆ, ਤੇ ਮੈਨੂੰ ਬਾਅਦ 'ਚ ਪਤਾ ਲੱਗਾ ਕਿ ਉਹ ਚੋਰ ਵੀ ਜਿਹੜਾ ਅਨਪੜ੍ਹ ਸੀ। ਸਰ ਜੀ, ਜੇ ਉਹ ਅਨਪੜ੍ਹ ਸੀ ਤੇ ਉਹਨੂੰ ਆਪਣਾ ਟਰੈਕਟਰ ਵੇਚ ਕੇ ਪੁਲਿਸ 'ਚ ਭਰਤੀ ਹੋਣਾ ਚਾਹੀਦਾ ਸੀ। ਇਕੱਲੇ ਟਰੈਕਟਰ ਨਾਲ ਕੁਛ ਨਹੀਂ ਬਣਦਾ, ਮੈਨੂੰ ਸਾਈਕਲ ਵੇਚਣਾ ਪਿਆ ਸੀ। ਬਾਹਰ ਨਿਕਲੋ ਤੇ ਤੁਹਾਨੂੰ ਪਤਾ ਲੱਗੇ ਕਿ ਦੁਨੀਆ 'ਚ ਕਿੰਨੀ ਮਹਿੰਗਾਈ ਹੋਈ ਹੈ। ਠੀਕ ਹੈ, ਤੁਸੀਂ ਸਾਨੂੰ ਕਿਹਾ ਸੀ, ਤੁਹਾਨੂੰ ਯਾਦ ਹੈ ਨਾ, ਕਿ ਇਸ ਮਹੀਨੇ ਦੀ ਆਖਰੀ ਤਾਰੀਖ ਤੇ ਤੁਹਾਨੂੰ ਟੂਰ ਤੇ ਲੈ ਕੇ ਜਾਵਾਂਗੇ। ਚਲੇ ਚਲਦੇ ਹਾਂ, ਉੱਥੇ ਜਾ ਕੇ ਮੁਕਾਬਲੇ ਕਰਾਂਗੇ ਜੁਗਤਬਾਜ਼ੀ ਤੇ। ਆ ਜੁਗਤਬਾਜ਼ੀ ਦਾ ਮੁਕਾਬਲਾ? ਤੂੰ ਕੀ ਤਿੰਨਾਂ ਫੁੱਲਾਂ ਨਾਲ ਮਰਾਸੀ ਮਸ਼ਹੂਰ ਹੋਣੀ? ਲਾਹਨਤ ਤੇਰੇ ਤੇ। ਨੋ ਟੈਨਸ਼ਨ, ਜੋ ਵਾਅਦਾ ਕੀਆ ਵੋ ਨਿਭਾਣਾ ਪੜੇਗਾ। ਤੇ ਠੀਕ ਆ, ਜਿਹੜਾ ਪੰਜਾਂ ਮੁਲਜ਼ਮਾਂ ਨੂੰ ਪੈਂਦਾ ਵੀ ਖਾਣਾ ਪੜੇਗਾ, ਉਹ ਤੇ ਸਾਰੇ ਕੰਮ ਚੋਰ ਆ, ਉਹ ਤੇ ਚਾਹੁੰਦੇ ਹੀ ਇਹੋ ਕਿ ਸਾਨੂੰ ਛੁੱਟੀ ਹੋਵੇ। ਹੈਂ, ਉਹਨਾਂ ਦਾ ਤੇ ਕਦੀ ਨੰਬਰ ਨਹੀਂ ਲੱਗਾ ਜਿਨ੍ਹਾਂ ਦੇ ਮਗਰ ਤੂੰ ਲੱਗ ਗਿਆ। ਇਹ ਤੇ ਕਿਸਮਤ ਦੀ ਗੱਲ ਆ ਨਾ। ਕੀ ਤੁਸੀਂ ਵੀ ਲਿਆ ਸੀ, ਤੁਹਾਡਾ ਕਿਹੜਾ ਲੱਗਾ ਸੀ? ਨੰਬਰ ਲੈਣ ਤੋਂ ਪਹਿਲੇ ਆਹ ਅਮਲ ਕਰਨਾ ਸੀ, ਲੱਗ ਜਾ ਲੱਗ ਜਾ ਲੱਗ ਜਾ ਲੱਗ ਜਾ, ਮੇਰਾ ਨੰਬਰ ਲੱਗ ਜਾ ਤੂੰ ਆਹੀ ਤੂੰ। ਚੁੱਪ। ਚਲੋ ਜੀ, ਮੈਂ ਤੇ ਨੰਬਰ ਲਿਆ ਨਹੀਂ ਲਗਾ, ਤੇਰੇ ਚਾਚੇ ਦੇ ਇਹ ਕਰਤੂਤ ਆ, ਉਹਨੂੰ ਕਿਸੇ ਕਿਹਾ ਭੰਗੂੜਾ ਲਾ ਲੈ, ਬਹੁਤੇ ਪੈਸੇ ਮਿਲਣਗੇ, ਉਹਨੇ ਪਾਰਕ ਦੇ ਬਾਹਰ ਹੀ ਭੰਗੂੜਾ ਲਾ ਲਿਆ। ਇਸ ਗੱਲ ਦਾ ਗਵਾਹ ਬਾਹਰ ਹੀ ਬੈਠੇ ਆ ਜਿਹਨੇ ਝੂਟੇ ਵੀ ਲੈ ਲਏ ਤੇ ਪੈਸੇ ਵੀ ਨਹੀਂ ਦਿੱਤੇ। ਤੇਰਾ ਚਾਚਾ ਵੀ ਤਾਂ ਪਾਇਲਟ ਭਰਤੀ ਹੋਇਆ ਸੀ, ਉਹਨੇ ਕਿਹੜਾ ਪੈਸੇ ਦਿੱਤੇ? ਏਅਰਪੋਰਟ ਤੋਂ ਜਹਾਜ਼ ਉਡਾਇਆ, ਦੇਸ਼ ਲਿਆ ਕੇ ਲਾ ਤੀ ਉਹਨੂੰ, ਤੇ ਵਾਅਦਾ ਲਾਉਣੀਆਂ ਸ਼ੁਰੂ ਕਰਤੀਆਂ ਵੀ ਚਲੋ ਵੀ ਦਰਬਾਰ ਯਾਦਗਾਰ, ਉੱਥੋਂ ਉਹਨੂੰ ਜੁੱਤੀਆਂ ਪਈਆਂ ਤੇ ਤੇਰੇ ਤਾਏ ਹੁਣਾਂ ਨੂੰ ਵੀ ਇੱਕ ਵਾਰੀ ਬਹੁਤ ਜੁੱਤੀਆਂ ਪਈਆਂ ਸੀ। ਇਹਨਾਂ ਪਤਾ ਵੀ ਜੁੱਤੀਆਂ ਬਹੁਤ ਪਈਆਂ ਸੀ, ਗੱਲ ਦਾ ਨਹੀਂ ਪਤਾ। ਚਲੋ ਕੋਈ ਨਹੀਂ, ਚਾਚਾ ਤੇਰਾ ਵੀ ਚਵਲ ਸੀ ਤੇ ਚਾਚਾ ਮੇਰਾ ਵੀ ਚਵਲ ਸੀ। ਹਾਂ, ਮੈਂ ਮੰਨਦਾ ਕਿ ਮੇਰੇ ਚਾਚੇ ਚਵਲ ਸੀ, ਪਰ ਤੇਰੇ ਚਾਚੇ ਉਹਦੇ ਤੋਂ ਵੀ ਵੱਡੇ ਚਵਲ ਸੀ, ਯਾਨੀ ਕਿ ਮਹਾਨ ਚਵਲ। ਗੁੱਸਾ ਨਾ ਕਰ, ਸਿਰ ਦੇ ਬਾਕੀ ਵਾਲ ਵੀ ਉੱਡ ਜਾਣੇ ਤੇਰੇ। ਬਹੁਤ ਹੋ ਗਿਆ ਮਜ਼ਾਕ ਹੋਣਾ, ਆਪਾਂ ਇੱਥੇ ਨਾ ਕੋਈ ਕੰਮ ਦੀ ਗੱਲ ਵੀ ਕਰ ਲਈਏ, ਜਿਸ ਕੰਮ ਵਾਸਤੇ ਮੈਂ ਤੁਹਾਨੂੰ ਬੁਲਾਇਆ ਸੀ। ਇਸ ਫਾਇਲ 'ਚ ਉਹਨਾਂ ਮੁਜਰਮਾਂ ਦੇ ਨਾਮ ਆ ਜਿਹੜੇ ਮੇਰੀ ਜੁਗਤ ਤੋਂ ਮੁਤਾਸਰ ਹੋ ਕੇ ਤੇ ਜੁਰਮ ਮੰਨ ਬੈਠੇ ਆ। ਜੁਗਤਾਂ ਤੋਂ ਮੁਤਾਸਰ ਹੋ ਕੇ ਕੀ ਮਤਲਬ ਆ ਤੇਰਾ? ਇਹਨਾਂ ਦਾ ਨਵਾਂ ਤਰੀਕਾ ਵਾ। ਬਹੁਤ ਅੱਛੇ, ਕੋਈ ਮਰਾਸੀ ਮੁਜਰਮ ਹੱਥੇ ਚੜ ਗਿਆ ਤਾਂ ਤੈਨੂੰ ਹੀ ਜੁਗਤਾਂ ਮਾਰ ਮਾਰ ਕੇ ਸਭ ਕੁਝ ਮਨਾਈ ਜਾਊ। ਉਹ ਭਾਈ,
ਨਹੀਂ ਕੰਮ ਕਰਨਾ ਤੇ ਸਿੱਧੀ ਤਰ੍ਹਾਂ ਦੱਸ ਦੇ, ਮਰਾਸੀ ਦਾ ਘਰ ਨਹੀਂ ਇਹ ਥਾਣਾ ਵਾ। ਕੀ ਤੇਰਾ ਮੂੰਹ ਜਿਵੇਂ ਦਿਲ ਤੇ ਚੋਟ ਲੈਣ ਵਾਲੀ ਥੌੜੀ ਹੁੰਦੀ ਆ, ਮਰੇ ਤੂੰ ਇੰਜ ਜਿਵੇਂ ਟਾਂਗੇ ਚ ਕਲਾਕ ਲੱਗਾ ਹੁੰਦਾ, ਤੂੰ ਇੰਜ ਜਿਵੇਂ ਰਕਸ਼ੇ ਚ ਤਈ ਭੱਲੇ ਲੱਗੇ ਹੁੰਦੇ ਆ, ਤੇਰਾ ਮੂੰਹ ਇੰਜ ਜਿਵੇਂ ਇੱਕ ਬਟਨ ਵਾਲਾ ਮੋਬਾਈਲ ਹੁੰਦਾ, ਤੇਰਾ ਮੂੰਹ ਇੰਜ ਜਿਵੇਂ ਪਤਾ ਨੀ ਕਿੰਜ ਹੁੰਦਾ। ਮੈਂ ਮਰਾਸੀਆਂ ਨੂੰ ਮੂੰਹ ਨਹੀਂ ਲਾਉਂਦਾ, ਬਾਹ ਲਾ ਦੇਣਾ ਵਾ ਗੁੱਸਾ ਕਰ ਗਿਆ। ਸ਼ਾਬਾਸ਼, ਮੈਂ ਕਿਹਾ ਬਹੁਤ ਅੱਛੇ, ਮੇਰੇ ਸਾਥ ਕੰਮ ਕਰੋਗੇ ਤੇ ਇੱਜ਼ਤ ਹੋ ਗਈ। ਮਰਾਸੀ ਡਰੇਂਗੇ ਤੋ ਉਸੇ ਕਾਸ਼ੀਨਾਥ। ਮਰਾਸੀਓ ਕੋ ਡਰਾ ਕਰ ਵੋ ਜੀਤਾ ਹੈ ਜਿਸਕੀ ਜੇਬੋ ਮੇਂ ਨੋਟ ਭਰੇ ਹੋਤੇ ਹੈ। ਬਾਪ ਬੇਟੇ ਖੈਰ, ਤੇ ਫਿਰ ਸਾਨੂੰ ਨਾ ਡਰਾ, ਸਾਨੂੰ ਟੂਰ ਦੀ ਇਜਾਜ਼ਤ ਦੇ ਦੇ। ਚੁੱਪ, ਇਹ ਤੈਨੂੰ ਕਿਰਨ ਨੇ ਪੱਟੀ ਪੜਾਈ ਹੋਣੀ, ਹੁਣੇ ਮੈਂ ਜਾ ਕੇ ਉਹਨੂੰ ਪੁੱਛ ਲੈਣਾ। ਜ਼ਖਮੀਆਂ ਵਾਸਤੇ ਪੂਰੇ ਥਾਣੇ ਚ ਇੱਕ ਪੱਟੀ ਸੀ, ਉਹ ਵੀ ਉਹਨੇ ਤੈਨੂੰ ਪੜਾ ਦਿੱਤੀ। ਅੱਜ ਇਹ ਫੈਸਲਾ ਹੋ ਕੇ ਰਹੂਗਾ, ਜਾਂ ਇਸ ਥਾਣੇ ਚ ਮੈਂ ਰਹੂੰਗਾ, ਜਾਂ ਤੂੰ ਨਹੀਂ ਰਹੇਗਾ, ਜਾਂ ਤੂੰ ਜਾਏਗਾ ਤੇ ਮੈਂ ਰਹਾਂਗਾ, ਜਾਂ ਫਿਰ ਇਸ ਥਾਣੇ ਚ ਮੈਂ ਰਹਾਂਗਾ ਤੇ ਤੂੰ ਇੱਥੋਂ ਜਾਏਗਾ। ਅਸੀਂ ਤੁਹਾਡੀ ਕੀ ਖਿਦਮਤ ਕਰ ਸਕਦੇ ਸਰ? ਬਸ ਐਵੇਂ ਇੰਜੋਏ ਕਰਨ ਨੂੰ ਦਿਲ ਕੀਤਾ ਤੇ ਆ ਗਏ। ਚਲੋ 5-80 ਖਵਾ ਦਿੰਦੇ ਹਾਂ, ਪੈਪਸੀ 12 ਪੀ ਲੈਣਾ, ਤੁਹਾਡੀ ਜ਼ਾਤ ਲਈ ਬਿਲਕੁਲ ਫ੍ਰੀ ਹੈ। ਅਸਾਂ ਤਿਆਰ ਹਾਂ ਸਰ। ਆਉਤੇ ਬਹੁਤ ਅੱਛੇ, ਮੈਨੂੰ ਤੁਹਾਡੇ ਤੋਂ ਇਹੋ ਹੀ ਉਮੀਦ ਸੀ। ਤੁਹਾਨੂੰ ਕੋਈ ਖਾਸ ਕੰਮ ਹੈ? ਹਾਂ ਬਹੁਤ ਖਾਸ, ਤੁਹਾਨੂੰ ਮੈਂ ਇੱਕ ਸੀਕ੍ਰੇਟ ਆਪਰੇਸ਼ਨ ਤੇ ਘੱਲ ਰਿਹਾ। ਇੱਕ ਗੱਲ ਯਾਦ ਰੱਖਣੀ, ਕੋਈ ਏਦਾਂ ਦੀ ਗਲਤੀ ਨਹੀਂ ਕਰਨੀ ਜਿੱਦਾਂ ਦੀ ਤੁਹਾਡੇ ਮਾਂ ਪਿਓ ਨੇ ਤੁਹਾਨੂੰ ਜੰਮ ਕੇ ਕੀਤੀ। ਹੁਣ ਅਸੀਂ ਮੈਟਰੋਪੋਲ ਚੌਕ ਚੋਂ ਇੱਕ ਬਹੁਤ ਵੱਡਾ ਮੁਜਰਮ ਫੜਨ ਜਾ ਰਹੇ ਹਾਂ। ਜੈ ਕੋ ਨਪਣਾ ਹੈ, ਮੁਜਰਮ ਹੀ ਹੈ ਨਾ? ਆਹੋ, ਰਸਤੇ 'ਚ ਇੱਕ ਸੁਰੰਗ ਵੀ ਆਉਂਦੀ ਆ, ਚੁੱਭੀ ਮਾਰਨੀ ਹੈ ਸੁਰੰਗ ਵਿੱਚ, ਇਹ ਨਾ ਹੋਵੇ ਤੁਹਾਡਾ ਬੈਲੈਂਸ ਆਊਟ ਹੋ ਜਾਵੇ ਕਿਤੇ। ਹੁਣ ਮੈਂ ਤੁਹਾਡਾ ਡਰਾਈਵਰ ਹਾਂ, ਯਾਦ ਰੱਖਣਾ, ਕਿਸੇ ਨੂੰ ਵੀ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਦੋਵੇਂ ਪੁਲਿਸ ਵਾਲੇ ਹੋ ਤੇ ਮੈਂ ਤੁਹਾਡਾ ਅਫਸਰ ਹਾਂ। ਮੈਂ ਤੁਹਾਡਾ ਡਰਾਈਵਰ ਹਾਂ ਤੇ ਐਤਕੀ ਮੈਨੂੰ ਤਨਖਾਹ ਟਾਈਮ ਸਿਰ ਚਾਹੀਦੀ ਆ। ਮਜ਼ਾਕ ਕਰਨ ਦੇ ਆ। ਓਏ, ਤੈਨੂੰ ਖੂਨ ਦੀ ਕਮੀ ਆ? ਲਾਲ ਸ਼ਰਟ ਪਾਈ ਜੁਗਤ ਮਾਰੀ ਹੱਸ ਪੈ ਮਰੇ। ਖੂਨ ਦੀ ਕਮੀ ਕੋਨੀ, ਉਹ ਦੋ ਪੈਂਟਾਂ ਕਤਲ ਠੀਕ ਹੈ ਹਣ ਅਲਮਾਰੀ ਚ ਉਹਨਾਂ ਦਾ ਰੰਗ ਚੜੇ ਜੀ। ਵਾਹ ਵਾਹ ਜੀ ਵਾਹ। ਹੁਣ ਕੰਮ ਦੀ ਗੱਲ ਸੁਣ ਲਓ, ਅਸੀਂ ਜਿਸ ਜਗ੍ਹਾ ਤੇ ਰੇਡ ਕਰ ਰਹੇ ਉੱਥੇ ਕਮ ਅਜ਼ ਕਮ 12-13 ਮੁਜਰਮ ਹੈ, ਉਹਨਾਂ ਚੋਂ ਇੱਕ ਨਹੀਂ ਬਚਣਾ ਚਾਹੀਦਾ। ਜੇਲ੍ਹ ਭਰੀ ਹੋਏਗੀ ਤੇ ਸਾਡਾ ਵੀ ਦਿਲ ਲੱਗਾ ਰਹੂ। ਬੌਸ, ਅਸਾਂ ਜੋ ਮੁਜਰਮਾਂ ਕੋ ਨਪਦੇ ਹਾਂ, ਅਸਾਂ ਕਿਉਂ ਨਾ ਜੁਰਮ ਕੋ ਨਪੀਏ? ਨਾ ਰਸੀ ਜੁਰਮ ਤੇ ਨਾ ਹੋਸਣ ਮੁਜਰਮ। ਵਾਹ, ਕਿਆ ਸੋਚ ਪਾਈ ਆ, ਬੱਲੇ ਹੋ ਤੇਰੇ। ਥੈਂਕ ਯੂ। ਲੀਡਰਾਂ ਦੀ ਸੋਚ ਆ ਮੇਰੇ ਭਰਾ ਦੀ, ਇਨਸ਼ਾਅੱਲਾ ਮੇਰੇ ਭਰਾ ਨੂੰ ਜਲਸੇ ਚੋਂ ਗੋਲੀ ਵੱਜੂ। ਆਜੋ, ਕਿੰਨਾ ਮਜ਼ਾ ਆਏਗਾ ਜਦੋਂ ਅਸੀਂ ਸਾਰੇ ਟ੍ਰਿਪ ਤੇ ਜਾਵਾਂਗੇ, ਹੈ ਨਾ ਭਾਜੀ? ਮੈਂ ਤਾਂ ਫੁੱਲ ਤਿਆਰੀ ਕਰ ਲਈ ਜੁਗਤਾਂ ਦੀ, ਦਿਨ ਰਾਤ ਲਾ ਕੇ ਉੱਤੇ ਥੱਲੇ ਬੈਠਕਾਂ ਲਾਈਆਂ ਨੇ ਤੇ ਫਿਰ ਜਾ ਕੇ ਮੇਰੀ ਆਮਦ ਖੁੱਲੀ। ਕਿੰਨਾ ਮਜ਼ਾ ਆਏਗਾ ਜਦੋਂ ਅਸੀਂ ਸਾਰੇ ਇੱਕ ਦੂਜੇ ਦੀ ਮਾਂ ਭੈਣ ਇੱਕ ਕਰਾਂਗੇ, ਤੁਸੀਂ ਦੱਸੋ? ਜੇ ਲੈਦਾ ਲੈਦਾ ਰਹਿੰਦੀਆਂ ਤੇ ਫਿਰ ਕਰ ਦਿਓ ਇੱਕ। ਆਹੋ ਸਹੀ ਕਿਹਾ ਤੂੰ, ਤੇ ਜਾ ਜਾ ਕੇ ਬਾਹਰੋਂ ਮਾਂ ਭੈਣ ਇੱਕ ਕਰਾ। ਉੱਥੇ ਜਾਣਾ ਤੁਹਾਡੇ ਲਈ ਖਤਰੇ ਤੋਂ ਖਾਲੀ ਨਹੀਂ ਜੇ, ਬਹੁਤ ਹੀ ਠੰਡਾ ਇਲਾਕਾ ਜੇ, ਉੱਥੇ ਜਾ ਕੇ ਏਸੀ ਦਾ ਨਾਂ ਨਾ ਲਈ ਉਹ ਗਾਲ ਸਮਝ ਦੇਈ। ਤੁਸੀਂ ਸਾਡੀ ਪਰ ਜੋ ਮਰਜ਼ੀ ਕਹੋ, ਅਸੀਂ ਤੇ ਇਸ ਵਾਰੀ ਜਾ ਕੇ ਰਹਿਣਾ ਭਾਈ। ਤੂੰ ਇੱਦਾਂ ਕਰ, ਤੂੰ ਐਤਕੀ ਟ੍ਰਿਪ ਤੇ ਨਾ ਜਾ, ਕਿਉਂਕਿ ਮੈਂ ਸੁਣਿਆ ਕਿ ਉਹਨਾਂ ਇਲਾਕਿਆਂ ਦੇ ਵਿੱਚ ਇਸ ਵਾਰੀ ਬਹੁਤ ਜ਼ਿਆਦਾ ਬਾਰਿਸ਼ਾਂ ਹੋ ਰਹੀਆਂ ਨੇ, ਐਵੇਂ ਤੇਰੇ ਤੇ ਬਿਜਲੀ ਡਿੱਗ ਪੈਣੀ। ਫਿਕਰ ਨਾ ਕਰ, ਮੇਰੇ ਤੇ ਬਿਜਲੀ ਨਹੀਂ ਡਿੱਗਦੀ, ਤੂੰ ਨਾ ਉੱਥੇ ਜਾਈਂ। ਮੈਨੂੰ ਪਤਾ ਲੱਗਾ ਕਿ ਉੱਥੇ ਪਠਾਨ ਹੁੰਦੇ ਆ ਤੇ ਉਹ ਬਹੁਤ ਹੀ ਖਤਰਨਾਕ ਹੁੰਦੇ ਈ। ਹਾਂ ਹਾਂ ਹਾਂ, ਉਹਦੇ ਬਾਰੇ ਮੈਨੂੰ ਪਤਾ ਲੱਗਿਆ, ਤੁਸੀਂ ਇੱਕ ਪਠਾਨ ਦੇ ਨਾਲ ਪੈਣ ਵੇ ਸੀ, ਉਹਨੇ ਤੇਰੀ ਵਜ੍ਹਾ ਤੋਂ ਤੇਰੀ ਭੈਣ ਨੂੰ ਤਲਾਕ ਦਿੱਤੀ, ਕਾਲਾ ਜਿਹਾ ਗੱਲਾਂ ਕਰਦਾ ਤੂੰ। ਇਹ ਨਵੀਂ ਰਿਪੋਰਟ ਆਈ ਹੈ, ਇਹਦੇ ਮੁਤਾਬਿਕ ਨੌਜਵਾਨਾਂ ਨੇ ਚੋਰੀ ਛੱਡ ਕੇ ਨਸ਼ੇ ਸ਼ੁਰੂ ਕਰਤੇ ਨੇ। ਹਾਂ, ਇਹਦਾ ਹੱਲ ਵੀ ਫਿਰ ਜੁਗਤਾਂ ਹੀ ਆ ਬੀਬੀ, ਜਲਦੀ ਹੋ ਸਕੇ ਇਹਨਾਂ ਨੂੰ ਰੋਕਣਾ ਪੈਣਾ, ਇਹ ਨਾ ਹੋਵੋ ਸਾਰੇ ਜਹਾਜ਼ ਬਣ ਜਾਣ ਤੇ ਏਅਰਪੋਰਟ ਘੱਟ ਜਾਣ। ਜਹਾਜ਼ ਸਮਝਦੀ ਆ ਤੂੰ? ਹਾਂਜੀ ਸਰ। ਨਸ਼ੇ ਦਾ ਵੈਸੇ ਇੱਕ ਫਾਇਦਾ ਇਹ ਵੀ ਆ ਕਿ ਬੰਦੇ ਨੂੰ ਆਪਾਂ ਹੀ ਟੀਕਾ ਟੂਕਾ ਵੀ ਲਾਉਣਾ ਆ ਜਾਂਦਾ, ਦਵਾਈ ਲਿਖਣੀ ਆ ਜਾਏ ਤਾਂ ਤੁਸੀਂ ਡਾਕਟਰ। ਇਹ ਲੋਕ ਚੰਦ ਦਿਨਾਂ ਦੇ ਵਿੱਚ ਇੰਨੇ ਟ੍ਰੇਨ ਹੋ ਜਾਂਦੇ ਆ, ਉਹ ਵੀ ਨਾਲ ਲੱਭ ਲੈਂਦੇ ਆ ਜਿਹੜੀ ਹਾਲੇ ਤੱਕ ਸਾਇੰਸਦਾਨ ਵੀ ਨਹੀਂ ਲੱਭ ਸਕੇ। ਜਿੰਨੇ ਨਸ਼ੇ ਹੀ ਹੁੰਦੇ ਆ ਨਾ, ਏਡੇ ਜ਼ਹਿਨ ਹੁੰਦੇ, ਪਤਾ ਨਹੀਂ ਇਹ ਲਾਣਤ ਕਿੱਥੋਂ ਪਾ ਲੈਂਦੇ ਆ ਆਪਣੇ ਗੱਲ। ਮੇਰਾ ਬਸ ਚੱਲੇ ਤਾਂ ਮੈਂ ਸਾਰੇ ਨਸ਼ੀਆਂ ਕੋਲ ਟੀਕੇ ਖੋ ਕੇ ਉਹਨਾਂ ਨੂੰ ਜੂਸਾਂ 'ਤੇ ਲਾ ਦੇਵਾਂ। ਆਈ ਹੇਟ ਨਸ਼ਾਈ ਐਂਡ ਐਚ ਕਰਜ਼ਈ। ਮੇਰਾ ਦਿਲ ਸੜ ਰਿਹਾ, ਉਹਦਾ ਧੂੰਆਂ ਪਿਆ ਹੋਣਾ। ਹਾਂਜੀ, ਦੇਖੋ ਕੀ ਅੰਨੀ ਪਾਈ ਆ, ਅੱਧੀ ਰਾਤ ਹੋਣ ਡਈ ਆ,
ਉੱਚੀ ਆਵਾਜ਼ ਹੀ ਡੈਕ ਲਾਇਆ, ਲੋਕੀ ਕਿੱਡੇ ਤੰਗ ਹੁੰਦੇ ਹੋਣੇ। ਇਹਨਾਂ ਕੋ ਸਜ਼ਾ ਜ਼ਰੂਰ ਦੇ ਸੋ। ਇੱਕ ਤੇ ਗਾਵਣ ਉੱਚੀ ਆਵਾਜ਼ ਵਿੱਚ ਲਾਈ ਪੈਣੂ ਤੂੰ ਹਮੇਸ਼ ਦੇ। ਦਰਵਾਜ਼ਾ ਖੋਲੋ। ਯਾਸਰ ਹੈਗਾ? ਤੂੰ ਕੀ ਕਹਿਣਾ? ਮੈਨੂੰ ਉਹਦੇ ਨਾਲ ਕੰਮ ਹੈ, ਉਹਨੂੰ ਕਿ ਥੱਲੇ ਆ ਕੇ ਮੇਰੀ ਗੱਲ ਸੁਣ ਜਾ। ਹਾਂ ਚੱਲ ਦੌੜ, ਉਹ ਨਹੀਂ ਗਏ ਫਿਰ ਹੁੰਦਾ ਵੀ ਤੇ ਤੈਨੂੰ ਨਹੀਂ ਸੀ ਮਿਲਣਾ। ਚਲੋ ਭਾਈ ਹੁਲੀਆ ਬਦਲੋ, ਜੋ ਕੁਝ ਸਿਖਾਇਆ ਸੀ ਕਰਕੇ ਵਿਖਾਓ। ਬਹੁਤ ਅੱਛੇ, ਤੁਸੀਂ ਹੁਣ ਠੀਕ ਹੋ ਗਏ। ਚਲੋ ਜਾਓ, ਪਿੱਛੇ ਹੋਰ ਵੀ ਕੋਈ ਹੈਗਾ ਜਿਹਨੂੰ ਮੈਂ ਕਹਿਣ ਦਿਆਂ? ਦਫਾ ਹੋ ਜਾਓ। ਹੈਲੋ ਦੋਸਤ, ਅਸਾਂ ਪਾਰਟੀ ਵਿੱਚ ਆ ਸਕਦੇ ਹਾਂ? ਅੰਦਰ ਆਵਣ ਦੇ ਪੈਸੇ ਦਸਾ। ਕੀ ਸੋਚਿੰਦਾ ਪਿਆ ਹੈ? ਉੱਤੇ ਤੇ ਮੰਗਣੀ ਦਾ ਪ੍ਰੋਗਰਾਮ ਚੱਲ ਰਿਹਾ। ਇਹ ਡੱਬਾ ਕੋਈ ਬਾਹਰ ਛੱਡ ਗਿਆ, ਇਹਦੇ ਚ ਇੱਕ ਤੁਹਾਡੇ ਮਤਲਬ ਦੀ ਚੀਜ਼ ਆ। ਇਹਦੇ ਚ ਕਿਧਰੇ ਬੰਬ ਤੇ ਨਹੀਂ? ਹੁਣ ਦਾ ਤਾਂ ਪਤਾ ਨਹੀਂ, ਵੱਡਾ ਹੋ ਕੇ ਨਾ ਨਿਕਲ ਆਵੇ। ਮੈਂ ਹਸਪਤਾਲ ਫੋਨ ਕਰ ਦਿੱਤਾ ਵਾ, ਅੱਧੇ ਘੰਟੇ ਬਾਅਦ ਆ ਰਹੇ ਨੇ। ਉਹਨਾਂ ਨੂੰ ਰਹਿਣ ਦੇ, ਬੱਚੇ ਸਿਰਫ ਉੱਤੇ ਸ਼ੂਸ਼ੂ ਨਾ ਕਰਨ ਨਾ ਤੇ ਫੇਰ ਚੰਗੇ ਆ। ਸੈੱਲ ਵਾਲਾ ਲੈ ਦਈਏ, ਚੈਨਾ ਨੇ ਨਵਾਂ ਕੱਢਿਆ, ਬਹੁਤ ਸਸਤਾ। ਤੇਰੇ ਕੋਲ ਤੇ ਉਹ ਵੀ ਖਰੀਦਣ ਦੇ ਪੈਸੇ ਨਹੀਂ ਹੋਣੇ। ਤੇਰੇ ਕੋਲ ਬਹੁਤੇ ਪੈਸੇ ਨੇ ਨਾ, ਆਪਣਾ ਅੱਬਾ ਮੰਗਵਾ ਲੈ ਚੈਨਾ ਤੋਂ। ਸਹੀ ਆਖਿਆ, ਮੈਨੂੰ ਵੀ ਉੱਥੋਂ ਹੀ ਲਿਆ ਦਿਓ ਯਾਰ, ਇੱਥੇ ਤਾਂ ਕੋਈ ਲਿਫਟ ਨਹੀਂ ਕਰਾਉਂਦੀ, ਮੈਂ ਵੀ ਵਿਆਹ ਕਰਾਉਣਾ ਲੱਭਣਾ। ਵੈਸੇ ਮੈਂ ਸੁਣਿਆ ਕਿ ਵਿਆਹ ਤੋਂ ਬਾਅਦ ਵਿਆਹ ਤੋਂ ਪਹਿਲੇ ਵਾਲੇ ਕੰਮ ਹੀ ਯਾਦ ਆਉਂਦੇ ਆ। ਮਿਸ ਕਿਰਨ, ਮੇਰੇ ਵਾਸਤੇ ਚਾਹ ਕਿਉਂ ਨਹੀਂ ਬਣਾਈ? ਤੈਨੂੰ ਪਤਾ ਕਿ ਮੈਂ ਸੁਬਾ ਸੁਬਾ ਚਾਹ ਪੀਣੀ ਹੁੰਦੀ ਆ, ਇੱਕ ਕੱਪ ਛੋਟੇ ਛੋਟੇ ਬਣਾ ਕੇ ਤੇ ਮੇਰੇ ਦਫ਼ਤਰ ਦੇ ਵਿੱਚ ਪਹੁੰਚਾ। ਮੈਂ ਕਿੱਥੋਂ ਪਹੁੰਚਾਵਾਂ, ਕਿਚਨ 'ਚ ਦੁੱਧ ਹੈ ਨਹੀਂ, ਤੁਹਾਡਾ ਦੁੱਧ ਬੱਚੇ ਨੇ ਪੀ ਲਿਆ। ਕੀ ਮਤਲਬ? ਮੇਰਾ ਮਤਲਬ ਤੁਹਾਡੇ ਹਿੱਸੇ ਦਾ। ਬਾਹਰੋਂ 10 ਰੁਪਏ ਵਾਲਾ ਪਾਈ ਆਉਣਾ ਡੱਬਾ ਮੰਗਾ ਕੇ ਤੇ ਮੈਨੂੰ ਚਾਹ ਬਣਾ ਦੇ। ਤੈਨੂੰ ਜਦੋਂ ਮੈਂ ਚਾਹ ਦਾ ਕਿਹਾ ਨਾ, ਤੂੰ ਦੁੱਧ ਦਾ ਬਹਾਨਾ ਲਾ ਕੇ ਤੇ ਚਾਹ ਨਹੀਂ ਦਿੰਦੀ। ਰਹਿਣ ਦੇ, ਤੂੰ ਮੈਂ ਘਰੋਂ ਜਾ ਕੇ ਪੀਊਂਗਾ। ਜਾ ਚੱਲਾ ਜਾ, ਤੈਨੂੰ ਵੇਖ ਕੇ ਬੱਚਾ ਰੋਣ ਲੱਗ ਪਿਆ। ਓਏ ਜੇ ਬੰਦ ਹੀ ਕਰਨਾ ਸੀ ਤੇ ਉੱਤੇ ਬੰਦ ਕਰ ਦਿਓ, ਥੱਲੇ ਸਿਗਨਲ ਨਹੀਂ ਆਉਂਦੇ, ਮੈਂ ਅਸ਼ੋਕ ਨਾਲ ਗੱਲ ਕਰਨੀ ਹੈ। ਕਰਾਨਾ ਤੇਰੀ ਗੱਲ, ਚੱਲ ਤੂੰ ਵੀ ਅੰਦਰ ਮਾਰ, ਤੁਹਾਡੇ ਦੋਨਾਂ ਜਣਿਆਂ ਦਾ ਮੂੰਹ ਇੰਜ ਹੈ। ਛੇਤੀ ਦੱਸ ਕਿੰਜ ਦਾ ਵਾ। ਚੱਲ ਤੂੰ ਵੀ ਅੰਦਰ, ਚੱਲ ਦੁਆਣੇ ਦੇ ਸਿਰ ਆ ਲਿਆ। ਮੇਰਾ ਸਿਰ? ਮੇਰਾ ਸਿਰ ਦੁਆਣੇ ਵਰਗਾ ਹੈ ਤੇ ਤੇਰਾ ਸਿਰ ਇੰਜ ਜਿਵੇਂ ਕਿਸੇ ਦੇ ਸਿਰ ਹੋਇਆ ਹੁੰਦਾ ਹੈ। ਕੀ ਕਿਹਾ ਹੈ ਤੂੰ? ਇੱਕ ਮਿੰਟ ਠਹਿਰ। ਤੇਰਾ ਮੂੰਹ ਇੰਜ ਹੈ ਜਿਵੇਂ ਕਬਰ 'ਚ ਸਨੋਕਰ ਪਈ ਹੁੰਦੀ। ਤੇਰੀ ਮਰਾਸੀ ਹੈ ਸਿੱਧੇ, ਤੂੰ ਮੈਨੂੰ ਜਾਣਦਾ ਨਹੀਂ। ਅੰਮੀ ਕੋਲ ਜਾਣਾ ਹੈ। ਹੁਣ ਕਿਉਂ ਬਲਾਵਲ, ਤੈਨੂੰ ਮਾਰਨਾ ਨਹੀਂ ਸੀ ਚਾਹੀਦਾ। ਅੰਮੀ ਚਲੋ ਖੈਰ। ਬਲਾਵਲ ਸਾਹਿਬ, ਤੁਹਾਡੇ ਖਿਲਾਫ ਕੰਪਲੇਨ ਆਈ ਆ। ਮੈਨੂੰ ਇਹ ਪਤਾ ਲੱਗਾ ਕੱਲ ਤੂੰ ਇੱਕ ਮੁੰਡੇ ਨੂੰ ਜੁਗਤ ਦੀ ਬਜਾਏ ਮੁੱਕਾ ਹੀ ਕੱਢ ਮਾਰਿਆ। ਉਹਨੇ ਜੁਗਤਾ ਮਾਰੀ ਹੈ ਤੇ ਇਹਨੇ ਮੁੱਕਾ। ਤੁਸੀਂ ਬਿਲਕੁਲ ਨਾਕਾਮ ਹੋ ਚੁੱਕੇ ਹੋ। ਤੂੰ ਤਾਂ ਹੌਲੀ ਮਾਰ ਲੈਂਦਾ, ਤੂੰ ਤਾਂ ਮਾਰ ਕੇ ਤੇ ਨੀਲ ਹੀ ਪਾਤਾ। ਮੈਂ ਨੀਲ ਕੜਾਈਆਂ, ਨੀਲ ਕਾ ਮੇਰਾ ਤਨ ਮਨ ਨੀਲੋ ਨੀਲ। ਸਗੋਂ ਸਹੀ ਹੈ ਸਰ, ਕੱਪੜੇ ਧੋਣ ਦੇ ਕੰਮ ਆਊ। ਤੂੰ ਡਾਕੂਆਂ ਕੋ ਭੈਣ ਦਾ ਦੁਪੱਟਾ ਬਚਾਇਆ ਜਿਹੜਾ ਤੂੰ ਧੋਣਾ ਵਾ, ਹੁਣ ਜਿਹੜੀ ਉਹਦੀ ਮਾਂ ਤੇਰੇ ਪਿੰਡੇ ਤੇ ਲਾਸ਼ਾਂ ਪਾਉਣੀਆਂ, ਫੜ ਕੇ ਤੇ ਦਫਨਾਉਂਦਾ ਫਿਰੀ। ਬੇਵਕੂਫ ਤੂੰ ਹੈ ਹੀ ਬੇਵਕੂਫ, ਜਾ ਵੇਖ ਉਹਦੀ ਪੁਰਪੜੀ ਦੇ ਸਪੀਡ ਬ੍ਰੇਕਰ ਬਣ ਗਏ। ਮੈਂ ਮੁੱਕੀ ਮਾਰ ਕੇ ਅੱਖ ਦੀ ਬੀ ਸਾੜ ਬੰਦ ਕਰ ਦੇਣੀ। ਚੁੱਪ ਕਰ, ਗਲਤੀ ਹੋ ਗਈ ਸਰ। ਇਹ ਤਾਂ ਉਹਦੀ ਮਾਂ ਨੂੰ ਕਹੀਂ, ਸ਼ਾਇਦ ਤੈਨੂੰ ਮਾਫ਼ ਕਰ ਦੇਵੇ। ਇਹ ਪਾਕਿਸਤਾਨ ਨਹੀਂ ਅਮਰੀਕਾ, ਬੱਚੇ ਤੈਨੂੰ ਜੁਰਮਾਨਾ ਵੀ ਹੋ ਜਾਣਾ। ਮੇਰੇ ਖਿਆਲ ਨਾਲ ਘੱਟ ਤੋਂ ਘੱਟ 10,000 ਰੁਪਈਆ। 10,000? ਇਹਨੇ ਉਸ ਮੁੰਡੇ ਦੇ ਮੁੱਕਾ ਮਾਰਿਆ ਕਿ ਨਹੀਂ? ਹਾਂਜੀ ਮਾਰਿਆ। ਮੁੰਡੇ ਨੂੰ ਗੋਲ ਗੋਲ ਚੱਕਰ ਆਏ ਤੇ ਮੂੰਹ ਭਰਨ ਡਿੱਗਿਆ ਸੀ ਕਿ ਨਹੀਂ? ਜਾਣ ਕੇ ਡਿੱਗਿਆ ਸੀ। ਮੈਨੂੰ ਪਤਾ ਲੱਗਾ ਤੁਹਾਡੇ ਹੱਥ ਆਣ ਕੇ ਡਿੱਗਿਆ ਸੀ, ਜੁਰਮਾਨਾ ਤੇ ਤੁਹਾਨੂੰ ਹੋਣਾ ਹੀ। ਸਰ ਤੁਸੀਂ ਇੱਕ ਮੁਲਜ਼ਮ ਥਾਈਡ ਲੈ ਰਹੇ ਹੋ। ਉਹ ਕਿਹੜਾ ਮੇਰੀ ਫੁੱਫੀ ਦਾ ਮੁੰਡਾ ਵਾ ਜਿਹਦੀ ਮੈਂ ਸੈਡ ਲੈਣੀ ਆ, ਜੁਰਮਾਨਾ ਲੈਣੀ ਆ, ਜਿੰਨਾ ਤੱਕ ਤੁਹਾਡੇ ਉੱਤੋਂ ਕੇਸ ਨਹੀਂ ਖਤਮ ਹੁੰਦਾ। ਬਲਾਵਲ ਸਾਹਿਬ, ਤੁਸੀਂ ਉਨੀ ਦੇਰ ਡਿਊਟੀ 'ਤੇ ਨਹੀਂ ਆ ਸਕਦੇ। ਠੀਕ ਹੈ ਸਰ, ਕਿਉਂਕਿ ਟੂਰ 'ਤੇ ਜਾਣਾ। ਨਵੇਂ ਬੂਟ ਨੇ ਹਾਲੀ ਪਹਿਲੀ ਵਾਰੀ ਪਾਏ ਨੇ। ਓਏ ਲੰਡੇ ਦੇ ਆ, ਤੂੰ ਪਹਿਲੀ ਵਾਰੀ ਪਾਏ ਆ। ਹਾਂ ਸਾਰੇ ਤਿਆਰ ਹੋ ਗਏ ਨਾ, ਹੁਣ ਹੋਏ ਚੱਲੀਏ ਫਿਰ। ਅੱਛਾ ਫਿਰ ਬੇਗਮ, ਖੁਦਾ ਹਾਫਿਜ਼। ਤੇਰੀ ਕਿਸਮਤ 'ਚ ਤਾਂ ਜਾਣਾ ਹੈ ਨਹੀਂ, ਇੱਥੇ ਨਕਸ਼ਾ ਵੇਖ ਕੇ ਖੁਸ਼ ਹੁੰਦੀ ਰਹੀ। ਇੱਥੋਂ ਪਹਿਲੇ ਸਿੱਧੇ ਹੀ ਜਾਵਾਂਗੇ ਪਿੰਡੀ, ਫਿਰ ਉਸ ਤੋਂ ਬਾਅਦ ਮਰਦਾਨ, ਉਸ ਤੋਂ ਬਾਅਦ ਫਿਰ ਸਵਾਦ, ਉੱਥੇ ਲਵਾਂਗੇ ਸਵਾਦ। ਜਿੱਥੇ ਮਰਜ਼ੀ ਦਫਾ ਹੋ, ਚੰਗਾ ਸਗੋਂ ਸਵਾਦ ਜਾਓਗੇ ਤਾਂ ਇੱਕ ਅੱਧਾ ਬੰਮ ਖਾ ਲੈਣਾ, ਮੇਰੇ ਲਈ ਠੀਕ ਰਹੂਗਾ।
ਮੈਂ ਕਿਹਾ ਬੱਲੇ ਬੱਲੇ ਬਾਈ ਤਾ ਤਿੰਨ ਤਿੰਨਾ ਤਾ ਤਿੰਨ ਤਿੰਨਾ ਜ਼ਾਤ ਦੇ ਖਾਨ ਸਾਹਿਬ ਤੇ ਬਰਫ਼ ਨੂੰ ਜੱਫੇ ਜਿੱਦਾਂ ਦੀ ਤੇਰੀ ਤਬੀਅਤ ਆ ਤੈਨੂੰ ਤੇ ਮੁਲਤਾਨ ਦਾ ਟੂਰ ਕਰਨਾ ਚਾਹੀਦਾ ਮੇਰੇ ਖਿਆਲ ਚ ਤੂੰ ਆਪਣੇ ਵੱਡਿਆਂ ਦਾ ਚਮੋਟਾ ਭੁੱਲ ਗਿਆ ਬੇਟੇ ਹਰ ਬੰਦਾ ਜਦੋਂ ਵੀ ਲੁੱਟਦਾ ਅਸਲੇ ਦੇ ਜ਼ੋਰ ਤੇ ਹੀ ਲੁੱਟਦਾ ਚਮੋਟਾ ਇੱਕ ਐਸਾ ਅਸਲਾ ਹੈ ਦੋਸਤੋ ਜਿਹਦੇ ਨਾਲ ਫਾਇਰਿੰਗ ਦੀ ਆਵਾਜ਼ ਆਉਂਦੀ ਤੇ ਬੰਦਾ ਵੀ ਕੋਈ ਨਹੀਂ ਜ਼ਖਮੀ ਹੁੰਦਾ ਜਿੰਨੀਆਂ ਮਰਜ਼ੀ ਜੰਜਾਂ ਲੁੱਟੀ ਜਾਓ ਆ ਕੋਈ ਠੰਡ 'ਚ ਮਰੂ ਸਾਨੂੰ ਕੀ ਜਾ ਭਾਈ ਜਾ ਲਓ ਵੀ ਮੇਰਾ ਨਾਮ ਗੱਬਰ ਸਿੰਘ ਲੱਖੀ ਵਾਲਾ ਅਲਮਰੂਫ ਕੱਛੇ ਵਾਲਾ ਤੁਹਾਡੀ ਇੰਨੀ ਜ਼ਰੂਰਤ ਮੇਰੇ ਇਲਾਕੇ 'ਚ ਪੈਰ ਰੱਖੋ ਤੁਹਾਨੂੰ ਪਤਾ ਹੀ ਨਹੀਂ ਤੁਹਾਡਾ ਕਿਸ ਬਲਾ ਨੜਵਾ ਪੈ ਗਿਆ ਬਹੁਤ ਜਲਦੀ ਤੁਹਾਨੂੰ ਪਤਾ ਲੱਗ ਜਾਊ ਕਿ ਗੱਬਰ ਸਿੰਘ ਜੋ ਆਖਦੇ ਪਏ ਹੋਏ ਕਰੀ ਘਰ 'ਤੇ ਛੱਡਦਾ ਹੈ ਮੁੜ ਅਤੇ ਹੁਣ ਸਾਰਿਆਂ ਤੁਸੀਂ ਧਿਆਨ ਨਾਲ ਮੇਰੀ ਗੱਲ ਸੁਣਨੀ ਹੈ ਅਤੇ ਸਾਰੇ ਜਣੇ ਰਲ ਤੇ ਨਾ ਮੈਨੂੰ ਪੰਜ ਰੁਪਈਏ ਦੇਣੇ ਨੇ ਅੱਲਾ ਤੁਹਾਡੀ ਖੈਰ ਕਰ ਸਕੇ ਜੇ ਸਾਡੇ ਕੋਲ 5 ਰੁਪਏ ਟੁੱਟੇ ਨਾ ਹੁਣ ਤੇ ਫੇਰ ਤਾਂ ਗੱਬਰ ਬਨਫਸ ਨਫੀਸ ਬਾਨ ਲਿਆਵੇਗਾ ਉਹ ਕਿੱਥੋਂ ਜੀ ਨਾਲ ਦੀ ਪਹਾੜੀ ਤੇ ਕਰਿਆਨੇ ਵਾਲਾ ਹੈ ਜੀ ਉਹਦਾ ਮੇਰਾ ਉਧਾਰ ਚੱਲਦਾ ਹੈ ਕਿਉਂਕਿ ਗੱਬਰ ਦਾ ਟੈਕ ਹੀ ਬਹੁਤ ਹੈ ਇੱਕ ਮਿੰਟ ਜਨਾਬ ਮੈਂ ਕੂੜਾ ਦੀਗਰ ਵੇਲੇ ਚਾਲ ਹਿੱਸਾ ਇਸ ਵੇਲੇ ਮੇਰੇ ਕੋਲ ਮਹਿਮਾਨ ਹੈ ਇਹਦੇ ਵੀ ਸੈੱਲ ਮੁੱਕ ਗਏ ਮੇਰੇ ਖਿਆਲ 'ਚ ਹੁਣ ਤਾਂ ਤੁਹਾਨੂੰ ਅੰਦਾਜ਼ਾ ਹੋ ਹੀ ਗਿਆ ਹੋਣਾ ਵੀ ਗੱਬਰ ਸਿੰਘ ਕਿੱਡਾ ਖਤਰਨਾਕ ਬੰਦਾ ਹੈ ਤੁਹਾਡੀ ਮਿਹਰਬਾਨੀ ਵੀ ਹੁਣ ਬਗੈਰ ਸਵਾਲ ਜਵਾਬ ਤੂੰ ਆਪਣੇ 5-5 ਰੁਪਈਏ ਕੱਢ ਤੇ ਮੇਰੀ ਤਲੀ ਤੇ ਰੱਖ ਦਿਓ ਫਿਰ ਜੋ ਮੈਂ ਤੁਹਾਡੀਆਂ ਮਿੰਨਤਾਂ ਕਰਾਂਗਾ ਤਾਂ ਚੰਗੇ ਰਹੋਗੇ ਹਾਂ ਇਹਦੇ ਬਦਲੇ ਮੈਂ ਤੁਹਾਨੂੰ ਸਮਾਨ ਦੇਸਾਂ ਬਾਹਰ ਠੰਡ ਤੁਹਾਡੇ ਕੰਮ ਆ ਸੀ ਇਹ ਮੈਂ ਬੜੀ ਤੜੀ ਦੇ ਨਾਲ ਮਿੰਨਤਾਂ ਕੀਤੀਆਂ ਸਨ ਉਹਨਾਂ ਦੀਆਂ ਤੁਹਾਡੇ ਤਰ੍ਹਾਂ ਸ਼ਹਿਰ 'ਤੇ ਆਏ ਸਨ ਪਰ ਸਮਾਨ ਮੈਨੂੰ ਦੇ ਗਏ ਹਾਲਾਂਕਿ ਉਹਨਾਂ ਨੇ ਬਾਅਦ 'ਚ ਮੈਨੂੰ ਮਾਵਾਂ ਭੈਣਾਂ ਦੀਆਂ ਬੜੀਆਂ ਗਾਲਾਂ ਕੱਢੀਆਂ ਪਰ ਗੱਬਰ ਨੇ ਉਹਨਾਂ ਦੀ ਗੱਲ ਦਾ ਗੁੱਸਾ ਨਹੀਂ ਕੀਤਾ ਗੁੱਸਾ ਕਰਨ ਦਾ ਕੀ ਫਾਇਦਾ ਜੀ ਗੱਬਰ ਨਾਲ ਵੀ ਢਿੱਡ ਲੱਗਿਆ ਹੋਇਆ ਜਾਓ ਹੁਣ ਸਾਰੇ ਸੈਰ ਸੂਰ ਕਰੋ ਤੇ ਜਾਂਦੀ ਵਾਰੀ ਸਮਾਨ ਤੁਸੀਂ ਆਦਾ ਮੈਨੂੰ ਦੇ ਜਾਣਾ ਆ ਭਾਈ ਤੂੰ ਕਰ ਲਾ ਗੁੱਸਾ ਕਿਸ ਗੱਲ ਦਾ ਜੀ ਇਸ ਗੱਲ ਦਾ ਅਸੀਂ ਜਾਣ ਲੱਗਾ ਤੈਨੂੰ ਕੋਈ ਸਮਾਨ ਨਹੀਂ ਦੇਣਾ ਤੇ ਅਸੀਂ ਰਹਿਣਾ ਵੀ ਇੱਥੇ ਹੀ ਆ ਤੇ ਤੂੰ ਗੱਬਰ ਨੂੰ ਚੈਲੰਜ ਕਰ ਰਿਹਾ ਤੂੰ ਮੈਥੋਂ ਬਾਅਦ ਤੇ ਜਾ ਸਕਦਾ ਹੈ ਮੇਰੇ ਖਿਆਲ 'ਚ ਹਾਂ ਜੇ ਤੇਰੇ ਵੱਲੋਂ ਹਾਂ ਹੈ ਤੇ ਮੇਰੇ ਵੱਲੋਂ ਵੀ ਫਿਰ ਹਾਂ ਹੀ ਹੈ ਲੜਾਈ ਤੇ ਫਿਰ ਨਾ ਦੀ ਹੁੰਦੀ ਨਾ ਜੇ ਤੂੰ ਨਾ ਕਰੇਂਗਾ ਤੇ ਫਿਰ ਲੜਾਈ ਲੜੂਈ ਵੀ ਕਰ ਕੁਰ ਲਾਂਗੇ ਲੜਾਈਆਂ ਕਿਹੜੀਆਂ ਸਾਨੂੰ ਭੁੱਲ ਗਏ ਨੇ ਗੱਬਰ ਸਿੰਘ ਨੇ ਬੜੀ ਜਗ੍ਹਾ ਤੇ ਲੜਾਈ ਕੀਤੀ ਤੇ ਕਾਫੀ ਜਗ੍ਹਾ ਤੂੰ ਕੁੱਟ ਵੀ ਖਾਧੀ ਹੈ ਬਾਅਦ 'ਚ ਗੱਬਰ ਨੂੰ ਕੁੱਟ ਵੀ ਲੈਣਾ ਪਰ ਹੁਣ ਤਾਂ ਸੈਰਾਂ ਕਰੋ ਮੌਜਾਂ ਕਰੋ ਜਾਓ ਜਾਂਦੇ ਨੇ ਕਿ ਹੁਣ ਮੇਰਾ ਕੱਛਾ ਲੈ ਕੇ ਜਾਣੇ ਜਾਓ ਇਹ ਵੀ ਲੈ ਜਾਓ ਕਮੀਨੇ ਨਾ ਹੁਣ ਹੁਣ ਤੁਹਾਨੂੰ ਮੈਂ ਦੱਸਦਾ ਵੀ ਪੁਰਾਣੇ ਦੌਰ 'ਚ ਅੱਗ ਕਿੱਦਾਂ ਲਾਉਂਦੇ ਸੀ ਲੱਕੜ ਨੂੰ ਲੱਕੜ ਦੇ ਨਾਲ ਰਗੜ ਕੇ ਇੱਧਰ ਮੁਲਾਜ਼ਮ ਫਰਮਾਓ ਓ ਮੈਨੂੰ ਯਾਦ ਆਇਆ ਕਿ ਮਾਛਲ ਦੀਆਂ ਤੀਲੀਆਂ ਵੀ ਤਾਂ ਲੱਕੜ ਦੀਆਂ ਹੀ ਹੁੰਦੀਆਂ ਇਹਨਾਂ ਨਾਲ ਲਾਉਂਦੇ ਹਾਂ ਬਹੁਤ ਦੇਰ ਹੋ ਗਈ ਹੁਣ ਸੋਨਾ ਚਾਹੀਦਾ ਉਹ 25,000 ਰੁਪਏ ਤੋਲਾ ਹੋ ਗਿਆ ਬੜਾ ਮੌਕੇ 'ਚ ਰੇਟ ਦੱਸੇ ਕਿਤੇ ਸੁਨਿਆਰਿਆਂ ਨੂੰ ਦੁਕਾਨ 'ਤੇ ਨਹੀਂ ਕਿਰਾਏ 'ਤੇ ਦਿੱਤੀ ਮੈਂ ਕਿਹਾ ਬੜ ਸਾਹਿਬ ਜਾ ਕੇ ਸੌਂ ਜਾਓ ਰਾਤ ਬਹੁਤ ਹੋ ਗਈ ਹੈ ਹਨੇਰੇ 'ਚ ਤੁਸੀਂ ਨਜ਼ਰ ਵੀ ਨਹੀਂ ਆਉਂਦੇ ਸਰ ਸਰ ਇੱਕ ਕੁੜੀ ਖੁਦਕੁਸ਼ੀ ਕਰਨ ਲੱਗੀ ਹੈ ਹੈਲੋ ਉਹ ਕੋਈ ਹੈ ਇੱਥੇ ਤੇ ਬੋਲ ਪਵੇ ਓਏ ਉੱਥੇ ਕੋਈ ਨਹੀਂ ਹੈਗਾ ਲੱਗਦਾ ਕਿ ਭੱਜ ਗਈ ਆ ਅੱਛਾ ਤੇ ਲੋਕੀ ਸੈਰ ਕਰਦੇ ਹੋ ਖੁਦਕੁਸ਼ੀ ਕਰਨ ਵਾਲੀ ਕਿਹੜੀ ਸੀ ਇਹ ਨਾ ਹੋਏ ਤੂੰ ਛਾਲ ਮਾਰ ਦੇਵੇ ਤੇ ਮੇਰੇ ਤੇ ਡੇ ਕੇ ਮੈਨੂੰ ਮਾਰ ਦੇਵੇ ਸਰ ਜੀ ਅਸੀਂ ਕੁੜੀ ਲੱਭ ਲਿਆਂਦੀ ਹੈ ਤੂੰ ਇੱਥੇ ਵੀ ਆ ਗਏ ਮਗਰੋਂ ਕਿਉਂ ਨਹੀਂ ਨੱਠਦਾ ਮੇਰੇ ਕਿਉਂ ਆ ਜ਼ਰੂਰ ਤੇਰਾ ਕੋਈ ਰੌਲਾ ਵਾ ਤੂੰ ਮੈਨੂੰ ਦੱਸ ਕੇ ਖੁਦਕੁਸ਼ੀ ਕਿਉਂ ਕਰਨ ਲੱਗੀ ਸੀ ਇਹ ਤੇ ਪਾਗਲ ਆ ਮੈਨੂੰ ਬਦਨਾਮ ਕਰਨਾ ਚਾਹਦੀ ਮੇਰੀ ਦੌਲਤ ਦੇ ਪਿੱਛੇ ਪਈ ਹੋਈ ਜੇ ਇੰਸਪੈਕਟਰ ਸਾਹਿਬ ਕਹਿੰਦੀ ਤੇਰਾ ਇੱਕ ਮੁੰਡਾ ਵਾ ਇਹਨੂੰ ਪੁੱਛੋ ਮੈਂ ਇਹਦਾ ਵਿਆਹ ਕਰਵਾਇਆ ਖੌਰੇ ਕਿਦਾ ਵਾ ਮੈਂ ਵੀ ਉਸ ਬੱਚੇ ਨੂੰ ਥਾਣੇ 'ਚ ਸੁੱਟ ਆਇਆ ਵਾਂ ਚੁੱਪ ਕਰ ਗੱਲ ਸੁਣ ਸਹੇਲੀ ਤੇਰਾ ਮੁੰਡਾ ਸਾਡੇ ਕੋਲ ਹੈ ਮੇਰਾ ਮੁੰਡਾ ਹਾਂ ਉਹ ਹਸਪਤਾਲ ਆ ਉਹਨੂੰ ਕੁਛ ਨਹੀਂ ਹੋਇਆ ਤੁਸੀਂ ਨਹੀਂ ਜਾਣਦੇ ਮੈਂ ਉਹਨੂੰ ਬਹੁਤ ਪਿਆਰ ਕਰਨੀ ਆ ਇੱਕ ਤਾਂ ਮੇਰੇ ਬਾਰੇ 'ਚ ਤਾਂ ਨਹੀਂ ਕਹਿ ਰਹੀ ਲਓ ਜੀ ਮੈਂ ਸਹੀ ਗੱਲ ਕਰਨ ਲੱਗਾ ਤੇ ਇਹ ਗੱਲ ਤੁਸੀਂ ਹਮੇਸ਼ਾ ਯਾਦ ਰੱਖਣੀ ਆ ਇਹਦੇ ਵੇਖ ਨੀ ਕਾਕੀ ਕਦੀ ਵੀ ਹਰੇ ਪੱਤਿਆਂ ਨੂੰ ਨਹੀਂ ਤੋੜਨਾ ਚਾਹੀਦਾ ਨਹੀਂ ਸਮਝ ਲੱਗੀ ਹਾਂਜੀ ਸਰ ਸਮਝ ਗਏ ਸ਼ੁਕਰ ਆ ਗੱਬਰ
आजा पोत बैठो किदा। हां जी हुक्म करो तुसी पौस पुलिस वाले नु किन्ना क जुर्माना कर देना गाई दा। मेरा पूरा 3 लाख रुपया लग गया जे इलाज ते ते उस आलम ने मुक्का मार के मेरे पुत्र दा दिमाग खला के रखता है सारा। दिमाग है का इहदे च? आ मेरे पैर ते की लड़ी जांदे आ। हां बेटे तू दस मैनू के तेना की होया सी उदन? मैनू पुलिस वाली चंगी लगी ते मैं अख मार दी। खाला जी मैं अपने कानून नु एक बारी फिर इस्तेमाल करन लगा। की मतलब? मेरा मतलब ए है कि यू आर अंडर वेयर रेस्ट। तुसी एक बच्चे दे हाथ चुकया ते फिर हुन ओदा सिर पहले ही जख्मी सी तुसी तो होर मार दित्ता। अगे तो हाथ नु कंट्रोल च रखियो। ठीक है जी कंट्रोल च ही रहेगा। ओए तू मुजरमा नु नाल ले जाके सरकारी खर्चे ते मौजां करान दे है। जिन्हां नु सजा होनी चाहिदी उन्हां नु चेक देन दे है। चोरां दीआं ते मौजां लगियां। वाह मैं भी नौकरी छड के चोरियां शुरू कर देना। कम अज कम बर्गर ते खान नु मिलणगे जेड़े चोरां नु मुफ्त मिलदे आ। आ पहले भी ते तुसी मांग के ही खांदे जे। ओ जा मरासिया 84-85 जा तू भी पिछो मैं इंज लगदे जिम्मे अगली साइड होंगी वेख्या फिर मेरा मत्था लाउंदा नतीजा। मैं तो जुग च ऐसी मार दा अगले नूं जवाब ही नहीं आउंदा। हाँ जी हाँ जी नहीं तुसी है ही अच्छे हो। हाँ तुसी मेरे को कसम ले लो मैं जुगत नहीं जे मारी। हर चीज दे रेट समान ना लगे ने। ए जेड़ा गली दे नुक्कर ते किराने वाला ओदे नाल मैं सिर्फ चीनी लैंगी फिर मैं सोचा कल नु रेट ना वध जान फिर मैं शैंपू भी ले लिया घ्यो भी ले लिया साबुन भी ले लिया। वेख्या मेरा दिमाग चीजा घर वास्ते लियांदियां ने एडे गुस्से नाल ना वेख जिवें खा जाना हुंदा है। वाह बेगम मैं ते ए सोचन आ जे कल नु चीजा सस्तियां हो गईयां ते की ख्याल है तेरा बेगम? कदे भी सस्तियां नहीं होनिया। वो कैसे बताओ? जानो असि पाकिस्तान च जो रहने है। चल छड़ो ए जराबा सही ने बच्चे नु पूरियां आ जाएंगी। मैं तेरे को कुछ पूछे है। हैं ए तो वापरा के तू पाल। ए 1 साल दे बच्चे दिया ए भला मैनू कित्थों पूरियां आनियां ने? जदों साडा बच्चा ही कोई नहीं हैगा ते फिर जराबा कातों लैंदियां की पैपां ते पाउणियां। कदी ते होएगा मैं ओदे वास्ते लिया के रखियां ने। जदों होएगा हिसाब ओदों वेख लांगे। तन्नू किन्नी वारी समझाया कपड़ियां तनहावां जोड़ ਬੁੱਢੇ ਵਾਲੇ ਚ ਖੱਜਲ ਖਰਾਬ ਹੋਏਗੀ। ਖੱਜਲ ਖੁਆਰ ਹੋਏਗਾ ਤੂੰ। ਮੈਨੂੰ ਨਹੀਂ ਪਤਾ ਮੈਨੂੰ ਬੱਚਾ ਚਾਹੀਦਾ। ਤਾਂ ਮੈਨੂੰ ਉਸ ਬੱਚੇ ਨੂੰ ਤੇਰਾ ਜ਼ਿਹਨ ਹਮੇਸ਼ਾ ਸਾਫ਼ ਚਾਹੀਦਾ। ਜੇ ਅਸੀਂ ਕਿਸੇ ਦੇ ਕੋਲੋਂ ਬੱਚਾ ਲੈ ਵੀ ਆਈਏ ਤਾਂ ਅਸੀਂ ਕਰਾਂਗੇ ਕੀ? ਅਸੀਂ ਦੋਵਾਂ ਨੇ ਤੇ ਡਿਊਟੀ ਤੇ ਚਲੇ ਜਾਣਾ ਤੇ ਉਹ ਵਿਚਾਰਾ ਪਿੱਛੋਂ ਮਾਂ ਪਿਓ ਲੱਭਦਾ ਫਿਰੇ। ਮੈਂ ਤੇ ਪੁਲਿਸ 'ਚ ਹੈਗਾ ਹੀ ਹਾਂ ਤੂੰ ਕੁਛ ਬਹੁਤ ਹੀ ਪੁਲਿਸ ਦੇ ਵਿੱਚ ਆ। ਪੁਲਿਸ ਵਾਲੀ ਆ ਪਰ ਔਰਤ ਵੀ ਆ। ਹੁਣ ਮੈਂ ਗੱਲ ਨਾ ਕਰੀ ਚੁੱਪ ਬਿਲਕੁਲ ਚੁੱਪ ਕਰ ਜਾ ਨਹੀਂ ਤਾਂ ਫਿਰ ਤੈਨੂੰ ਪਤਾ ਹੀ ਆ ਕਿ ਮੈਂ ਗੁੱਸੇ ਦਾ ਕਿੰਨਾ ਕੋਲਾ ਵਾਂ। ਬੇਗਮ ਮੱਛੀ ਪਕਾਉਣ ਲੱਗੀ ਜ਼ਰਾ ਭੁਜਵੀਂ ਜਿਹੀ ਕਰ ਲਈ। ਤੈਨੂੰ ਪਤਾ ਮੈਂ ਬਹੁਤਾ ਸ਼ੋਰਾ ਜਿਹਾ ਸ਼ੋਰ ਸ਼ੋ ਕੇ ਨਹੀਂ ਖਾਂਦਾ। ਲਿਆ ਮੈਂ ਤੇਰੇ ਨਾਲ ਤੇਰਾ ਹੱਥ ਵਟਾਵਾਂ। ਲਿਆਉਣਾ ਜੇ ਇਕੱਲੀ ਤੇ ਤੂੰ ਥੱਕ ਜਾਏਂਗਾ। ਲਓ ਜੀ ਮੈਨੂੰ ਕਿਸੇ ਨੇ ਕਿਹਾ ਸੀ ਵੀ ਔਰਤ ਦੇ ਹੱਥ 'ਚ ਬਰਕਤ ਹੁੰਦੀ ਹੈ। ਵਾਕਈ ਵੀ 4 ਬੰਦਿਆਂ ਜਿੰਨੀ ਬਰਕਤ ਆ ਤੇਰੇ ਹੱਥ ਦੇ ਵਿੱਚ।